ਸਤਿ ਸ੍ਰੀ ਅਕਾਲ ਰਾਮ ਰਾਮ ਅਸਲਾਮ ਵਾਲੇਕਮ ਤੇ ਗੁੱਡ ਈਵਨਿੰਗ ਦੋਸਤੋ ਮੈਂ ਬੀਤਵਿੰਦਰ ਤੇ ਅੱਜ ਆਪਾਂ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਜੀ ਦੇ ਲਾਈਵ ਦਾ ਅਗਲਾ ਪਾਰਟ ਲੈ ਕੇ ਆਏ ਆਂ ਇਹ ਦਸਵਾਂ ਭਾਗ ਜਿਹਦੇ ਵਿੱਚ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਦੀ ਵਿਥਿਆ ਜਿਹੜੀ ਆ ਉਹ ਸੁਣਾਈ ਜਾਏਗੀ ਦੱਸਿਆ ਜਾਏਗਾ ਕਿ ਜਰਨੈਲ ਹਰੀ ਸਿੰਘ ਨਲੂਆ ਕਿਵੇਂ ਸ਼ਹਾਦਤ ਦਾ ਜਾਮ ਪੀ ਗਿਆ ਤੇ ਉਹਦੇ ਤੋਂ ਬਾਅਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਕਿਵੇਂ ਕੀ ਵਿਹਾਰ ਕੀਤਾ ਉਸ ਬੰਦੇ ਨਾਲ ਜਿਨ ਨੇ ਇਹ ਖਬਰ ਨਹੀਂ ਪਹੁੰਚਣ ਦਿੱਤੀ ਉਸ ਜਰਨੈਲ ਦੀ ਮਹਾਰਾਜਾ ਰਣਜੀਤ ਸਿੰਘ ਤੱਕ ਕਿਉਂਕਿ ਰਸਤੇ ਦੇ ਵਿੱਚ ਕੋਈ ਗੱਦਾਰ ਬੈਠੇ ਸਨ ਜਿਹੜੇ ਸਿਰੇ ਦੇ ਮੱਕਾਰ ਬੈਠੇ ਸਨ ਉਹਨਾਂ ਨੇ ਇਹ ਖਬਰਾਂ ਰੋਕੀਆਂ ਖਬਰਾਂ ਰੋਕ ਕੇ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਜਰਨਲ ਹਰੀ ਸਿੰਘ ਨਲੂਆ ਦਾ ਜਿਹੜਾ ਕਨੈਕਸ਼ਨ ਸੀਗਾ ਉਹਨਾਂ ਖਬਰਾਂ ਦਾ ਤੋੜ ਦਿੱਤਾ ਗਿਆ ਕਿਉਂਕਿ ਜਦੋਂ ਤੁਹਾਨੂੰ ਪਿਛਲੀ ਮੈਂ ਕਿਸ਼ਤ ਦੇ ਵਿੱਚ ਦੱਸਿਆ ਤੇ ਉਹਦੇ ਵਿੱਚ ਇਹ ਦੱਸਿਆ ਸੀਗਾ ਕਿ ਕਿਵੇਂ ਤੇਜ਼ ਰਫ਼ਤਾਰਾਂ ਸਾਣੇ ਸਵਾਰ ਦੇ ਦੁਆਰਾ ਖਲੀਤਾ ਫੜਾ ਕੇ ਦਵਾ-ਦਵ ਉਹ ਖਬਰਾਂ ਪਹਚਾਈਆਂ ਜਾਂਦੀਆਂ ਸਨ ਜਿਹੜੀਆਂ ਖਬਰਾਂ ਸਿੱਖ ਰਾਜ ਨਾਲ ਸੰਬੰਧਤ ਸਨ ਤੇ ਜਮਰੌਦ ਦੇ ਕਿਲੇ ਤੇ ਘੇਰੇ ਦੀ ਜਿਹੜੀ ਖਬਰ ਆ ਉਹ ਵੀ ਇਹਨਾਂ ਖਬਰਾਂ ਰਹੀ ਜਾਂਦੀ ਸੀ ਕਿਵੇਂ ਡੋਗਰਿਆਂ ਨੇ ਧੂਖਾ ਧੜੀ ਕੀਤੀ ਤੇ ਕਿਵੇਂ ਆਪਾਂ ਲੋਕ ਐ ਜਮਰੌਦ ਦੇ ਕਿਲੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਦਿਹਾਂਤ ਹੁੰਦਾ ਉਹਦੇ ਤੋਂ ਬਾਅਦ ਕੁਮਰ ਸ਼ੇਰ ਸਿੰਘ ਨੂੰ ਕਿਵੇਂ ਮਾਰਿਆ ਜਾਂਦਾ ਡੋਗਰਿਆਂ ਵੱਲੋਂ ਕਿਵੇਂ ਉਹਦੇ ਬੱਚੇ ਨੂੰ ਵੀ ਨਾਲ ਹੀ ਮਾਰ ਦਿੱਤਾ ਜਾਂਦਾ ਉਹ ਸਾਰੀ ਗੱਲਬਾਤ ਅੱਜ ਅੱਜ ਦੀ ਜਿਹੜੀ ਲਾਈਵ ਹੈ ਦੋਸਤੋ ਉਹਦੇ ਵਿੱਚ ਆਪਾਂ ਲੈ ਕੇ ਆਉਣੀ ਹੈ ਇਹ ਲਾਈਵ ਮੇਰੀ ਬੇਨਤੀ ਆ ਕਿ ਅੱਜ ਲਾਈਵ ਸ਼ੇਅਰ ਕਰਿਓ ਕਿਉਂਕਿ ਇਹ ਲਾਈਵ ਬਹੁਤ ਜ਼ਰੂਰੀ ਆ ਇਹ ਇਸ ਕਰਕੇ ਜ਼ਰੂਰੀ ਆ ਕਿਉਂਕਿ ਇਹ ਮੇਰਾ ਵੱਡਮੁੱਲਾ ਇਤਿਹਾਸ ਆ ਤੁਹਾਡਾ ਵੱਡਮੁੱਲਾ ਇਤਿਹਾਸ ਆ ਇਹਦੇ ਤੋਂ ਅੱਗੇ ਆਪਣੇ ਵਾਸਤੇ ਕੁਝ ਨਹੀਂ ਸਭ ਤੋਂ ਵੱਡੀ ਜਿਹੜੀ ਗੱਲ ਆ ਵਾਕੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਇਹ ਪੁਸਤਕ ਜਿਹੜੀ ਆ ਉਹ ਸਮਾਪਤੀ ਦੇ ਕੰਡੇ ਤੇ ਲੈ ਆਂਦੀ ਆ ਅੱਜ ਇਹਦਾ ਫਾਈਨਲ ਪਾਰਟ ਆ ਬੇਸ਼ੱਕ ਇਹਦੇਆਂ ਅੱਗੇ ਹੋਰ ਵੀ ਕਈ ਲੜੀਆਂ ਹੈਗੀਆਂ ਨੇ ਉਹਦੇ ਵਿੱਚ ਜਰਨਲ ਹਰੀ ਸਿੰਘ ਨਲੂਆ ਜੀ ਦੇ ਫੌਜੀ ਪ੍ਰਬੰਧ ਬਾਰੇ ਵਿਵਰਣ ਦਿੱਤਾ ਗਿਆ ਵਾ ਪਰ ਜਿਹੜੀ ਮੇਨ ਗੱਲ ਆ ਦੋਸਤੋ ਉਹ ਤਾਂ ਮੇਨ ਹੀ ਰਹਿੰਦੀ ਆ ਚਲੋ ਦੇਖਦੇ ਆ ਇਹਦਰ ਅਫਗਾਨਾਂ ਨੂੰ ਜਦ ਖੈਬਰੀਆਂ ਵੱਲੋਂ ਸਹਾਇਤਾ ਦੀ ਪੂਰੀ ਤਸੱਲੀ ਹੋ ਗਈ ਤਾਂ ਉਹ 27 ਅਪ੍ਰੈਲ ਨੂੰ ਲੰਡੀਖਾਨੇ ਤੋਂ ਕੂਚ ਕਰਕੇ ਦਰਅ ਖੈਬਰੀ ਖੈਬਰ ਦੇ ਪੂਰਬੀ ਸਿਰੇ ਪਰ ਪਹੁੰਚ ਗਏ ਇੱਥੇ ਪਹੁੰਚ ਕੇ ਅਫਗਾਨਾਂ ਨੂੰ ਇਹ ਵੀ ਪਤਾ ਲੱਗਾ ਕਿ ਸਰਦਾਰ ਹਰੀ ਸਿੰਘ ਨਲੂਆ ਆਪਕੇਲੇ ਦੇ ਵਿੱਚ ਮੌਜੂਦ ਨਹੀਂ ਹਨ ਹੁਣ ਤਾਂ ਇਹਨਾਂ ਦੇ ਹੌਂਸਲੇ ਬੜੇ ਹੀ ਵੱਧ ਗਏ ਅਤੇ ਅਗਲੇ ਦਿਨ 28 ਅਪ੍ਰੈਲ ਨੂੰ ਬੜੀ ਦਿਲਜ਼ਮੀਨ ਵਾਲ ਆਪਣੀਆਂ ਤੋਪਾਂ ਦੇ ਮੂੰਹ ਕਿਲੇ ਵਾਲ ਸਿੱਧੇ ਕਰ ਦਿੱਤੇ ਤੇ ਲੱਗੇ ਗੋਲੀਬਾਰੀ ਕਰਨ ਬਹਾਦਰ ਸਰਦਾਰ ਮਾਹ ਸਿੰਘ ਨੇ ਜਦ ਅਫਗਾਨਾਂ ਨੂੰ ਇਸ ਤਰ੍ਹਾਂ ਕਿਲੇ ਪਰ ਧਾਵਾ ਕਰਦਿਆ ਡਿੱਠਾ ਤਾਂ ਉਸੇ ਵਕਤ ਆਪਣੀਆਂ ਤੋਪਾਂ ਜਿਹੜੀਆਂ ਕਿਲੇ ਦੀਆਂ ਫਸੀਲਾਂ ਪਰ ਚੜੀਆਂ ਹੋਈਆਂ ਸਨ ਦਾਗਣ ਦਾ ਹੁਕਮ ਦੇ ਦਿੱਤਾ ਬਸ ਫੇਰ ਕੀ ਸੀ ਉਹ ਕਮਸਾਨ ਦਾ ਜੰਗ ਮਚਿਆ ਕਿ ਕੰਨ ਪਈ ਆਵਾਜ਼ ਵੀ ਸੁਣਾਈ ਨਹੀਂ ਸੀ ਦਿੰਦੀ ਤੋਪਾਂ ਤੋਂ ਛੁੱਟ ਕਿਲੇ ਦੇ ਅੰਦਰ ਬੰਦੂਕਚੀਆਂ ਤੇ ਨਿਸ਼ਾਨਚੀਆਂ ਨੇ ਐਸੇ ਤਾੜ-ਤਾੜ ਕੇ ਨਿਸ਼ਾਨੇ ਲਾਏ ਕਿ ਮੁਰਦਿਆਂ ਤੇ ਫੱਟੜਾਂ ਨਾਲ ਮੈਦਾਨ ਭਰ ਦਿੱਤਾ ਜਿਸ ਦਾ ਅਸਰ ਇਹ ਹੋਇਆ ਕਿ ਵੈਰੀ ਸਾਰਾ ਦਿਨ ਤੋਪਾਂ ਤੇ ਬੰਦੂਕਾਂ ਦਾ ਟਾਕਰਾ ਕਰਦਾ ਰਿਆ ਪਰ ਖਾਲਸੇ ਦੀ ਮਾਰ ਦੇ ਸਾਹਮਣੇ ਆਪਣੀ ਥਾਂ ਤੋਂ ਇੱਕ ਗੱਜ ਵੀ ਅੱਗੇ ਨਾ ਵੱਧ ਸਕਿਆ ਹੁਣ ਇਸ ਤਰ੍ਹਾਂ ਪਹਿਲਾ ਦਿਨ ਗੁਜ਼ਰ ਗਿਆ ਤੇ ਰਾਤ ਦਾ ਹਨੇਰਾ ਪੈਂਦਿਆਂ ਹੀ ਦੋਵਾਂ ਧਿਰਾਂ ਵੱਲੋਂ ਗੋਲੀਬਾਰੀ ਬੰਦ ਹੋ ਗਈ ਦੋਵੇਂ ਧਿਰਾਂ ਆਪੋ ਆਪਣੇ ਮੁਰਦਿਆਂ ਨੂੰ ਟਿਕਾਣੇ ਲਗਾਉਣ ਅਤੇ ਫੱਟੜਾਂ ਦੇ ਫੱਟ ਬੰਨਣ ਦੇ ਵਿੱਚ ਲੱਗ ਗਈਆਂ ਅੱਜ ਦੀ ਲੜਾਈ ਵਿੱਚ ਸਰਦਾਰ ਅਜੈਬ ਸਿੰਘ ਰੰਧਾਵਾ ਬੜੀ ਬ੍ਰਿਆਮਤਾ ਨਾਲ ਲੜਦਾ ਹੋਇਆ ਸਖਤ ਫੱਟੜ ਹੋਇਆ ਤੇ ਰਾਤ ਨੂੰ ਪਰ ਲੋਕ ਗਮਨ ਕਰ ਗਿਆ ਲੜਾਈ ਦਾ ਦੂਜਾ ਦਿਨ ਅਗਲੇ ਦਿਨ ਮੋੜ ਪਉ ਫਟਾਲੇ ਦੇ ਨਾਲ ਹੀ ਕਿਲੇ ਪਰ ਹੱਲੇ ਹੋਣੇ ਆਰੰਭ ਹੋ ਗਏ ਅੱਜ ਅਫਗਾਨ ਬੜੀ ਦਲੇਰੀ ਤੇ ਦੂਨੇ ਜੋਸ਼ ਨਾਲ ਕਿਲੇ ਵੱਲ ਵੱਧਦੇ ਹੋਏ ਆਏ ਅੱਗੋਂ ਖਾਲਸੇ ਨੇ ਵੀ ਐਨੀ ਦ੍ਰਿੜਤਾ ਇਹ ਨਿਰਪੈਤਾ ਨਾਲ ਗੋਲੀਆਂ ਦਾ ਮੀਂਹ ਵਸਾਇਆ ਕਿ ਵੈਰੀ ਨੂੰ ਕਿਲੇ ਦੇ ਲਾਗੇ ਪਹੁੰਚਣ ਦੀ ਜੁਰਤ ਨਾ ਹੋ ਸਕੇ ਇਸ ਤਰ੍ਹਾਂ ਕਈ ਅਫਗਾਨਾਂ ਨੇ ਮੁੜ-ਮੁੜ ਕਿਲਾ ਜਮਰੌਦ ਵੱਲ ਵਧਣ ਦੀ ਕੋਸ਼ਿਸ਼ ਕੀਤੀ ਪਰ ਉਹ ਜਿੰਨੀ ਵਾਰ ਗਾਹ ਵਦੇ ਖਾਲਸਾ ਉੰਨੀ ਵਾਰ ਹੀ ਉਹਨਾਂ ਨੂੰ ਪਛਾਹ ਸੁੱਟ ਦਿੰਦਾ 60 30000 ਨਾਲ 1000 ਦਾ ਟਾਕਰਾ ਕਦੋਂ ਤੱਕ ਨਿਭ ਸਕਦਾ ਸੀ ਇੱਥੇ ਆ ਦੋਸਤੋ ਇਹ ਵਿਵਰਣ ਦੇਣਯੋਗ ਆ ਮੈਂ ਜਿਹੜੀ ਗੱਲ ਦੱਸਣ ਲੱਗਾ ਹਾਂ ਆ ਕਿ ਅਫਗਾਨਾਂ ਦੀ ਗਿਣਤੀ ਜਿਹੜੀ ਆ ਉਹ 30000 ਤੇ ਜਿਹੜੀ ਖਾਲਸਾ ਫੌਜਾਂ ਦੀ ਗਿਣਤੀ ਸੀ ਉਹ 1000 ਸੀਗੀ ਇਸ ਤਰ੍ਹਾਂ ਕਈ ਵਾਰ ਅਫਗਾਨਾਂ ਨੇ ਮੁੜ ਮੁੜ ਕਿਲਾ ਜਮਰੌਦਵਾਲ ਵਧਣ ਦੀ ਕੋਸ਼ਿਸ਼ ਕੀਤੀ ਪਰ ਉਹ ਜਿੰਨੀ ਵਾਰ ਗਾਂਵ ਦੇ ਖਾਲਸਾ ਉੰਨੀ ਵਾਰੀ ਉਹਨਾਂ ਨੂੰ ਪਛਾਣ ਤੱਕੇਲ ਦਿੰਦਾ ਛੇਕਰ 30000 ਨਾਲ 1000 ਦਾ ਟਾਕਰਾ ਕਦੋਂ ਤੱਕ ਨਿਭ ਸਕਦਾ ਸੀ ਇਸ ਦਿਨ ਸੂਰਜ ਅਸਤੋਂ ਦੇ ਨਾਲ ਹੀ ਵੈਰੀ ਦੇ ਟਿੱਡੀ ਦਾ ਲਸ਼ਕਰ ਨੇ ਬੜੀ ਭਾਰੀ ਜਾਨੀ ਨੁਕਸਾਨ ਉਠਾ ਕੇ ਕਿਲੇ ਨੂੰ ਘੇਰੇ ਵਿੱਚ ਰੱਖ ਲਿਆ ਤੇ ਨਾਲ ਹੀ ਲੱਗਦੇ ਹੱਥ ਪਾਣੀ ਦੇ ਇਕੱਠੇ ਦੇ ਉੱਤੇ ਵੀ ਆਪਣਾ ਕਬਜ਼ਾ ਕਰ ਲਿਆ ਇਸ ਸਮੇਂ ਕਿਲੇ ਦੀ ਬਾਹਰ ਵਾਲੀ ਬਾਈ ਇੱਕ ਥਾਂ ਤੋਂ ਤੋਪਾਂ ਨਾਲ ਗਿਰਾ ਦੇਣ ਵਿੱਚ ਬੈਰੀ ਕਾਮਯਾਬ ਹੋ ਗਿਆ ਪਰ ਇਹ ਗੱਲ ਹੈਰਾਨ ਕਰ ਦੇਣ ਵਾਲੀ ਹੈ ਕਿ ਅਫਗਾਨੀ ਫੌਜ ਦੀ ਇੰਨੀ ਭਾਰੀ ਗਿਣਤੀ ਦੇ ਹੁੰਦਿਆਂ ਵੀ ਉਹ ਉਸ ਰਾਤ ਨੂੰ ਕਿਲੇ ਵਿੱਚ ਵੜਨ ਦਾ ਹੌਸਲਾ ਨਾ ਕਰ ਸਕੀ ਕਹਿੰਦੇ ਹਨ ਮੁਹੰਮਦ ਅਫਜ਼ਲ ਖਾਨ ਆਪਣੇ ਸਵਾਰਾਂ ਨਾਲ ਕਿਲੇ ਵਿੱਚ ਵੜਨ ਲਈ ਅੱਗੇ ਵਧਿਆ ਸੀ ਪਰ ਇਸ ਨੂੰ ਮਿਰਜ਼ਾ ਸਮੀ ਖਾਨ ਨੇ ਉਸੇ ਵਕਤੇ ਕਹਿ ਕੇ ਮਨਾ ਕਰ ਦਿੱਤਾ ਕਿ ਆਪਣੇ ਲਈ ਮੁੱਲ ਤੋਂ ਮੌਤ ਨਾ ਖਰੀਦੇ ਸਿੱਖਾਂ ਨਾਲ ਹੱਥੋ ਹੱਥੀ ਲੜਨ ਦੀ ਥਾਂ ਜਿਸ ਵਿੱਚ ਜਾਨੀ ਨੁਕਸਾਨ ਦਾ ਭਾਈ ਖਤਰਾ ਹੈ ਇਹਨਾਂ ਨੂੰ ਘੇਰੇ ਵਿੱਚ ਰੱਖ ਕੇ ਭੁੱਖ ਨਾਲ ਮਾਰ ਕੇ ਕਿਲਾ ਲੈਣਾ ਵੱਧ ਸਿਆਣਪ ਹੈ ਇਸ ਤਰ੍ਹਾਂ ਅਫਗਾਨੀ ਫੌਜ ਹੁਣ 2 ਦਿਨ ਲਗਾਤਾਰ ਲੜ ਲੜ ਕੇ ਡਾਢੀ ਆਫ ਗਈ ਸੀ ਜਦ ਹਨੇਰਾ ਪਿਆ ਤੇ ਅੱਜ ਦੀ ਲੜਾਈ ਸਵੇਰ ਤੱਕ ਬੰਦ ਹੋਈ ਤਾਂ ਸਭ ਨੇ ਸ਼ੁਕਰ ਕੀਤਾ ਇਸ ਤਰ੍ਹਾਂ 29 ਅਪ੍ਰੈਲ ਦਾ ਭਿਆਨਕ ਦਿਨ ਗੁਜ਼ਰ ਗਿਆ ਪਰ ਨਾ ਤਾਂ ਸਿੱਖਾਂ ਨੂੰ ਬਾਹਰੋਂ ਮਦਦ ਪਹੁੰਚੀ ਤੇ ਨਾ ਹੀ ਅਫਗਾਨ ਕਿਲੇ ਪਰ ਕਬਜ਼ਾ ਹੀ ਕਰ ਸਕੇ ਅਫਗਾਨੀ ਫੌਜਾਂ ਜਦ ਇਸ ਤਰ੍ਹਾਂ ਥੱਕ ਕੇ ਬਿਹਾਲ ਪਈਆਂ ਸਨ ਤਾਂ ਸਰਦਾਰ ਮਾਹ ਸਿੰਘ ਨੇ ਕਿਲੇ ਦੇ ਸਰਦਾਰਾਂ ਨੂੰ ਇਕੱਠਾ ਕੀਤਾ ਅਤੇ ਬੜੇ ਹੀ ਧੀਰਜ ਤੇ ਹੌਸਲੇ ਨਾਲ ਆਖਿਆ ਗੁਰੂ ਕਾ ਖਾਲਸਾ ਸਾਡੀ ਸ਼ਹੀਦੀ ਦੀ ਘੜੀ ਹੁਣ ਬਹੁਤ ਨੇੜੇ ਆ ਪਹੁੰਚੀ ਹੈ ਇਹ ਸਮੇਂ ਤੀਕ ਸਾਨੂੰ ਬਾਹਰ ਤੋਂ ਸਹਾਇਤਾ ਨਾ ਪਹੁੰਚ ਸਕਣ ਦਾ ਭਾਵ ਜਿਹੜਾ ਮੈਂ ਸਮਝ ਸਕਿਆ ਹਾਂ ਉਹ ਕੇਵਲ ਇਹ ਹੈ ਕਿ ਸਤਿਗੁਰੂ ਨੂੰ ਭਾਵਦਾ ਹੈ ਕਿ ਅਸੀਂ ਸਾਰੇ ਸ਼ਹੀਦੀ ਦਾ ਉੱਚ ਮਰਾਤਬਾ ਪ੍ਰਾਪਤ ਕਰੀਏ ਇਹ ਸਾਡੇ ਲਈ ਵਡਿਆਈ ਦੀ ਗੱਲ ਹੈ ਕਿ ਆਪਣੇ ਫਰਜ਼ਾਂ ਨੂੰ ਪੂਰਾ ਕਰਦੇ ਹੋਏ ਆਪਣੇ ਆਪ ਨੂੰ ਵਾਰੀਏ ਖਾਲਸਾ ਜੀ ਅੱਜ ਸਾਡੇ ਲਈ ਚਮਕੌਰ ਦੀ ਗੜੀ ਵਾਲੀ ਰਾਤ ਹੈ ਪਰ ਜੇ ਕਦੇ ਆਪ ਆਪਣੇ ਪਾਵਨ ਬਜ਼ੁਰਗਾਂ ਵਾਲੀ ਹਿੰਮਤ ਕਰੋ ਤਾਂ ਇਹ ਮੁਸ਼ਕਲ ਬੜੀ ਹਾਦਤੀਕ ਦੂਰ ਹੋ ਸਕਦੀ ਹੈ ਇਸ ਸਮੇਂ ਮੇਰੀਆਂ ਆਪ ਤੋਂ ਦੋ ਮੰਗਾ ਹਨ ਇੱਕ ਤਾਂ ਮੈਨੂੰ ਕੁਝ ਉਹ ਸਿਰਲਥ ਜਵਾਨ ਚਾਹੀਦੇ ਹਨ ਜਿਹੜੇ ਰਾਤੋਂ ਰਾਤ ਕਿਲੇ ਦੀ ਡਿੱਗੀ ਹੋਈ ਫਸੀਲ ਵਿੱਚ ਰੇਤਾ ਰੇਤ ਭਰੀਆਂ ਬੋਰੀਆਂ ਜੋੜ ਕੇ ਇਸ ਪਾੜ ਨੂੰ ਪੂਰ ਕੇ ਕਿਲੇ ਨੂੰ ਪੱਕਾ ਕਰ ਲੈਣ ਦੂਜਾ ਕੁਝ ਐਸੇ ਦਲੇਰ ਸੂਰਮਿਆਂ ਦੀ ਲੋੜ ਹੈ ਜੋ ਅੱਜ ਦਾ ਸਾਰਾ ਹਾਲ ਰਾਤੋ ਰਾਤ ਪਸ਼ਾਵਰ ਸਰਦਾਰ ਹਰੀ ਸਿੰਘ ਨਲੂਆ ਕੋਲ ਪਹੁੰਚਾ ਦੇਣ ਕਿਹਾ ਜਾਂਦਾ ਹੈ ਕਿ ਸਰਦਾਰ ਮਹਾ ਸਿੰਘ ਦੇ ਇਨਾਂ ਸੰਖੇਪ ਪਰ ਗੱਜ ਭਰੇ ਬਚਨਾਂ ਦਾ ਖਾਲਸੇ ਪਰ ਉਹ ਸ਼ਹੀਦੀ ਪ੍ਰਭਾਵ ਛਾਇਆ ਕਿ ਉਹਨਾਂ ਦੇ ਚਿਹਰੇ ਖਿੜ ਗਏ ਤੇ ਇਸ ਨਾਜਕ ਸਮੇਂ ਸਾਰਿਆਂ ਦੇ ਚਿਹਰੇ ਲਾਲੋ ਲਾਲ ਹੋ ਗਏ ਕਿਲੇ ਦੇ ਸਰਦਾਰਾਂ ਨੇ ਸਰਦਾਰ ਮਾਹ ਸਿੰਘ ਨੂੰ ਭਰੋਸਾ ਦਿਵਾਉਂਦੇ ਹੋਏ ਆਖਿਆ ਕਿ ਸਾਨੂੰ ਮਾਣ ਹੈ ਅਤੇ ਨਿਰਸੰਦੇਹ ਵੱਡਾ ਮਾਣ ਹੈ ਕਿ ਅਸੀਂ ਕੌਮ ਅਤੇ ਆਪਣੀਆਂ ਜਾਨਾਂ ਤੋਂ ਪਿਆਰੇ ਮਹਾਰਾਜਾ ਸਾਹਿਬ ਲਈ ਆਪਣੇ ਆਪ ਨੂੰ ਵਾਰ ਦਈਏ ਹਾਂ ਇਹ ਸਮੇਂ ਜੇ ਕੁਝ ਲਾਲਸਾ ਸਾਡੇ ਮਨ ਵਿੱਚ ਹੈ ਤਾਂ ਉਹ ਕੇਵਲ ਇਹ ਹੈ ਕਿ ਇਹ ਖਾਲਸਾਈ ਝੰਡਾ ਜਿਹੜਾ ਇਸ ਕਿਲੇ ਪਰ ਝੂਲ ਰਿਹਾ ਹੈ ਇਹ ਹੁਣ ਕੱਲ ਤੱਕ ਸ਼ਾਇਦ ਇੱਥੇ ਨਹੀਂ ਝੂਲੇਗਾ ਇਹ ਕਿਲਾ ਜਿਸ ਦੀ ਤਾਂਕ ਸਾਰੇ ਅਫਗਾਨਿਸਤਾਨ ਵਿੱਚ ਬੈਠ ਗਈ ਹੈ ਸ਼ਾਇਦ ਵੈਰੀ ਇਸ ਨੂੰ ਗਿਰਾ ਕੇ ਇਸ ਤੇ ਹੱਲਾ ਹੱਲ ਫੇਰ ਦੇਣਗੇ ਇਹ ਖਿਆਲ ਜਦ ਅੱਖਾਂ ਦੇ ਸਾਹਮਣੇ ਆਉਂਦਾ ਹੈ ਤਾਂ ਤਦ ਦਿਲ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਬਾਕੀ ਸਾਨੂੰ ਆਪਣੀਆਂ ਜਾਨਾਂ ਦੀ ਰੱਤੀ ਭਰ ਵੀ ਪਰਵਾਹ ਨਹੀਂ ਸਾਡੀ ਰਾਏ ਆਪ ਨਾਲ 16 ਅੰਨੇ ਸਹਿਮਤ ਹੈ ਜਦ ਤੱਕ ਸਾਡੇ ਸ਼ਰੀਰ ਵਿੱਚ ਖੂਨ ਦੀ ਅੰਤਮ ਬੂੰਦ ਬਾਕੀ ਹੈ ਸਾਨੂੰ ਯਤਨ ਕਰਨਾ ਚਾਹੀਦਾ ਹੈ ਜੇ ਇਸ ਤਰ੍ਹਾਂ ਹੋ ਸਕੇ ਇਸ ਕੌਮੀ ਝੰਡੇ ਨੂੰ ਵੈਰੀਆਂ ਤੋਂ ਬਚਾਈ ਰੱਖੀਏ ਫਸਿਲ ਦੇ ਪਰਨ ਲਈ ਤਾਂ ਕਈ ਸੌ ਜਵਾਨ ਉਸੇ ਘੜੀ ਜੁਟ ਪਏ ਅਤੇ ਪਹਿਰ ਰਾਤ ਰਹਿੰਦੀ ਤੋਂ ਪਹਿਲਾਂ ਹੀ ਪਾੜ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਪਹਿਲੇ ਦੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਦੂਜੇ ਕੰਮ ਲਈ ਦੂਜਾ ਕੰਮ ਦੋਸਤੋ ਜਿਹੜਾ ਜਰਨੈਲ ਹਰੀ ਸਿੰਘ ਨਲੂਏ ਨੂੰ ਉੱਥੋਂ ਬੁਲਾ ਕੇ ਲਿਆਉਣਾ ਸੀ ਪਸ਼ਾਵਰ ਤੋਂ ਦੂਜੇ ਕੰਮ ਲਈ ਅਰਥਾਤ ਖਾਲਸੇ ਦਾ ਇਹ ਅੰਤਮ ਸੰਦੇਸ਼ ਪਸ਼ਾਵਰ ਦੇ ਵੀਰਾਂ ਨੂੰ ਪਹੁੰਚਾਉਣ ਲਈ ਵੀ ਕਈ ਜਵਾਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਉਹਨਾਂ ਵਿੱਚੋਂ ਇੱਕ ਬੀਬੀ ਵੀ ਦੱਸਦੇ ਹਨ ਇਸ ਸੇਕ ਫੋਕਲੋਰ ਸੀਰੀਜ਼ ਨੰਬਰ 1 ਦਾ ਕਰਤਾ ਲਿਖਦਾ ਹੈ ਕਿ ਇਸ ਬੀਬੀ ਦਾ ਨਾਮ ਹਰਸ਼ਰਨ ਕੌਰ ਸੀ ਦੱਸਦੇ ਹਨ ਕਿ ਇਸ ਬੀਬੀ ਨੇ ਬੜੀ ਨਿਮਰਤਾ ਸਹਿਤ ਸਰਦਾਰ ਮਹਾ ਸਿੰਘ ਨੂੰ ਆਖਿਆ ਕਿ ਕਿਲੇ ਦੀ ਰੱਖਿਆ ਲਈ ਇਸ ਸਮੇਂ ਇੱਥੇ ਰਹਿਣ ਦੀ ਏਕ ਇੱਕ ਜਵਾਨ ਦੀ ਆਪ ਨੂੰ ਭਾਰੀ ਲੋੜ ਹੈ ਅਤੇ ਜਿਸ ਤਰ੍ਹਾਂ ਹੋ ਸਕੇ ਇਹ ਸੰਤਮ ਸੇਵਾ ਦੀ ਵਡਿਆਈ ਇਸ ਨਿਮਾਣੀ ਭੈਣ ਨੂੰ ਬਖਸ਼ੀ ਜਾਏ ਇਸ ਬੀਬੀ ਦੀ ਇਸ ਕੁਰਬਾਨੀ ਦੇ ਭਾਵ ਨੂੰ ਦੇਖ ਕੇ ਕਿਲੇ ਦੇ ਹਰ ਇੱਕ ਸੂਰਮੇ ਦੇ ਹਿਰਦੇ ਵਿੱਚ ਕੁਰਬਾਨੀ ਦਾ دریا ਠਾਠਾਂ ਮਾਰਨ ਲੱਗ ਪਿਆ। ਇਸ ਸਮੇਂ ਕਈ ਸਿੰਘਾਂ ਦਾ ਇਹ ਵਿਚਾਰ ਸੀ ਕਿ ਇਸ ਬੀਬੀ ਨੂੰ ਬਾਹਰ ਨਾ ਭੇਜਿਆ ਜਾਏ ਤੇ ਇੱਥੇ ਹੀ ਸੇਵਾ ਕਰਦੇ ਰਹਿਣ ਪਰ ਇਸ ਨੇ ਇੱਕ ਵੀ ਨਹੀਂ ਮੰਨੀ ਛੇਕੜਾ ਫੈਸਲਾ ਹੋਇਆ ਕਿ ਇਹ ਬੀਬੀ ਅਫਰੀਦਨਾ ਦੇ ਪੇਸ ਵਿੱਚ ਕਿਲੇ ਵਿੱਚੋਂ ਨਿਕਲ ਜਾਏ ਤੇ ਇਹ ਸੰਦੇਸ਼ਾਂ ਰਾਤੋਂ ਰਾਤ ਪਸ਼ਾਵਰ ਜਰਨੈਲ ਹਰੀ ਸਿੰਘ ਨਲੂਏ ਕੋਲ ਪਹੁੰਚਾ ਦਿੱਤਾ ਜਾਏ। ਸਰਦਾਰ ਮਹਾ ਸਿੰਘ ਦਾ ਖਤ ਜਿਹੜਾ ਆਪ ਨੇ ਸਰਦਾਰ ਹਰੀ ਸਿੰਘ ਨੂੰ ਲਿਖਿਆ ਉਹ ਬਹੁਤ ਲੰਬਾ ਨਹੀਂ ਸੀ ਪਰ ਇਸ ਦਾ ਇੱਕ ਇੱਕ ਅੱਖਰ ਕੌਮੀ ਪਿਆਰ ਦਾ ਦਫਤਰ ਸੀ ਜੋਗ ਸਤਕਾਰ ਦਿਵ ਪ੍ਰੰਤ ਸਰਦਾਰ ਜੀ ਨੇ ਲਿਖਿਆ ਜੀ ਨਹੀਂ ਸੀ ਚਾਹੁੰਦਾ ਕਿ ਆਪ ਜੀ ਨੂੰ ਬਿਮਾਰੀ ਦੀ ਹਾਲਤ ਵਿੱਚ ਹਸਾਬ ਦਾ ਵਿੱਚ ਆਪਣੇ ਨਾਲ ਲਾਇਆ ਜਾਏ ਅਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪਸ਼ਾਵਰ ਵਿੱਚ ਫੌਜ ਬਹੁਤ ਹੀ ਘੱਟ ਹੈ ਅਤੇ ਲਾਹੌਰ ਹੁਣ ਪਹੁੰਚ ਨਹੀਂ ਸਕਦੀ ਪਰ ਕਿਲੇ ਦੇ ਖਾਲਸੇ ਦਾ ਇਹ ਫੈਸਲਾ ਹੈ ਕਿ ਅੱਜ ਦੇ ਹਾਲ ਆਪ ਜੀ ਤੱਕ ਪਹੁੰਚਾਏ ਜਾਣ ਫਤਿਹਗੜ੍ਹ ਦੀ ਬਾਹਰਲੀ ਫਸੀਲ ਦਾ ਬਹੁਤ ਸਾਰਾ ਹਿੱਸਾ ਦਰਵਾਜੇ ਤੇ ਲਾਗਿਓ ਅੱਜ ਸ਼ਾਮ ਨੂੰ ਵੈਰੀ ਦੀਆਂ ਤੋਪਾਂ ਦੇ ਗੋਲਿਆਂ ਦੀ ਮਾਰ ਨਾਲ ਡਿੱਗ ਪਿਆ ਹੈ ਜਿਸ ਨੂੰ ਕਿਲੇ ਦਾ ਖਾਲਸਾ ਇਸ ਵਕਤ ਬੜੀ ਹਿੰਮਤ ਦਲੇਰੀ ਤੇ ਚੜ੍ਹਦੀ ਕਲਾ ਵਿੱਚ ਰੇਤ ਭਰੀਆਂ ਬੋਰੀਆਂ ਦੇ ਨਾਲ ਪੂਰ ਰਿਆ ਹੈ ਆਸ਼ਾ ਹੈ ਇਹ ਖੱppa ਠੀਕ ਹੋ ਜਾਏਗਾ ਪੈ ਰਾਤ ਰਹੀਦੀ ਤੱਕ ਠੀਕ ਹੋ ਜਾਏਗਾ ਅੱਜ ਉਸ ਸਮੇਂ ਸਤਗੁਰ ਨੇ ਖਾਲਸੇ ਦੀ ਪੈਜ ਰੱਖ ਲਈ ਕਿ ਵੈਰੀ ਫਸੀਲ ਦੇ ਡਿੱਗਦਿਆਂ ਸਾਰ ਕਿਲੇ ਪਰ ਤਾ ਵਾ ਕਰੰਦਾ ਹੀ ਆ ਨਾ ਕਰ ਸਕਿਆ ਨਹੀਂ ਤਾਂ ਇਹ ਅੰਤਿਮ ਸੰਦੇਸ਼ਾ ਸ਼ਾਇਦ ਆਪ ਜੀ ਦੀ ਸੇਵਾ ਵਿੱਚ ਭੇਟਾ ਨਾ ਸੀ ਹੋ ਸਕਦਾ ਪ੍ਰਤੀਤ ਹੋ ਰਿਹਾ ਹੈ ਕਿ ਸਵੇਰ ਸਾਰ ਅਫਗਾਨਾਂ ਨੇ ਕਿਲੇ ਪਰ ਹੱਲਾ ਕਰਨਾ ਹੈ ਅਤੇ ਖਾਲਸੇ ਦਾ ਤੇ ਆਪ ਦਾ ਅਤ ਪਿਆਰਾ ਫਤਿਹਗੜ੍ਹ ਜਮੀਨ ਨਾ ਮਲਾ ਦੇਣਾ ਮਲਾ ਦਿੱਤਾ ਜਾਣਾ ਹੈ ਪਰ ਆਪ ਇਹ ਗੱਲ ਸੁਣ ਕੇ ਹਾਲ ਤ ਪ੍ਰਸੰਨ ਹੋਵੋਗੇ ਕਿ ਆਪ ਨੇ ਜਿੰਨਾ ਜਵਾਨਾਂ ਪਰ ਭਰੋਸਾ ਕਰਕੇ ਇਸ ਕਿਲੇ ਦੀ ਇੱਜ਼ਤ ਉਹਨਾਂ ਦੇ ਹੱਥ ਸੌਂਪੀ ਸੀ ਉਹਨਾਂ ਵਿੱਚੋਂ ਇੱਕ ਵੀ ਇੱਕ ਵੀ ਜਵਾਨ ਐਸਾ ਨਹੀਂ ਨਿਕਲਿਆ ਜਿਸ ਨੇ ਕੌਮ ਦੀ ਇੱਜ਼ਤ ਦੇ ਟਾਕੇ ਪਰ ਆਪਣੀ ਜਾਨ ਨੂੰ ਵਧੇਰੇ ਪਿਆਰਾ ਸਮਝਿਆ ਹੋਵੇ ਯਾਨੀ ਕਿ ਕਹਿਣ ਦੀ ਭਾਵ ਕਿ ਹਰ ਜਵਾਨ ਨੇ ਇਸ ਜੰਗ ਵਿੱਚ ਸਿਰ ਧੜ ਦੀ ਬਾਡੀ ਬਾਜੀ ਲਗਾਈ ਹੈ ਇਸ ਸਮੇਂ ਫਟੜਣਾ ਤੇ ਬਿਮਾਰਾਂ ਤੋਂ ਛੁੱਟ 700 ਦਾ ਟਿਕਾਣਾ ਸੂਰਮੇ ਕਿਲੇ ਵਿੱਚ ਹਨ ਅੱਜ ਇਹਨਾਂ ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪ੍ਰਣ ਕੀਤਾ ਹੈ ਕਿ ਜਦ ਤੱਕ ਸਾਡੀਆਂ ਰਗਾਂ ਵਿੱਚ ਲਹੂ ਦਾ ਖੀਰਲਾ ਤੁਪਕਾ ਬਾਕੀ ਹੈ ਖਾਲਸਾਈ ਝੰਡੇ ਦੀ ਕੋਈ ਬੇਇਜ਼ਤੀ ਨਹੀਂ ਕਰ ਸਕੇਗਾ ਇਸ ਤੋਂ ਪਿੱਛੋਂ ਸ਼ਾਇਦ ਸਾਡੇ ਵੱਲੋਂ ਆਪ ਜੀ ਨੂੰ ਕੋਈ ਖਤਨਾ ਪਹੁੰਚ ਸਕੇਗਾ ਹੁਣ ਕਿਲੇ ਦੇ ਸਰਬਤ ਖਾਲਸੇ ਵੱਲੋਂ ਸਤਕਾਰ ਭਲੇ ਦਿਲ ਨਾਲ ਅੰਤਮ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਦਾ ਨਿਵਾਜਿਆ ਮਹਾ ਸਿੰਘ ਅਤੇ ਫਤਿਹਗੜ ਦਾ ਸਮੂਹ ਖਾਲਸਾ ਮਿਤੀ 17 ਵਿਸਾਖ ਸੰਮਤ ਬਿਕਰਮੀ 1800 99 ਇਹ ਖਤ 30 اپریل 1837 ਦੀ ਸਵੇਰ ਨੂੰ 2 ਵਜੇ ਸਰਦਾਰ ਹਰੀ ਸਿੰਘ ਜੀ ਨੂੰ ਪਹੁੰਚਾ ਦਿੱਤਾ ਗਿਆ ਖਤ ਨੂੰ ਪੜਨ ਦੇ ਉਪਰੰਤ ਸਰਦਾਰ ਹਰੀ ਸਿੰਘ ਦੇ ਸਾਹਮਣੇ ਦੋ ਸਵਾਲ ਸਨ ਇੱਕ ਤਾਂ ਆਪਣੀ ਬਿਮਾਰ ਵਿੱਚ ਬਿਮਾਰੀ ਵਿੱਚ ਸ਼ਰੀਰ ਦੀ ਰੱਖਿਆ ਤੇ ਦੂਜਾ ਖਾਲਸਾ ਰਾਜ ਦੀ ਇੱਜ਼ਤ ਨੂੰ ਬਚਾਉਣ ਦਾ ਇਸ ਸਮੇਂ ਆਪ ਦੇ ਕੌਮੀ ਪਿਆਰ ਨੇ ਉਹ ਛਾਲਾ ਖਾਦਾ ਤੇ ਆਪਣੀ ਜਾਨ ਦੀ ਰੱਖਿਆ ਤੇ ਖਿਆਲ ਨੂੰ ਦਿਲ ਵਿੱਚੋਂ ਕੱਢ ਕੇ ਪੰਥ ਦੀ ਪਤ ਤੇ ਰਾਜ ਦੀ ਭਲਾਈ ਦਾ ਖਿਆਲ ਪ੍ਰਭਲ ਹੋ ਆਇਆ ਆਪ ਉਸੇ ਵਕਤ ਮੈਦਾਨੇ ਜੰਗ ਵਿੱਚ ਜਾਣ ਲਈ ਤਿਆਰ ਹੋ ਗਏ ਅਤੇ ਨਾਲ ਹੀ ਪਛਾਵਰ ਦੀ ਫੌਜ ਨੂੰ ਵੀ ਕੂਚ ਕਰਨ ਦਾ ਹੁਕਮ ਦੇ ਦਿੱਤਾ ਉਧਰ ਫੌਜ ਤਿਆਰ ਹੀ ਹੋ ਰਹੀ ਸੀ ਕਿ ਸਰਦਾਰ ਜੀ ਨੇ ਸਰਦਾਰ ਮਾਹ ਸਿੰਘ ਦਾ ਅਸਲ ਖਤ ਸਣੇ ਆਪਣੀ ਸਣੇ ਵੇਰਵੇ ਰਿਪੋਰਟ ਦੇ ਇੱਕ ਤੇਜ਼ ਰਫਤਾਰ ਸਾਣਣੀ ਸਵਾਰ ਦੇ ਹੱਥ ਮਹਾਰਾਜਾ ਸਾਹਿਬ ਨੂੰ ਲਾਹੌਰ ਭਜਵਾ ਦਿੱਤਾ ਜਿਸ ਵਿੱਚ ਜਮਰੋਦ ਦੀ ਨਾਜ਼ਕ ਹਾਲਤ ਦਾ ਜ਼ਿਕਰ ਤੇ ਇਸ ਵਕਤ ਤਿੱਕ ਲਾਹੌਰ ਤੋਂ ਮਦਦ ਲਈ ਫੌਜ ਨਾ ਪਹੁੰਚਣ ਪਰ ਵੱਡੀ ਹਰਾਨਗੀ ਪ੍ਰਗਟ ਕੀਤੀ ਸੀ ਅਤੇ ਨਾਲ ਹੀ ਫੌਜਾਂ ਨੂੰ ਪਸ਼ਾਵਰ ਛੇਤੀ ਭੇਜਣ ਦੀ ਮੁਰੰਗ ਮੰਗ ਕੀਤੀ ਸੀ ਅਖੀਰ ਪਰ ਆਪ ਨੇ ਖੁਦ ਸਣੇ ਪਸ਼ੌਰ ਦੀ ਮੌਜੂਦਾ 10000 ਫੌਜ ਦੇ ਜਿਸ ਵਿੱਚ 6000 ਪੈਦਲ 1000 ਕੁਆਇਦਦਾਨ ਸਵਾਰ 18 ਤੋਪਾਂ ਅਤੇ 3000 ਖੁੱਲੇ ਘੋੜੇ ਚੜੇ ਸਨ ਖੁੱਲੇ ਘੋੜੇ ਚੜੇ ਸਨ ਇਹਨਾਂ ਦਾ ਵੇਵਰਾ ਵੇਰਵਾ ਜਿਹੜਾ ਦੋਸਤੋ ਮਹਾਰਾਜਾ ਰਣਜੀਤ ਸਿੰਘ ਸਰ ਲੈਪਲ ਗ੍ਰਿਫਨ ਦੀ ਕਿਤਾਬ ਸਫਾ ਨੰਬਰ 214 ਜਮਰੋਦ ਦੇ ਰਣ ਤੱਤੇ ਵੱਲ ਹੁਣੇ ਹੀ ਕੂਚ ਕਰਨ ਦਾ ਹਾਲ ਸੀ ਸਰਦਾਰ ਹਰੀ ਸਿੰਘ ਜੀ ਦਾ ਮਹਾਰਾਜਾ ਰਣਜੀਤ ਸਿੰਘ ਵੱਲ ਇਹ ਅਖੀਰਲਾ ਖਤ ਸੀ ਉਧਰ ਸਰਦਾਰ ਜੀ ਨੇ ਮਹਾਰਾਜਾ ਸਾਹਿਬ ਵੱਲ ਖਲੀਤਾ ਤੋਰਿਆ ਇਧਰ ਆਪ ਜੀ ਦੇ ਹੁਕਮ ਦੀ ਪਾਲਣਾ ਵਿੱਚ ਫੌਜ ਤਿਆਰ ਹੋ ਗਈ ਸੀ ਤੇ ਹੁਣ ਸਾਰੀ ਫੌਜ ਸਰਦਾਰ ਦੀ ਦਿੱਟ ਵਿੱਚ ਜਮਰੋਦ ਵੱਲ ਟੁਰ ਪਈ ਸੀ ਰਸਾਲਾ ਫੌਜ ਅਤੇ ਘੋੜਿਆਂ ਦੇ ਤੋਪਖਾਨਿਆਂ ਨੂੰ ਸਰਦਾਰ ਹਰੀ ਸਿੰਘ ਜੀ ਨੇ ਆਪਣੇ ਨਾਲ ਲੈ ਕੇ ਡਬਲ ਕੂਚ ਕਰਦਿਆਂ ਤੇ ਪੈਦਲ ਫੌਜ ਨੂੰ ਪਿੱਛੇ-ਪਿੱਛੇ ਛੇਤੀ ਜਾਣ ਦਾ ਹੁਕਮ ਕਰ ਦਿੱਤਾ। ਬੁਰਜ ਹਰੀ ਸਿੰਘ ਲਾਗੇ ਪਹੁੰਚ ਕੇ ਇੱਥੇ ਫੌਜ ਨੂੰ ਤਿੰਨਾਂ ਭਾਗਾਂ ਵਿੱਚ ਵੰਡਿਆ ਗਿਆ। ਇੱਕ ਭਾਗ ਨੂੰ ਆਪਣੇ ਨਾਲ ਰੱਖਿਆ, ਦੂਜਾ ਹਿੱਸਾ ਬਹਾਦਰ ਸਰਦਾਰ ਨਿਹਾਨ ਸਿੰਘ ਪੰਜ ਥਾਦੀ ਸੋਪਣੀ ਵਿੱਚ ਕੀਤਾ। ਤੀਜਾ ਦਸਤਾ ਸਰਦਾਰ ਅਮਰ ਸਿੰਘ ਖੁਰਦਮਜੀਠੀ ਅਧiat ਹੱਥ ਸੌਪਿਆ। ਜਿਸ ਵਿੱਚ ਜਮਾਦਾਰਾਂ ਦਾ ਜਮਾਦਾਰ ਦਾ ਡੇਰਾ ਤੇ 1000 ਖੁੱਲੇ ਘੋੜ ਚੜੇ ਸਨ ਜਮਾਦਾਰ ਦਾ ਡੇਰਾ ਡਿਵੀਜ਼ਨ ਇਹ ਵੱਡੇ ਪਤਵੰਤੇ ਰਈਸਾਂ ਦੇ ਘਰਾਣਿਆਂ ਦੇ ਨੌਜਵਾਨਾਂ ਦੇ ਫੌਜ ਦਾ ਨਾਮ ਸੀ ਜਿਹੜੇ ਮਹਾਰਾਜਾ ਸਾਹਿਬ ਦੀ ਖਾਸ ਸਰਦਲ ਵਿੱਚ ਰਹਿੰਦੇ ਸਨ ਸਰਦਾਰ ਨਿਧਾਨ ਸਿੰਘ ਤੇ ਸਰਦਾਰ ਅਮਰ ਸਿੰਘ ਨੂੰ ਵੈਰੀ ਦੇ ਸੱਜੇ ਖੱਬੇ ਪਾਸਿਆਂ ਪਰ ਹੱਲਾ ਕਰਨ ਦੇ ਹੁਕਮ ਦਿੱਤੇ ਅਤੇ ਆਪਣੇ 1000 ਸਵਾਰਾਂ ਦੇ ਸਣੇ ਨਵਾਬ اربਾਬ ਮੁਹੰਮਦ ਖਾਨ ਤਹਿ ਕਾਲ ਦੇ ਸਾਹਮਣੇ પાસે ਤੋਂ તાਵਾ ਕਰਨ ਕਰਕੇ afganan ਦੀਆਂ ਸਫਾਂ ਨੂੰ ਤੋੜ ਦੇਣ ਦਾ ਫੈਸਲਾ ਕੀਤਾ ਜਮਰੋਦ ਦੀ ਲੜਾਈ ਦਾ ਤੀਜਾ ਦਿਨ ਜਮਰੋਦ ਦੀ ਲੜਾਈ ਦਾ ਦੋਸਤੋ ਤੀਜਾ ਦਿਨ ਹੈ ਜਿਹੜੀ ਲੜਾਈ ਦਾ ਵੇਰਵਾ ਬੜਾ ਧਿਆਨ ਨਾਲ ਸੁਣਨ ਵਾਲਾ ਵਾ ਇੱਥੇ ਸਾਡੇ ਫੌਜਾਂ ਦੇ ਜਰਨੈਲਾਂ ਦੀਆਂ ਲੜਾਈਆਂ ਉਹਨਾਂ ਦੀਆਂ ਹਿੰਮਤਾਂ ਤੇ ਇਹ ਸਾਰਾ ਕੁਝ ਦੇਖਣ ਵਾਲਾ ਵਾ ਹੁਣ ਸਰਦਾਰ ਜੀ ਸਰਦਾਰ ਹਰੀ ਸਿੰਘ ਨਲੂਆ ਜੀ ਜਦ ਕਿਲਾ ਜਮਰੋਦ ਦੇ ਸਾਹਮਣੇ ਪਹੁੰਚੇ ਤਾजे ਹਨੇਰਾ ਸੀ ਅਤੇ afghan ਅਜੇ ਜਮਰੌਦ ਦੇ ਕਿਲੇ ਵਿੱਚ ਦਾਖਲ ਹੋਣ ਤੇ ਉਸ ਪਰ ਕਬਜ਼ਾ ਕਰਨ ਦੀਆਂ ਤਿਆਰੀਆਂ ਵਿੱਚ ਹੀ ਸਨ ਕਿ ਠੀਕ ਇਸ ਵਕਤ ਏਕਾ ਇੱਕ ਸਰਦਾਰ ਹਰੀ ਸਿੰਘ afghanਾਂ ਦੀ ਫੌਜ ਪਰ ਬਿਫਰੇ ਹੋਏ ਸ਼ੀਹ ਦੀ ਤਰ੍ਹਾਂ ਆ ਪਿਆ ਨਾਲ ਹੀ ਸੱਜੇ ਖੱਬੇ ਤੋਂ ਸਰਦਾਰ ਨਿਧਾਨ ਸਿੰਘ ਅਤੇ ਸਰਦਾਰ ਅਮਰ ਸਿੰਘ ਨੇ ਗਾਜੀਆਂ ਪਰ ਤੋਪਾਂ ਦੀ ਬੜੀ ਕਰੜੀ ਗੋਲਾਬਾਰੀ ਕਰਨੀ ਆਰੰਭ ਕਰ ਦਿੱਤੀ ਅੱਗੋਂ afghan ਬੜੀ ਬਹਾਦਰੀ ਨਾਲ ਧਾਵਿਆਂ ਨੂੰ ਹਰ ਪਾਸੇ ਤੋਂ ਰੋਕਣ ਲਈ ਡੱਟ ਗਏ ਹੁਣ ਜਦ ਜਮਰੌਦ ਦੇ ਕਿਲੇ ਦੇ ਖਾਲਸੇ ਨੂੰ ਪਤਾ ਲੱਗਾ ਕਿ ਸਰਦਾਰ ਹਰੀ ਸਿੰਘ ਸਣੇ ਖਾਲਸਾ ਫੌਜ ਦੇ ਮੈਦਾਨ ਵਿੱਚ ਪਹੁੰਚ ਗਏ ਹਨ ਤਾਂ ਇਹਨਾਂ ਦੇ ਸਿਰਾਂ ਤੋਂ ਨਿਰਾਸ਼ਤਾ ਦੇ ਬੱਦਲ ਉੱਡ ਗਏ ਤੇ ਸਫਲਤਾ ਦੀ ਧੁੱਪ ਚੜ ਗਈ। ਇਸ ਸਮੇਂ ਇਹਨਾਂ ਵੀ ਕਿਲੇ ਤੋਂ ਕਰੜੀ ਗੋਲਾਬਾਰੀ ਆਰੰਭ ਦਿੱਤੀ। ਇਸ ਸਮੇਂ ਸਰਦਾਰ ਹਰੀ ਸਿੰਘ ਦੇ ਰਸਾਲੇ ਦੇ ਸਾਹਮਣੇ ਜਿਹੜੀ ਫੌਜ ਆਈ ਸੀ ਉਹ ਨਾਇਬਉਲ ਸਲਤਨਤ ਤੇ ਅਖੂਨ ਜ਼ਦਾ ਮੁਹੰਮਦ ਖਾਨ ਦਾ ਡਿਵੀਜ਼ਨ ਸੀ। ਇਹ ਦਸਤਾਫ਼ਗਾਨੀ ਫੌਜ ਵਿੱਚ ਬੜੀ ਬਾਦਰੀ ਲਈ ਬੜੀ ਨਾਮਵਾਰੀ ਰੱਖਦਾ ਸੀ ਇਸ ਸਮੇਂ ਵੀ ਉਹ ਬੜੀ ਦ੍ਰਿੜਤਾ ਨਾਲ ਸਰਦਾਰ ਜੀ ਦੇ ਟਾਕਰੇ ਲਈ ਛਾਤੀ ਤਾਣ ਕੇ ਖਲੋ ਗਿਆ ਸੀ ਸਰਦਾਰ ਹਰੀ ਸਿੰਘ ਨੇ ਦੋ ਵਾਰੀ ਇਨਾਂ ਪਰ ਹੱਲਾ ਕੀਤਾ ਪਰ ਆਪਣੀ ਥਾਂ ਪਰ ਹੀ ਜੰਮੇ ਰਹੇ ਛੇਕੜ ਤੀਜੀ ਵਾਰ ਜਦ ਨਲੂਏ ਸਰਦਾਰ ਨੇ ਖਾਲਸੇ ਨੂੰ ਮੰਗਾਰ ਕੇ ਅੱਗੇ ਵਧਣ ਦਾ ਹੁਕਮ ਦਿੱਤਾ ਤਾਂ ਇੰਨੇ ਅਗਾਧ ਜੋਸ਼ ਨਾਲ ਹਮਲਾ ਕੀਤਾ ਗਿਆ ਕਾਇਤ ਕੀ ਵੈਰੀ ਦੀ ਫੌਜ ਨੂੰ ਉਥੋਂ ਇਸ ਤਰ੍ਹਾਂ ਉਖਾੜਿਆ ਗਿਆ ਜਿਵੇਂ ਹੜ ਅੱਗੇ ਬੂਰ ਰੁੜ ਜਾਂਦਾ ਹੈ ਇਹਦਾ ਜਿਹੜਾ ਵੇਰਵਾ ਦਿੱਤਾ ਜਰਨੀ ਇਨ ਬਲੋਚਿਸਤਾਨ ਅਫਗਾਨਿਸਤਾਨ ਐਂਡ ਦੀ ਪੰਜਾਬ ਮਿਸਟਰ ਮੈਸ਼ਨ ਮੈਸ਼ਨ ਜਿਲਦ 3 ਸਫਾ 394 ਇਸ ਖਮਸਾਨ ਵਿੱਚ ਨਾਇਬ ਸਲਤਨਤ ਅਤੇ ਨਵਾਬ ਜਬਾਰ ਖਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਨਾਇਬ ਦਾ ਘੋੜੇ ਤੋਂ ਡਿੱਗਣਾ ਸੀ ਕਿ ਇਸ ਦੀ ਸਾਰੀ ਫੌਜ ਮੈਦਾਨ ਤੋਂ ਨਸ ਗਈ ਇਸ ਸਮੇਂ ਸੱਜੇ ਪਾਸੇ ਵੱਲੋਂ ਸਰਦਾਰ ਨਿਰਧਨ ਸਿੰਘ ਨੇ ਉਹ ਦਲੇਰੀ ਦੱਸੀ ਕਿ ਦੇਖਣ ਵਾਲੇ ਡੰਗ ਰਹਿ ਗਏ ਅਤੇ ਜੋ ਵੀ ਆਪ ਜੀ ਦੇ ਸਾਹਮਣੇ ਆਇਆ ਤਲਵਾਰ ਦੀ ਧਾਰ ਤੋਂ ਪਾਰ ਹੋ ਗਿਆ ਇਸ ਦਾ ਟਾਕਰਾ ਅਕਬਰ ਖਾਨ ਦੇ ਦਸਤੇ ਨਾਲ ਸੀ ਜਿਹੜਾ ਬੜੀ ਸ਼ਾਨ ਨਾਲ ਲੜਿਆ ਪਰ ਦੋ ਹੱਥੇ ਅਤੇ ਪੰਜ ਹੱਥੇ ਦਾ ਟਾਕਰਾ ਕਦੋਂ ਤੱਕ ਨਿਭ ਸਕਦਾ ਸੀ ਛੇਕੜ ਪੰਜ ਹੱਥਾ ਸਰਦਾਰ ਗਾਲਬ ਆਇਆ ਤੇ ਦੋ ਹੱਥਿਆਂ ਨੂੰ ਅੱਗੇ ਰੱਖ ਲਿਆ ਦੋਸਤੋ ਇਹ ਜਿਹੜਾ ਪੰਜ ਹੱਥਾ ਸਰਦਾਰ ਹੈ ਜਿਹਦੀ ਆਪਾਂ ਗੱਲ ਕਰ ਰਹੇ ਆਂ ਇਹਦੀ ਬਹੁਤ ਜਿਆਦੀ ਮਹੱਤਵਪੂਰਨ ਯਾਨੀ ਕਿ ਜਿਹੜੀ ਹੈਗੀ ਆ ਹਿਸਟਰੀ ਇੱਕ ਲੜਾਈ ਦੇ ਵਿੱਚ ਪੰਜ ਜਾਣਿਆਂ ਨਾਲ ਕੱਲਾ ਪਿਹੜ ਗਿਆ ਸੀ ਕੱਦ ਦਾ ਕਹਿੰਦੇ ਕਿ ਥੋੜਾ ਮਦਰਾ ਸੀ ਪਰ ਉਹ ਪੰਜ ਜਾਣਿਆਂ ਨਾਲ ਭਿੜਿਆ ਤੇ ਪੰਜਾਂ ਨੂੰ ਪੰਜਾਂ ਨੂੰ ਰੱਬ ਦੇ ਘਰ ਤੋੜ ਕੇ ਤੇ ਉਹਨਾਂ ਦੀਆਂ ਕਿਰਪਾਨਾਂ ਖੋਹ ਲਿਆ ਸੀ ਉਹਦੇ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਨਿਹਾਨ ਸਿੰਘ ਪੰਜ ਹੱਥੇ ਦਾ ਖਿਤਾਬ ਦਿੱਤਾ ਸੀ ਹੁਣ ਅਕਬਰ ਖਾਨ ਦੀ ਫੌਜ ਦੇ ਪੈਰ ਮੈਦਾਨ ਵਿੱਚੋਂ ਉਖੜ ਗਏ ਤੇ ਆਮ ਭਾਜੜ ਪੈ ਗਈ ਸਰਦਾਰ ਅਮਰ ਸਿੰਘ ਮੁਹੰਮਦ ਅਫਜਲ ਖਾਨ ਤੇ ਮੁਹੰਮਦ ਆਜਮ ਖਾਨ ਦੀ ਫੌਜ ਨਾਲ ਜੁਟਿਆ ਪਿਆ ਸੀ ਜਿਸ ਨੇ ਬੜੀ ਬਰਿਆਮਤਾ ਨਾਲ ਵੈਰੀ ਪਰ ਇਨਾ ਦਬਾਅ ਪਾਇਆ ਜਿਸ ਨਾਲ ਤਰਥੱਲਾ ਮਚ ਗਿਆ ਮਾਨੋ ਹੀਟਲੀ ਉੱਤੇ ਹੋ ਗਈ ਠੀਕ ਹੈ ਸਮੇ ਉਹਨਾਂ ਦੇ ਪੈਰ ਵੀ ਡਗਮਗਾ ਗਏ ਤੇ ਬੜੀ ਖਲਬਲੀ ਨਾਲ ਪਿੱਛੇ ਹਟੇ ਸਰਦਾਰ ਹਰੀ ਸਿੰਘ ਜਦ ਨਾਇਬុល ਸਲਤਨਤ ਤੇ ਜਬਾਰ ਖਾਨ ਦੀ ਫੌਜ ਤੋਂ ਮੈਦਾਨ ਸਾਫ ਕਰਾ ਚੁੱਕੇ ਸਨ ਤਾਂ ਫਿਰ ਜਰੀਨ ਖਾਨ ਦੇ ਡਿਵੀਜ਼ਨ ਪਰ ਜਾ ਪਏ ਇੱਥੇ ਉਹ ਹੱਥੋਂ ਹੱਥ ਸ੍ਰੀ ਸਾਹਿਬ ਚੱਲੀ ਕੇ ਜ਼ਮੀਨ ਲਾਸ਼ਾਂ ਦੇ ਨਾਲ ਭਰ ਗਈ ਇਸ ਸਮੇਂ ਸਰਦਾਰ ਮੰਗਲ ਸਿੰਘ ਰਾਮਗੜੀਏ ਨੇ ਸੁਣੇ ਆਪਣੇ ਜਵਾਨਾਂ ਦੇ ਐਸੀ ਵੀਰਤਾ ਦੱਸੀ ਕਿ ਸਰਦਾਰ ਜੀ ਨੇ ਆਪ ਨੂੰ ਬਹਾਦਰ ਮੰਗਲ ਸਿੰਘ ਕਹਿ ਕੇ ਉਸ ਦੀ ਨਿੱਡਰਤਾ ਦੀ ਦਾਤ ਦਿੱਤੀ ਅਫਗਾਨ ਜਮਰੌਦ ਦੇ ਮੈਦਾਨ ਵਿੱਚੋਂ ਨਸ ਗਏ ਇਸ ਸਮੇਂ ਵੈਰੀ ਦੀ ਫੌਜ ਵਿੱਚ ਇਹ ਹੁਗ ਪੈ ਗਈ ਕਿ ਸਰਦਾਰ ਹਰੀ ਸਿੰਘ ਆਪ ਪਹੁੰਚ ਗਿਆ ਹੈ ਅਤੇ ਲੜਾਈ ਉਹ ਆਪ ਲੜ ਰਿਹਾ ਹੈ ਬਸ ਫੇਰ ਕੀ ਸੀ ਸਰਦਾਰ ਹਰੀ ਸਿੰਘ ਨਲੂਏ ਦੇ ਨਾਮ ਨੂੰ ਸੁਣਨ ਸਾਰ ਸਾਰੀ ਅਫਗਾਨੀ ਫੌਜ ਪਰ ਕੁਝ ਐਸੀ ਘਬਰਾਹਟ ਛਾ ਗਈ ਕਿ ਇੱਕ ਤੋਂ ਦੂਜਾ ਵੱਧ ਕੇ ਤੇਜ਼ੀ ਦੇ ਨਾਲ ਮੈਦਾਨ ਤੋਂ ਨਸਦਾ ਤੇ ਆਪਣੀ ਸਲਾਮਤੀ ਲਈ ਦਰਾ ਖੈਬਰ ਦੇ ਅੰਦਰ ਪਹੁੰਚ ਕੇ ਆਪਣੀ ਜਾਨ ਬਚਾਉਂਦਾ ਸੀ ਸਰਦਾਰ ਹਰੀ ਸਿੰਘ ਨੇ ਸਰਦਾਰ ਹਰੀ ਸਿੰਘ ਨੇ ਅਫਗਾਨਾਂ ਦੀਆਂ 14 ਤੋਪਾਂ ਖੋਹ ਲਈਆਂ ਇਸ ਮੈਦਾਨ ਵਿੱਚ ਸਰਦਾਰ ਹਰੀ ਸਿੰਘ ਨਲੂਏ ਦੇ ਰਸਾਲੇ ਨੇ ਅਫਗਾਨਾਂ ਦੀਆਂ 14 ਵੱਡੀਆਂ ਤੋਪਾਂ ਪਰ ਕਬਜ਼ਾ ਕਰ ਲਿਆ ਇਹਨਾਂ ਜਿੱਤੀਆਂ ਹੋਈਆਂ ਤੋਪਾਂ ਵਿੱਚੋਂ ਇੱਕ ਕੋਸ਼ਕਨ ਨਾਮੀ ਤੋਪ ਇਤਿਹਾਸ ਵਿੱਚ ਬੜੀ ਪ੍ਰਸਿੱਧਤਾ ਰੱਖਦੀ ਸੀ ਇਸ ਇਹ ਨਾਮ ਇਸ ਤੋਪ ਦੇ ਉੱਪਰ ਉਕਰਿਆ ਹੋਇਆ ਸੀ ਇਸ ਜੰਗ ਵਿੱਚ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਫੌਜ ਦੇ ਲਾਹੌਰ ਦੇ ਕਾਰਖਾਨੇ ਅਮਲਾ ਖਾਨੇ ਵਿੱਚ ਨਵੀਆਂ ਬਣੀਆਂ ਰਫਲਾਂ ਜਿਨ੍ਹਾਂ ਨੂੰ ਪਰਮਾਰ ਸੱਦਦੇ ਸਨ ਉਹ ਵਰਤੀਆਂ ਪਰਮਾਰ ਬੰਦੂਕਾਂ ਪਰੇ ਅਰਥਾਤ ਦੂਰ ਮਾਰ ਤੇ ਸਹੀ ਨਿਸ਼ਾਨਾ ਫੁੰਡਣ ਲਈ ਬੜੀਆਂ ਮਸ਼ਹੂਰ ਸਨ ਯਾਨੀ ਉੜਦੇ ਪੰਛੀਆਂ ਨੂੰ ਮਾਰਦੀਆਂ ਸਨ ਖਿਦਮਤ ਇੱਕ ਸਾਲਾ ਐਡਵਰਡ ਸਫਾ 41 ਇਹਨਾਂ توپਾਂ ਨੂੰ ਵੈਰੀਆਂ ਦੀਆਂ ਸਫਾਂ ਵਿੱਚੋਂ ਖਿੱਚਦਿਆਂ ਹੋਇਆ ਇਸ ਸਮੇਂ ਸਰਦਾਰ ਹਰੀ ਸਿੰਘ ਦਾ ਵਫਾਦਾਰ ਦੋਸਤ ਨਵਾਬ ਅਰਬਾਬ ਮੁਹੰਮਦ ਖਾਨ ਤਹਿਕਾਲ ਇੱਕ ਗਾਜੀ ਦੀ ਗੋਲੀ ਨਾਲ ਨਲੂਏ ਸਰਦਾਰ ਦੀਆਂ ਅੱਖਾਂ ਦੇ ਸਾਹਮਣੇ ਪ੍ਰਾਣ ਤਿਆਗ ਗਿਆ ਸਰਦਾਰ ਹਰੀ ਸਿੰਘ ਨਲੂਆ ਨੇ ਜਦ ਆਪਣੇ ਮਿੱਤਰ ਨੂੰ ਇਸ ਤਰ੍ਹਾਂ ਜਾਨਵਾਰ ਦਾ ਦੇਖਿਆ ਤਾਂ ਆਪ ਜੀ ਨੂੰ ਬੜਾ ਜੋਸ਼ ਆਇਆ ਤੇ ਆਪ ਨੇ ਆਪਣੀ ਤਲਵਾਰ ਨਾਲ ਉਸ ਕਾਤਲ ਤੇ ਉਸ ਦੇ ਕਈ ਸਾਥੀਆਂ ਦੇ ਡੱਕਰੇ ਲਾਹ ਸੁਟੇ ਤੇ ਇਸ ਤਰ੍ਹਾਂ ਆਪਣੇ ਪਿਆਰੇ ਮਿੱਤਰ ਨਾਲ ਆਪਣੀ ਆਤਮ ਮਿੱਤਰਤਾ ਦਾ ਸਬੂਤ ਦਿੱਤਾ ਇਸ ਵਕਤ ਅਫਗਾਨੀ ਫੌਜ ਜਮਰੌਦ ਦੇ ਕਿਲੇ ਵਿੱਚੋਂ ਹਾਰ ਖਾ ਕੇ ਦਰਾ ਖੈਬਰ ਵਿੱਚ ਜਾ ਵੜੀ ਸਰਦਾਰ ਹਰੀ ਸਿੰਘ ਜੀ ਆਪਣੀ ਇੱਛਾ ਇਸ ਸਮੇਂ ਇਹ ਸੀ ਕਿ ਨੱਸੀ ਜਾਂਦੀ ਫੌਜ ਦਾ ਬਹੁਤ ਦੂਰ ਤੱਕ ਪਿੱਛਾ ਨਾ ਕੀਤਾ ਜਾਵੇ ਸਗੋਂ ਆਪਣੀਆਂ ਫੌਜਾਂ ਨੂੰ ਹੁਣ ਕਿਲਾ ਜਮਰੌਦ ਦੇ ਦਿਵਾਲੇ ਕੈਂਪ ਵਿੱਚ ਪਹੁੰਚਾ ਕੇ ਆਰਾਮ ਦਿੱਤਾ ਜਾਵੇ ਕਿਉਂਕਿ ਰਾਤ ਦੇ ਕੂਚ ਅਤੇ ਦਿਨ ਦੀ ਲੜਾਈ ਦੇ ਥਕਵੇਂ ਨਾਲ ਆਦਮੀ ਤੇ ਘੋੜੇ ਬਿਹਾਲ ਹੋ ਰਹੇ ਸਨ ਆਦਮੀ ਅਤੇ ਘੋੜੇ ਬਿਹਾਲ ਹੋ ਰਹੇ ਸਨ ਇਸ ਸਮੇਂ ਸਰਦਾਰ ਨਿਹਾਨ ਸਿੰਘ ਆਪਣੇ ਅਮਿੱਟ ਜੋਸ਼ ਵਿੱਚ ਆ ਕੇ ਵੈਰੀਆਂ ਨੂੰ ਦਬਾਉਂਦਾ ਹੋਇਆ ਦਰੇ ਦੇ ਅੰਦਰ ਦੂਰ ਤੱਕ ਚਲਾ ਗਿਆ ਸਰਦਾਰ ਨਿਹਾਨ ਸਿੰਘ ਨੂੰ ਇਸ ਤਰ੍ਹਾਂ ਅਫਗਾਨਾਂ ਦੀ ਕਈ ਹਜ਼ਾਰ ਫੌਜ ਪਿੱਛੇ ਸਿਰਫ 1500 ਸਵਾਰਾਂ ਦਾ ਜੰਦਾ ਦੇਖ ਕੇ ਸਰਦਾਰ ਹਰੀ ਸਿੰਘ ਨੂੰ ਪੰਜ ਹੱਥੇ ਸਰਦਾਰ ਦੀ ਸਹਾਇਤਾ ਲਈ ਦਰੇ ਦੇ ਅੰਦਰ ਜਾਣਾ ਪਿਆ ਇੱਥੋਂ ਸਰਦਾਰ ਹਰੀ ਸਿੰਘ ਨਲੂਆ ਨੇ ਸਰਦਾਰ ਨਿਹਾਨ ਸਿੰਘ ਨੂੰ ਹੁਕਮ ਲਿਖ ਭੇਜਿਆ ਕਿ ਹੋਰ ਅੱਗੇ ਜਾਣ ਦੀ ਲੋੜ ਨਹੀਂ ਤੁਸੀਂ ਆਪਣੇ ਸਵਾਰਾਂ ਨੂੰ ਯੋਗ ਤਰੀਕੇ ਨਾਲ ਦਰੇ ਵਿੱਚੋਂ ਬਾਹਰ ਲੈ ਆਓ ਠੀਕ ਇਸ ਸਮੇਂ ਸ਼ਮਸ਼ੋਦੀਨ ਖਾਨ ਆਪਣੇ ਸੱਜਰਸ਼ਾਹ 2000 ਸਵਾਰਾਂ ਨਾਲ ਦਰੇ ਵਿੱਚ ਪਹੁੰਚ ਗਿਆ ਤੇ ਨਸੇ ਜਾਂਦੇ ਅਫਗਾਨਾਂ ਨੂੰ ਲਾਹਣਤਾ ਮਲਾਮਤਾ ਪਾ ਕੇ ਖੜੇ ਹੋਣ ਲਈ ਇਕਸਾ ਆਇਆ ਬਹੁਤ ਸਾਰੀ ਫੌਜ ਨੇ ਤਾਂ ਇਸ ਦੀ ਉਕਸਾੜ ਦੀ ਕੋਈ ਪਰਵਾਹ ਨਾ ਕੀਤੀ ਤੇ ਉਸੇ ਤਰ੍ਹਾਂ ਚਾਲੇ ਪਾਈ ਗਈ ਹਾਂ ਕੁਝ ਕੁਝ ਸ਼ੀਲੇ ਐਸੇ ਵੀ ਨਿਕਲੇ ਜਿਹੜੇ ਇਸ ਨਾਲ ਮਿਲ ਗਏ ਤੇ ਸਰਦਾਰ ਨਿਹਾਨ ਸਿੰਘ ਨਾਲ ਮੁੜ ਲੜਾਈ ਆਰੰਭ ਹੋ ਗਈ ਇਸ ਸਮੇਂ ਸਰਦਾਰ ਹਰੀ ਸਿੰਘ ਨਲੂਆ ਉਸ ਥਾਂ ਪੁਰ ਸੀ ਜਿਸ ਨੂੰ ਸੁਰ ਕਮਰ ਆਖਦੇ ਸਨ ਇਸ ਚਟਾਨ ਵਿੱਚ ਇੱਕ ਗੁਫਾ ਵੀ ਸੀ ਜਿਸ ਵਿੱਚ ਗਾਜੀ ਛਿਪੇ ਹੋਏ ਦਿਸੇ ਜਿੰਨਾਂ ਵੱਲ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਬਾਡੀਗਾਰਡ ਦਾ ਕੁੰਮੇਦਾਨ ਸਰਦਾਰ ਅਜੈਬ ਸਿੰਘ ਰੰਧਾਵਾ ਅਗਾਹ ਵਧਿਆ ਤਾਂ ਇਸ ਪਰ ਇੱਕ ਗਾਜੀ ਨੇ ਗੋਲੀ ਚਲਾਈ ਜਿਸ ਨਾਲ ਇਹ ਇੱਥੇ ਹੀ ਘੋੜੇ ਤੋਂ ਗਿਰ ਕੇ ਚੜ੍ਹਾਈ ਕਰ ਗਿਆ ਸਰਦਾਰ ਹਰੀ ਸਿੰਘ ਨੇ ਜਦ ਆਪਣੀ ਫੌਜ ਦੇ ਕਮੇਦਾਨ ਨੂੰ ਇਸ ਤਰ੍ਹਾਂ ਡਿੱਗਦਾ ਡਿਠਾ ਤਾਂ ਆਪਨੇ ਕਹੇ ਇੱਕ ਆਪਣਾ ਘੋੜਾ ਖੜਾ ਕਰ ਲਿਆ ਤੇ ਉਸ ਗੁਫਾ ਵੱਲ ਘੋੜੇ ਨੂੰ ਅਗਾਹ ਵਧਾਇਆ ਅਜੇ ਸਰਦਾਰ ਹਰੀ ਸਿੰਘ ਨੇ ਆਪਣਾ ਘੋੜਾ ਕੁਝ ਕਦਮ ਹੀ ਅੱਗੇ ਕੀਤਾ ਸੀ ਕਿ ਅੰਦਰ ਲੁਕੇ ਹੋਏ ਗਾਜੀਆਂ ਨੇ ਸਰਦਾਰ ਹਰੀ ਸਿੰਘ ਜੀ ਦੀ ਸਰਦਾਰ ਹਰੀ ਸਿੰਘ ਨਲੂਆ ਜੀ ਪਰ ਦੋ ਗੋਲੀਆਂ ਚਲਾਈਆਂ ਜੋ ਇੱਕ ਗੋਲੀ ਸਰਦਾਰ ਹਰੀ ਸਿੰਘ ਜੀ ਨਲੂਆ ਜੀ ਦੇ ਛਾਤੀ ਵਿੱਚ ਤੇ ਦੂਜੀ ਵੱਖੀ ਵਿੱਚ ਜਾ ਲੱਗੀ। ਸਰਦਾਰ ਜੀ ਦੇ ਨਾਲ ਦੇ ਸਵਾਰਾਂ ਨੇ ਝਾਟੂਸੇ ਵੇਲੇ ਗੁਫਾ ਨੂੰ ਘੇਰ ਲਿਆ ਤੇ ਅੰਦਰ ਲੁਕੇ ਹੋਏ ਗਾਜੀਆਂ ਨੂੰ ਫੜ ਕੇ ਬਾਹਰ ਕੱਢ ਲਿਆ ਤੇ ਉੱਥੇ ਹੀ ਉਹਨਾਂ ਦੇ ਡੱਕਰੇ ਡੱਕਰੇ ਕਰ ਦਿੱਤੇ। ਪਰ ਜਿਹੜਾ ਕਾਰਾ ਹੈ ਕਰ ਚੁੱਕੇ ਸਨ, ਜਿਹੜਾ ਕਾਰਾ ਹੈ ਗਾਜੀ ਐਸ ਵੇਲੇ ਕਰ ਚੁੱਕੇ ਸਨ, ਉਸ ਦਾ ਬਦਲਾ ਇਸ ਤਰ੍ਹਾਂ ਦੇ ਕਈ ਹਜ਼ਾਰ ਕਾਤਲਾਂ ਦੀ ਕੁਰਬਾਨੀ ਨਾਲ ਵੀ ਪੂਰਾ ਨਹੀਂ ਸੀ ਹੋ ਸਕਦਾ। ਸਰਦਾਰ ਹਰੀ ਸਿੰਘ ਦੇ ਜ਼ਖਮੀ ਹੁੰਦੇ ਹੀ ਆਪਨੇ ਬੜੇ ਹੌਸਲੇ ਨਾਲ ਆਪਣੇ ਘੋੜੇ ਦੀਆਂ ਵਾਗਾਂ ਕਿਲਾ ਜਮਰੋਦ ਵੱਲ ਫੇਰ ਲੀਆਂ ਤੇ ਤੁਰਨ ਤੋਂ ਪਹਿਲਾਂ ਸਰਦਾਰ ਅਮਰ ਸਿੰਘ ਨੂੰ ਹੁਕਮ ਦੇ ਗਏ ਕਿ ਉਹ ਬਹੁਤ ਛੇਤੀ ਸਰਦਾਰ ਨਿਹੰਗ ਸਿੰਘ ਦੀ ਮਦਦ ਨੂੰ ਪਹੁੰਚ ਜਾਣ ਆਪ ਸਰਦਾਰ ਜੀ ਸਿੱਧੇ ਕਿਲੇ ਵਿੱਚ ਪਹੁੰਚ ਗਏ ਪਰ ਬਾਹਰ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ ਕਿ ਆਪ ਇੰਨੇ ਜ਼ਿਆਦਾ ਸਖਤ ਜ਼ਖਮੀ ਹੋ ਗਏ ਹਨ ਸਰਦਾਰ ਹਰੀ ਸਿੰਘ ਨਲੂਆ ਦੇ ਕਿਲੇ ਵਿੱਚ ਪਹੁੰਚਦੇ ਹੀ ਆਪਨੇ ਸਰਦਾਰ ਮਹਾ ਸਿੰਘ ਨੂੰ ਘੋੜੇ ਤੋਂ ਆਪਣੇ ਆਪ ਨੂੰ ਲਾਉਣ ਲਈ ਆਖਿਆ ਆਪਨੇ ਦੋ ਹੋਰ ਸਿੰਘਾਂ ਦੀ ਸਹਾਇਤਾ ਨਾਲ ਨਰੂਏ ਸਰਦਾਰ ਨੂੰ ਘੋੜੇ ਤੋਂ ਹੇਠ ਉਤਾਰਿਆ ਪਰ ਆਪਨੇ ਸਰਦਾਰ ਜੀ ਦੇ ਫੱਟਾਂ ਵਿੱਚੋਂ ਫੁਹਾਰਿਆਂ ਦੀ ਤਰ੍ਹਾਂ ਲਹੂ ਧਾਰਾ ਵਗਦੀਆਂ ਡਿੱਟੀਆਂ ਤਾਂ ਆਪਦੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ ਸਰਦਾਰ ਜੀ ਦੀ ਹਾਲਤ ਹੁਣ ਪਲੋ ਪਲ ਡਾਡੀ ਕਮਜ਼ੋਰ ਹੋ ਰਹੀ ਸੀ ਸਿਆਣੇ ਸਰਦਾਰ ਮਹਾ ਸਿੰਘ ਨੇ ਉਸੇ ਵਕਤ ਕਿਲੇ ਦੇ ਇੱਕ ਵੱਖਰੇ ਕਮਰੇ ਵਿੱਚ ਸਰਦਾਰ ਜੀ ਨੂੰ ਲਿਜਾ ਕੇ ਆਰਾਮ ਨਾਲ ਲਟਾ ਦਿੱਤਾ ਤੇ ਉਸੇ ਵਕਤ ਆਪਣੇ ਫੱਟ ਬੰਨ ਨੂੰ ਵੀ ਬੁਲਾਇਆ ਜੇਸ ਨੇ ਸਰਦਾਰ ਜੀ ਦੇ ਫਟ ਬੜੀ ਯੋਗਤਾ ਨਾਲ ਬੰਨੇ ਤੇ ਹੁਣ ਲਾਉ ਵੀ ਬਹੁਤ ਕੁਝ ਰੁਕ ਗਿਆ ਸੀ ਪਰ ਦਰਦ ਬਹੁਤ ਸਖਤ ਸੀ ਜਿਸ ਕਰਕੇ ਸਰਦਾਰ ਸੇ ਮਹਾ ਸਿੰਘ ਦੀ ਚਿੰਤਾ ਪੜੋ ਪੜ ਵਧਦੀ ਗਈ ਉਧਰ ਧਰੇ ਵਿੱਚ ਜਦ ਸਰਦਾਰ ਅਮਰ ਸਿੰਘ ਇੱਕ ਮਿੰਟ ਦਿਓ ਦੋਸਤੋ ਉਧਰ ਦਰੇ ਵਿੱਚ ਜਦ ਸਰਦਾਰ ਅਮਰ ਸਿੰਘ ਸਰਦਾਰ ਨਿਹੰਗ ਸਿੰਘ ਪੰਜ ਹੱਥੇ ਦੀ ਮਦਦ ਲਈ ਪਹੁੰਚਿਆ ਤਾਂ ਮੋੜ ਬੜੀ ਕਮਸਾਣ ਦੀ ਲੜਾਈ ਹੋਣ ਲੱਗੀ ਇੱਥੇ ਐਸਾ ਲੋਹੇ ਨਾਲ ਲੋਹਾ ਖੜਕਿਆ ਕਿ ਜਿੱਧਰ ਦੇਖਦਾ ਸੀ ਉੱਥੋਂ ਤੱਕ ਲੋਥਾਂ ਹੀ ਲੋਥਾਂ ਦਿਸ ਰਹੀਆਂ ਸਨ ਇਹ ਲੜਾਈ ਸੂਰਜ ਦੇ ਲੋਪ ਹੋਣ ਤੱਕ ਜਾਰੀ ਰਹੀ ਆਖਰ ਅਫਗਾਨ ਆਪਣੀ ਕਾਮਯਾਬੀ ਦੀ ਕੋਈ ਸੂਰਤ ਨਾ ਦੇਖਦੇ ਹੋਏ ਇੱਥੋਂ ਵੀ ਪਿੱਛੇ हट ਗਏ ਅਤੇ ਬਹੁਤ ਸਾਰਾ ਜੰਗੀ ਸਮਾਨ ਤੰਬੂ ਅਨਾਜ ਅਤੇ ਹਥਿਆਰਾਂ ਪਰ ਖਾਲਸੇ ਨੇ ਕਬਜ਼ਾ ਕਰ ਲਿਆ ਹੁਣ ਖਾਲਸਾ ਫਤਿਹ ਦੇ ਨਗਾਰੇ ਵਜਾਉਂਦਾ ਹੋਇਆ ਕਿਲਾ ਜਮਰੋਦ ਵੱਲ ਪਰਤ ਆਇਆ ਪਰ ਇੱਥੇ ਆ ਕੇ ਜਦ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਦਾ ਆਤ ਪਿਆਰਾ ਸਰਦਾਰ ਹਰੀ ਸਿੰਘ ਨਲੂਆ ਸਖਤ ਜ਼ਖਮੀ ਹੋ ਗਿਆ ਤਾਂ ਇਹਨਾਂ ਦੀ ਫਤਿਹਯਾਬੀ ਦੀਆਂ ਖੁਸ਼ੀਆਂ ਉਦਾਸੀ ਵਿੱਚ ਬਦਲ ਗਈਆਂ ਮਲਾਮ معلوم ਹੁੰਦਾ ਹੈ ਕਿ ਅੱਜ ਦਿਨ ਦੀ ਅੰਧਾ ਧੁੰਦ ਲੜਾਈ ਵਿੱਚ ਅਫਗਾਨਾਂ ਨੇ ਐਨਾ ਭਾਰੀ ਨੁਕਸਾਨ ਉਠਾਇਆ ਸੀ ਕਿ باوجود ਸ਼ਮਸ਼ੋਦੀਨ ਖਾਨ ਦੇ ਇਹਨਾਂ ਦੇ ਹੌਸਲੇ ਵਧਾਉਣ ਦੇ afghan ਕਿਲਾ ਜਮਰੋਦ ਪਰ ਮੁਰ ਕਦੀ ਵੀ ਤਾਵਾ ਕਰਨ ਦਾ ਹਿਆ ਨਾ ਕਰ ਸਕੇ ਉਹਨਾਂ ਜਿਹੜੀਆਂ ਮੈਦਾਨਾ ਇਸ جنگ ਨੂੰ ਸ਼ੁਰੂ ਕੀਤਾ ਸੀ ਉਹ ਸਾਰੀਆਂ ਹੀ ਅਪੂਰਨ ਰਹਿ ਗਈਆਂ ਅਰਥਾਤ ਨਾ ਹੀ ਉਹ ਕਿਲਾ ਜਮਰੋਦ ਪਰ ਆਪਣਾ ਕਬਜ਼ਾ ਕਰ ਸਕੇ ਨਾ ਹੀ ਪਿਸ਼ਾਵਰ ਨੂੰ ਕਾਬਲ ਦੀ ਸਲਤਨਤ ਨਾਲ ਮਿਲਾਉਣ ਵਿੱਚ ਸਫਲ ਹੋਏ ਇਸ ਲੜਾਈ ਦੇ ਲੜਨ ਵਿੱਚ ਖਾਲਸੇ ਦਾ ਪਰਯੋਜਨ ਕੇਵਲ ਇਹੋ ਸੀ ਕਿ ਅਫਗਾਨੀ ਫੌਜ ਜੋ ਇਨੀਆਂ ਪਹਾੜੀਆਂ ਤਿਆਰੀਆਂ ਕਰਕੇ ਕਿਨਾਲ ਜਮਰੌਦ ਨੂੰ ਆਪਣੇ ਕਬਜ਼ੇ ਵਿੱਚ ਕਰਨ ਲਈ ਆਈ ਸੀ ਉਸ ਤੋਂ ਕਿਲਾ ਬਚਾਇਆ ਜਾਏ ਤੇ ਖਾਲਸੇ ਦਾ ਝੰਡਾ ਉਸਤੇ ਝੂਲਦਾ ਰਹੇ ਸੋ ਇਸ ਮਨੋਰਥ ਦੀ ਪ੍ਰਾਪਤੀ ਵਿੱਚ ਖਾਲਸੇ ਨੂੰ ਸੰਪੂਰਨ ਕਾਮਯਾਬੀ ਮਿਲੀ ਹੋਈ ਸੀ ਮਿਚਰੀਆਂ ਤੇ ਸ਼ੰਕਰਗੜ ਦੇ ਸੰਗਰਾਮ ਅਜੇ ਇਹ ਗੱਲ ਲਿਖਣੀ ਬਾਕੀ ਹੈ ਕਿ ਜਦ ਕਾਬਲ ਤੋਂ ਅਫਗਾਨੀ ਫੌਜ ਤੇ ਜਹਾਦੀ ਲਸ਼ਕਰ ਖਾਲਸੇ ਪਰ ਚੜ੍ਹਾਈ ਕਰਨ ਲਈ ਦੋਸਤ امیر محمد ਖਾਨ ਨੇ ਤੋਰਿਆ ਸੀ ਤਾਂ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ ਇੱਕ ਵੱਡਾ ਹਿੱਸਾ ਉਹ ਸੀ ਜਿਹੜਾ ਕਿਲਾ ਜਮਰੋਦ ਦੀ ਫਤਿਹ ਕਰਨ ਲਈ ਕਰਨ ਲਈ ਆਇਆ ਸੀ ਜਿਸ ਦਾ ਹਾਲ ਪਾਠਕ ਪੜ ਚੁੱਕੇ ਹਨ ਦੂਜਾ ਹਿੱਸਾ ਜਿਹੜਾ ਹਾਜੀ ਖਾਨ ਕਾਕੜ ਅਤੇ ਸੈਦ ਬਾਬਾ ਜਾਨ ਦੀ ਤਹਿਤ ਵਿੱਚ ਸੀ ਇਸ ਵਿੱਚ 2000 ਕਲਮੀਆਂ ਤੇ ਕਈ ਹਜ਼ਾਰ ਮਲਕਈਆ ਲਸ਼ਕਰ ਸੀ ਇਨਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਲਸ਼ਕਰ ਸ਼ੰਕਰਗੜ ਤੇ ਮਿਚਨੀ ਦੇ ਕਿਲਿਆਂ ਪਰ ਧਾਵਾ ਕਰੇ ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਖਾਲਸਾ ਫੌਜ ਦੀ ਤਾਕਤ ਵੰਡੀ ਰਹੇਗੀ ਦੂਜਾ ਜੇ ਇਹ ਕਿਲਾ ਅਫਗਾਨਾਂ ਦੇ ਹੱਥ ਆ ਜਾਏ ਤਾਂ ਪਿਸ਼ਾਵਰ ਪਰ ਧਾਵਾ ਕਰਨਾ ਬਹੁਤ ਸੌਖਾ ਹੋ ਜਾਏਗਾ ਇਸ ਗਰਜ ਨੂੰ ਪੂਰਾ ਕਰਨ ਲਈ ਹਾਜੀ ਖਾਨ ਕਾਕੜ ਮੁਹੰਮਦ ਤੇ ਵਿਜੋਰ ਦੇ ਇਲਾਕਿਆਂ ਵਿੱਚ ਹੋ ਕੇ ਆਇਆ ਸੀ ਪਰ ਇਹ ਗੱਲ ਬੜੀ ਹੈਰਾਨ ਕਰਨ ਵਾਲੀ ਹੈ ਕਿ ਉਹ ਆਪਣੇ ਨਾਲ ਆਈਨਾ ਭਾਰੀ ਲਸ਼ਕਰ ਰੱਖਦਾ ਹੋਇਆ ਵੀ ਕਿਲਾ ਸ਼ੰਕਰਗੜ੍ਹ ਪਰਤਾਵਾ ਕਰਨ ਦਾ ਹੌਸਲਾ ਨਾ ਕਰ ਸਕਿਆ ਹਾਲਾਂਕਿ ਇਸ ਸਮੇਂ ਸਰਦਾਰ ਲਹਿਣਾ ਸਿੰਘ ਕਿਲੇਦਾਰ پاس ਕੇਵਲ 1000 ਜਵਾਨ ਕਿਲੇ ਵਿੱਚ ਸਨ ਹਾਜੀ ਖਾਨ ਚੰਗੇ ਦਰੇਡੇ ਫਾਸਲੇ ਪਰ ਡੇਰਾ ਜਮਾਈ ਬੈਠਾ ਸੀ ਅਤੇ ਪਤਾ ਨਹੀਂ ਕਿ ਉਹ ਕਿਸ ਗੱਲ ਦੀ ਉਡੀਕ ਕਰ ਰਿਹਾ ਸੀ ਹਾਜੀ ਖਾਨ ਦੇ ਕੈਂਪ ਵਿੱਚ ਰੋਜ਼ਾਨਾ ਖਬਰਾਂ ਸਰਦਾਰ ਲਹਿਣਾ ਸਿੰਘ ਨੂੰ ਕਿਲੇ ਵਿੱਚ ਪਹੁੰਚਦੀਆਂ ਰਹਿੰਦੀਆਂ ਸਨ ਅਤੇ ਖਾਲਸਾ ਹਰ ਵਕਤ ਉਹਨਾਂ ਨੂੰ ਆਪਣੇ ਹੱਥ ਦੱਸਣ ਲਈ ਉਡੀਕ ਵਿੱਚ ਰਹਿੰਦਾ ਸੀ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਹੋਣ ਵਕ ਗਿਆ ਜਦ ਹਾਜੀ ਖਾਨ ਦੇ ਤਾਵੇ ਦੀਆਂ ਉਡੀਕਾਂ ਕਰਦੇ ਆ ਖਾਲਸਾ ਤਾਂ ਇਹ ਸਮੇਂ ਇਸ ਬਹਾਦਰ ਸਰਦਾਰ ਲਹਿਣਾ ਸਿੰਘ ਨੇ ਹਾਜੀ ਖਾਨ ਕਾਕਰ ਨੂੰ ਇੱਕ ਬੜਾ ਸਵੱਦਲਾ ਖਤ ਲਿਖਿਆ ਜਿਸ ਤੋਂ ਖਾਲਸਾਈ ਸ਼ਾਨ ਚੋਚੋ ਪੈਂਦੀ ਸੀ ਆਪਨੇ ਲਿਖਿਆ ਹੈ ਮੈਂ ਸੁਣਿਆ ਹੈ ਕਿ ਜੋ ਆਪ ਅਫਗਾਨਾਂ ਦੇ ਬੜੇ ਬਹਾਦਰ ਜੰਗੀ ਸਿਪਾ ਸਲਾਰ ਹੋ ਅਤੇ ਬਹੁਤ ਸਾਰੀ ਫੌਜ ਅਤੇ ਜਹਾਦੀ ਲਸ਼ਕਰ ਨਾਲ ਆਪਣੇ ਨਾਲ ਲੈ ਕੇ ਖਾਲਸੇ ਨਾਲ ਜੋਰ ਅਜਮਾਈ ਕਰਨ ਲਈ ਆਏ ਹੋ ਜੇ ਕਦੇ ਇਹ ਗੱਲ ਸੱਚੀ ਹੈ ਤਾਂ ਫਿਰ ਆਪ ਕਿਉਂ ਇਸ ਵਕਤ ਇੱਕ ਪਹਾੜਾਂ ਵਿੱਚ ਸਿਰ ਲਕਾਈ ਬੈਠੇ ਹੋ ਮੇਰੀ ਖਾਲਸਾ ਫੌਜ ਚਾਹੁੰਦੀ ਹੈ ਕਿ ਆਪ ਨਾ ਖੁੱਲੇ ਮੈਦਾਨ ਵਿੱਚ ਬਾਧਰਾ ਦੀ ਚਰਾਂ ਜੋਰ ਅਜਮਾਇਸ਼ ਕੀਤੀ ਜਾਵੇ ਸੋ ਹੁਣ ਮੈਦਾਨ ਵਿੱਚੋਂ ਉਤਰ ਆਓ ਤੇ ਖਾਲਸੇ ਦੀ ਤਲਵਾਰ ਤੇ ਜੋਹਰ ਦੇਖੋ ਇਸ ਬਾਰੇ ਮੈਸ਼ਨ ਦੀ ਲਿਖਤ ਅੰਗਰੇਜ਼ੀ ਵਿੱਚ ਇਸ ਤਰ੍ਹਾਂ ਹੈ ਹਾਜੀ ਖਾਨ ਫਾਊਂਡ ਹਿਮself ਇਨ ਕਮਾਂਡ ਆਫ 5 ਆਰ 6000 ਮੈਨ ਸੋ ਦੋਸਤੋ ਇਹ ਸਾਰੀ ਇੰਗਲਿਸ਼ ਦੇ ਵਿੱਚ ਆ ਕਿਆ ਜਾਂਦਾ ਹੈ ਕਿ ਅਤ ਕਰੜੀ ਟਕੋਰ ਦਾ ਵੀ ਹਾਜੀ ਖਾਨ ਦੇ ਦਿਲ ਪਰ ਕੋਈ ਅਸਰ ਨਾ ਆਇਆ ਅਰਥਾਤ ਇਹ ਪਹਾੜਾਂ ਵਿੱਚੋਂ ਨਾ ਹੀ ਨਿਕਲਿਆ ਉਦੋਂ ਜਦ ਮਿਰਜ਼ਾ ਸਮੀ ਖਾਨ ਤੇ ਅਕਬਰ ਖਾਨ ਦરા ਖੈਬਰ ਵਿੱਚ ਪਹੁੰਚ ਗਏ ਤਾਂ ਉਹਨਾਂ ਨੇ ਹਾਜੀ ਖਾਨ ਨੂੰ ਇੱਕ ਜ਼ਰੂਰੀ ਖੱਤ ਲਿਖ ਭੇਜਿਆ ਕਿ ਪਤਾ ਲੱਗਾ ਕਿ ਸਰਦਾਰ ਹਰੀ ਸਿੰਘ ਨੂੰ ਲਾਹੌਰ ਤੋਂ ਫੌਜੀ ਮਦਦ ਛੇਤੀ ਨਹੀਂ ਪਹੁੰਚ ਸਕਦੀ ਇਸ ਲਈ ਇਹ ਸਮਾਂ ਸਾਡੇ ਲਈ ਬੜਾ ਲਾਭਦਾਇਕ ਹੈ ਤੁਸੀਂ ਸਣਿਆ ਆਪਣੇ ਲਸ਼ਕਰ ਤੇ ਦਰਿਆ ਕਾਬਲ ਤੋਂ ਪਾਰ ਹੋ ਕੇ ਸਾਡੇ ਨਾਲ ਜਮਰਾਉਤ ਦੇ ਮੈਦਾਨ ਵਿੱਚ ਮਿਲ ਜਾਓ ਤਾ ਕੇ ਕਿਲਾ ਛੇਤੀ ਫਤਿਹ ਕਰ ਲਈਏ ਭਰਾਜੀ ਖਾਨ ਦੇ ਦਿਲ ਪਰ ਖਾਲਸੇ ਦਾ ਇਨਾ ਦਬਦਬਾ ਬੈਠਾ ਹੋਇਆ ਸੀ ਕਿ باوجود ਇਹ ਨਾਲ ਲਿਖਤੀ ਹੁਕਮ ਹੁਕਮਾਂ ਦੇ ਵੀ ਉਹ ਲੜਨ ਵਿੱਚ ਟਾਲ ਮਟੋਲ ਹੀ ਕਰਦਾ ਰਿਹਾ ਇਸ ਨੇ ਇਸ ਖੱਤ ਦੇ ਜਵਾਬ ਵਿੱਚ ਮੁਹੰਮਦ ਅਕਬਰ ਖਾਨ ਨੂੰ ਲਿਖਿਆ ਕਿ ਸਰਦਾਰ ਲਹਿਣਾ ਸਿੰਘ ਕਿਲਾਦਾਰ ਕਿਲਾ ਸ਼ੰਕਰਗੜ੍ਹ ਨੇ ਦਰਿਆ ਦੇ ਸਾਰੇ ਪੱਤਨ ਆਪਣੇ ਕਾਬੂ ਵਿੱਚ ਕਰ ਲਏ ਹਨ ਅਤੇ ਉਹ ਭਾਰੀ ਜੰਗੀ ਤਿਆਰੀਆਂ ਕਰਕੇ ਆਪ ਨੂੰ ਮਿਲਣ ਦੇ ਸਾਰੇ ਰਸਤੇ ਰੋਕੀ ਬੈਠਾ ਹੈ ਅਸੀਂ ਯੋਗ ਸਮੇਂ ਦੀ ਢੀਕ ਵਿੱਚ ਹਾਂ ਜਦੋਂ ਮੌਕਾ ਮਿਲੇਆ ਆਪਣਾ ਫਰਜ਼ ਪੂਰਾ ਜ਼ਰੂਰ ਕਰਾਂਗੇ ਇਸ ਤਰ੍ਹਾਂ ਵਕਤ ਟਪਾਈ ਕਰਦਿਆਂ ਹਾਜੀ ਖਾਨ ਨੇ ਬਹੁਤ ਸਾਰੇ ਦਿਨ ਐਵੇਂ ਬਤਾ ਦਿੱਤੇ ਇਸ ਦੇ ਬਾਅਦ ਹੁਣ ਹਾਜੀ ਖਾਨ ਨੂੰ ਇਹ ਚਿੰਤਾ ਲੱਗ ਗਈ ਕਿ ਇਤਨਾ ਭਾਰੀ ਖਰਚ ਛਾਈ ਖਜ਼ਾਨੇ ਦਾ ਕਰਕੇ ਜੇ ਕਦੇ ਇੱਥੇ ਇੱਕ ਲੜਾਈ ਕੀਤੇ ਤੋਂ ਬਿਨਾ ਹੀ ਇਸੇ ਤਰ੍ਹਾਂ ਤੁਰ ਜਾਈਏ ਤਾਂ ਬੇਪੱਤੀ ਤੋਂ ਛੁੱਟ ਜਾਨ ਦੇ ਜਾਨ ਦਾ ਵੀ ਭਾਰੀ ਖਤਰਾ ਹੈ ਇਸ ਲਈ ਇਸ ਖਤਰੇ ਤੋਂ ਬਚਣ ਲਈ ਛੇਕੜਾ ਇੱਕ ਰਾਤ ਕੋਹਰੇ ਹਨੇਰੇ ਵਿੱਚ ਚੁੱਪਚਾਪ ਪਹਾੜਾਂ ਤੋਂ ਨਿਕਲਿਆ ਤੇ ਕਿੜਾ ਇੱਕ ਕਿਲਾ ਸ਼ੰਕਰਗੜ ਆ ਛਪੋਲ ਮਾਰਿਆ ਅੱਗੇ ਖਾਲਸਾ ਤਿਆਰ ਬਰ ਤਿਆਰ ਬੈਠਾ ਸੀ ਗਾਜੀਆਂ ਦੇ ਪਹੁੰਚਦੇ ਹੀ ਖਾਲਸੇ ਨੇ ਤੁਪਾ ਤੇ ਬੰਦੂਕਾਂ ਨਾਲ ਇਹਨਾਂ ਦੀ ਉਹ ਆਓ ਭਗਤ ਕੀਤੀ ਉਹ ਆਓ ਭਗਤ ਕੀਤੀ ਕ ਇਹਨਾਂ ਦੇ ਛੱਕੇ ਛੜਾ ਦਿੱਤੇ ਆਏ ਸਨ ਸੁਰਖਰੋਹੀ ਪ੍ਰਾਪਤ ਕਰਨ ਸੁਰਖਰੋਹੀ ਪ੍ਰਾਪਤ ਕਰਨੇ ਨੂੰ ਉਲਟੇ ਕਲੰਕੀ ਹੋ ਮੁੜੇ ਹਾਜੀ ਖਾਨ ਨੇ ਇਸ ਤਰ੍ਹਾਂ ਮੈਦਾਨ ਖਾਲੀ ਛੱਡ ਕੇ ਗੰਦਾਬ ਘਾਟੀ ਵਿੱਚ ਆ ਡੇਰਾ ਲਾਇਆ ਇਥੋਂ ਇੱਕ ਬੜੀ ਅਸਚਰਜ ਫਰਜੀ ਰਿਪੋਰਟ ਤਿਆਰ ਕਰਕੇ ਅਮੀਰ ਦੋਸਤ ਮੁਹੰਮਦ ਖਾਨ ਕਾਬਲ ਭਜਵਾ ਦਿੱਤੀ ਜਿਹੜੀ ਮੂਨੋ ਹੀ ਮੂਲੋ ਹੀ ਮਨੋ ਕਲਪਤ ਸੀ ਜੋ ਇਸ ਤਰ੍ਹਾਂ ਆਰੰਭ ਹੁੰਦੀ ਸੀ ਇਸ ਜਾਨ ਨਿਸਾਰ ਨੇ ਸਣੇ ਆਪਣੀ ਵਫਾਦਾਰ ਫੌਜ ਦੇ ਕਾਫਰਾਂ ਯਾਨੀ ਕਿ ਸਿੱਖਾਂ ਉੱਪਰ ਬੜਾ ਕਰੜਾ ਧਾਵਾ ਕੀਤਾ ਸੀ ਪਰ ਅਫਸੋਸ ਹੈ ਕਿ ਆਪ ਦੇ ਬਾਗੀ ਭਾਈ ਸੁਲਤਾਨ ਮੁਹੰਮਦ ਖਾਨ ਨੇ ਸਿੱਖਾਂ ਵੱਲੋਂ ਬਹੁਤ ਸਾਰਾ ਰੁਪਈਆ ਵੰਡ ਕੇ ਮੇਰੇ ਲਸ਼ਕਰ ਵਿੱਚੋਂ ਬਿਜੋੜੀ ਕੁੰੜੀ ਯੂਸਫ ਜਈਆਂ ਦੇ ਖਵਾਨ ਇਹਨਾਂ ਨੂੰ ਵਰਗਲਾ ਕੇ ਪਰਮਾ ਕੇ ਮੇਰੇ ਨਾਲੋਂ ਅਡਰਾ ਕਰ ਲਿਆ ਸੀ ਇਹਦੇ ਬਾਰੇ ਹਿਸਟਰੀ ਹੈਗੀ ਮਿਸਟਰ ਮੈਸ਼ਨ ਜਿਲਦ 3 ਸਫਾ 690 ਚੁਕੀ ਵੈਰੀ ਦੀ ਫੌਜ ਇਧਰ ਬਹੁਤ ਵਧਿਕ ਸੀ ਇਸ ਲਈ ਮੈਂ ਲਾਚਾਰ ਸ਼ਾਹਦਤ ਖਾਨ ਨਾਲ ਪਿੱਛੇ ਪਰਤਾ ਆ ਸਰਦਾਰ ਬਹਾਦਰ ਸਰਦਾਰ ਲੈਣਾ ਸਿੰਘ ਸੰਧਵਾਲੀਆ ਦਾ ਇਸ ਸਮੇਂ ਕਿਲਾ ਮੇਚਣੀ ਤੇ ਸ਼ੰਕਰਗੜ ਨੂੰ ਅਫਗਾਨਾਂ ਤੇ ਗਾਜੀਆਂ ਤੋਂ ਬੜੀ ਜਮੇ ਜਵਾਂ ਜਵਾਂ ਮਰਦੀ ਨਾਲ ਬਚਾਈ ਰੱਖਣਾ ਤੇ 하지 ਖਾਨ ਤੇ ਫਤਿਹਯਾਬੀ ਦੀ ਖਬਰ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਐਸੇ ਪ੍ਰਸੰਨ ਹੋਏ ਕਿ ਆਪ ਨੂੰ ਖਾਲਸਾ ਸਰਕਾਰ ਦਾ ਅਦੁੱਚਾ ਖਿਤਾਬ ਤੇ ਬਹੁਤ ਸਾਰੀ ਜਗੀਰ ਬਖਸ਼ੀ ਇਹ ਖਿਤਾਬ ਸੀ ਉੱਜਲ ਦੀਦਾਰ ਨਿਰਮਲ ਬੁੱਧ ਸਰਦਾਰ ਬਾਵਕਾਰ ਸਰਦਾਰ ਲੈਣਾ ਸਿੰਘ ਸੰਧਾਵਾਲੀਆ ਬਹਾਦਰ ਸ਼ਹੀਦੀ ਸਰਦਾਰ ਜਰਨੈਲ ਹਰੀ ਸਿੰਘ ਨਲਵਾ ਜੀ ਦੀ ਸ਼ਹੀਦੀ ਦੋਸਤੋ ਆਪਾਂ ਸ਼ੁਰੂ ਕਰਨ ਲੱਗੇ 33 ਮਿੰਟ ਤੇ 50 ਸੈਕਿੰਡ ਤੇ ਸ਼ਹੀਦੀ ਅਸੀਂ ਉੱਪਰ ਲਿਖਿਆ ਹੈ ਕਿ ਸਰਦਾਰ ਹਰੀ ਸਿੰਘ ਨੂੰ ਜਦੋਂ ਦੋ ਗੋਲੀਆਂ ਲੱਗੀਆਂ ਤਾਂ ਉਹ ਬੜੀ ਹਿੰਮਤ ਨਾਲ ਕਿਲਾ ਜਮਰੌਦ ਵਿੱਚ ਪਹੁੰਚ ਗਏ ਸਨ ਆ ਇਥੇ ਆਪਦੇ ਫੱਟ ਵੱਧ ਗਏ ਪਰ ਕਿਲੇ ਵਿੱਚ ਪਹੁੰਚਣ ਤੀਕ ਆਪਦੇ ਫੱਟਾਂ ਵਿੱਚੋਂ ਇੰਨਾ ਵਦੇਰਾ ਲਉ ਨਿਕਲ ਗਿਆ ਸੀ ਕਿ ਜਦ ਆਪ ਕਿਲੇ ਵਿੱਚ ਪਹੁੰਚੇ ਤਾਂ ਆਵਦੀ ਹਾਲਤ ਕਾਫੀ ਕਮਜ਼ੋਰ ਹੋ ਗਈ ਸੀ ਪਰ ਇਹ ਗੱਲ ਤਾਂ ਕਿਸੇ ਦੇ ਚਿੱਤ ਚਿੱਤੇ ਹੀ ਨਹੀਂ ਸੀ ਕਿ ਖਾਲਸੇ ਨੂੰ ਆਪਣੀ ਜਿੰਦ ਜਾਨ ਤੋਂ ਵੀ ਪਿਆਰਾ ਜਰਨੈਲ ਸਰਦਾਰ ਹਰੀ ਸਿੰਘ ਨਲੂ ਅੱਜ ਹੀ ਸਦਾ ਦਾ ਵਿਛੋੜਾ ਦੇ ਜਾਏਗਾ ਇਇਸਤੋ ਪਹਿਲਾਂ ਆਪ ਕਈ ਵਾਰ ਫੱਟੜ ਹੁੰਦੇ ਰਹੇ ਸਨ ਪਰ ਥੋੜੇ ਦਿਨਾਂ ਦੇ ਇਲਾਜ ਨਾਲ ਆਪ ਉਸੇ ਤਰ੍ਹਾਂ ਨਵੇਂ ਨਰੋਏ ਹੋ ਜਾਂਦੇ ਸਨ ਦੂਜਾ ਆਪ ਜੀ ਦੀ ਬੋਲਚਾਲ ਵਿੱਚ ਉਸੇ ਤਰ੍ਹਾਂ ਸ਼ੇਰ ਵਾਲੀ ਗਰਜ ਅਤੇ ਦਬਦਬੇ ਦੀ ਸ਼ਾਨ ਕਾਇਮ ਸੀ ਹੁਣ ਫੱਟਾਂ ਤੋਂ ਖੂਨ ਆਉਣ ਦਾ ਖੂਨ ਦਾ ਆਉਣਾ ਵੀ ਘਟ ਗਿਆ ਸੀ ਪਰ ਦਰਦ ਦੀ ਖੇਚਲ ਪਲੋ ਪਲੀ ਵੱਧ ਰਹੀ ਸੀ ਜਿਸ ਕਰਕੇ ਸਰਦਾਰ ਮਹਾ ਸਿੰਘ ਜਵਾਬ ਜੀ ਦੇ ਇਲਾਜ ਲਈ ਦੌੜ ਭੱਜ ਕਰ ਰਹੇ ਸਨ ਕੁਝ ਭੈ ਭੀ ਜਿਹੇ ਹੋ ਗਏ ਹੁਣ ਸੂਰਜ ਲਹਿ ਗਿਆ ਸੀ ਅਫਗਾਨਾਂ ਲੱਖ ਲੱਖ ਸ਼ੁਕਰ ਕੀਤਾ ਜੋ ਮਸਾ ਮਸਾ ਹਨੇਰੀ ਰਾਤ ਆਈ ਜਿਸ ਕਰਕੇ ਉਹਨਾਂ ਨੂੰ ਪਿੱਛੇ ਪਰਤ ਜਾਣ ਦਾ ਖੁੱਲਾ ਸਮਾਂ ਮਿਲ ਗਿਆ ਸੀ ਅਤੇ ਸਾਰਾ ਲਸ਼ਕਰ ਰਾਤੋਂ ਰਾਤ ਕੂਚ ਕਰਕੇ ਧਕੇ ਪਹੁੰਚ ਗਿਆ ਸੀ ਇਧਰ ਸਰਦਾਰ ਧੰਨਾ ਸਿੰਘ ਅਤੇ ਸਰਦਾਰ ਅਮਰ ਸਿੰਘ ਨੇ ਜਦ ਦੇ ਵੇਖਿਆ ਕਿ ਵੈਰੀ ਮੈਦਾਨ ਛੱਡ ਕੇ ਪਿੱਛੇ ਪਰਤ ਗਿਆ ਹੈ ਤਾਂ ਇਹ ਸਰਦਾਰ ਸਣੇ ਆਪਣੀਆਂ ਫੌਜਾਂ ਦੇ ਆਪਣੇ ਕੈਂਪ ਨਿਵਾਸ ਸਥਾਨ ਵਿੱਚ ਪਰਤ ਆਏ ਇਸ ਸਮੇਂ ਫੌਜ ਵਿੱਚ ਜਿਹੜਾ ਵੀ ਸੁਣਦਾ ਸੀ ਸਰਦਾਰ ਹਰੀ ਸਿੰਘ ਜੀ ਫੱਟੜ ਹੋ ਗਏ ਹਨ ਤਾਂ ਉਹ ਇਹ ਯਤਨ ਕਰਦਾ ਸੀ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਪਲੰਗ ਦੇ ਕੋਲ ਪਹੁੰਚ ਕੇ ਉਹਨਾਂ ਦੇ ਦਰਸ਼ਨ ਕਰਾਂ ਇਸ ਤਰ੍ਹਾਂ ਨਾ ਤਾਂ ਸਾਰੀ ਫੌਜ ਦੇ ਆਉਣ ਲਈ ਕਿਲੇ ਦੇ ਅੰਦਰ ਜਗ੍ਹਾ ਦੀ ਗੰਜਾਇ ਸੀ ਅਤੇ ਨਾ ਹੀ ਕਿਲੇਦਾਰ ਸਰਦਾਰ ਮਹਾ ਸਿੰਘ ਨੇ ਯੋਗ ਸਮਝਿਆ ਕਿ ਬਹੁਤ ਭੀੜ ਭਾੜ ਸਰਦਾਰ ਜੀ ਦੇ ਲਾਗੇ ਇਕੱਠੀ ਕੀਤੀ ਜਾਏ ਇਸ ਸਮੇਂ ਸਰਦਾਰ ਹਰੀ ਸਿੰਘ ਨੇ ਆਪਣੇ ਪੁਰਾਣੀਆਂ ਸਾਥੀਆਂ ਨੂੰ ਲਾਗੇ ਦੇਖ ਕੇ ਇਹਨਾਂ ਨੂੰ ਆਖਿਆ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਨੇ ਆਪਣੇ ਅਖੀਰਲੇ ਸਾਹਾਂ ਦੇ ਵਿੱਚ ਆਪਣੇ ਲਾਗੇ ਖੜੇ ਪੁਰਾਣੇ ਸਾਥੀਆਂ ਨੂੰ ਕੀ ਆਖਿਆ ਦੋਸਤੋ ਆਪਾ ਪੜਦੇ ਹਾਂ ਮੈਂ ਆਪ ਸਾਰਿਆਂ ਸੂਰਮਿਆਂ ਨੂੰ ਅੱਜ ਕਿਲਾ ਜਮਰੌਦ ਨੂੰ ਵੈਰੀਆਂ ਤੋਂ ਬਚਾਉਣਾ ਤੇ ਫਤਿਹਯਾਬੀ ਲਈ ਵਧਾਈ ਦਿੰਦਾ ਹਾਂ ਮੈਂ ਜਾਣਦਾ ਹਾਂ ਕਿ ਆਪ ਨੇ ਮੇਰੇ ਨਾਲ ਰਲ ਕੇ ਖਾਲਸਾ ਰਾਜ ਦੇ ਵਾਅਦੇ ਵਾਅਦੇ ਲਈ ਆਪਣੇ ਆਪ ਨੂੰ ਕਠਨ ਤੋਂ ਕਠਣੋਕੜਾਂ ਵਿੱਚ ਪੈਣ ਤੋਂ ਕਦੇ ਵੀ ਮੂੰਹ ਨਹੀਂ 모ੜਿਆ ਮੈਨੂੰ ਇਸ ਸਮੇਂ ਅੰਤਰਾਤਮੇ ਕੁਝ ਮਲੂਮ ਹੋ ਰਿਹਾ ਹੈ ਕਿ ਮੇਰੀ ਉਸ ਸਫਰ ਲਈ ਤਿਆਰੀ ਨੇੜੇ ਹੈ ਜਿਸ ਤੋਂ ਪਰਤ ਕੇ ਕਦੇ ਕੋਈ ਵਾਪਸ ਨਹੀਂ ਮੁੜਿਆ ਪਰ ਮੈਨੂੰ ਅੱਜ ਇਹ ਦੇਖ ਕੇ ਅਨੰਤ ਖੁਸ਼ੀ ਤੇ ਮਾਣ ਹੈ ਕਿ ਆਪ ਉਹਨਾਂ ਜਰਵਾਨਿਆਂ ਦੇ ਦੇਸ਼ ਵਿੱਚ ਖਾਲਸਾਈ ਫਤਿਹ ਦੇ ਝੰਡੇ ਝੁਲਾ ਰਹੇ ਹੋ ਜਿਨ੍ਹਾਂ ਦੇ ਨਾਮ ਤੋਂ ਦੇਸ਼ ਦਸ਼ਾਂਤਰਾ ਵਿੱਚ ਪੂਰਾ ਦੇਸ਼ ਕੰਬਦਾ ਸੀ ਤੇ ਉੱਥੋਂ ਦੇ ਲੋਕ ਡਰਦੇ ਸਨ ਅੱਜ ਆਪਨੇ ਉਸੇ ਰਣ ਭੂਮੀ ਵਿੱਚ ਫਤਿਹ ਪਾਈ ਹੈ ਜਿੱਥੇ ਅੱਜ ਤੋਂ 800 ਸਾਲ ਪਹਿਲਾਂ ਇਨ੍ਹਾਂ ਲੋਕਾਂ ਦੇ ਵੱਡੇ-ਵਡੇਰਿਆਂ ਹਿੰਦੂਆਂ ਹਿੰਦੂਪਤ ਰਾਜਾ ਜੈਪਾਲ ਪਰ ਦੂਜੀ ਵਾਰ ਫਤਿਹ ਪਾ ਕੇ ਨਾ ਕੇਵਲ ਉਸ ਤੋਂ ਹਿੰਦੂ ਰਾਜ ਦਾ ਭਾਗ ਹੀ ਖੋਲਿਆ ਸੀ ਬਲਕਿ ਦੇਸ਼ ਦੀ ਪਤ ਆਬਰੂ ਨੂੰ ਵੀ ਪੈਰਾਂ ਹੇਠ ਲਟਾਰ ਛੁੱਟਿਆ ਸੀ ਹਾਂ ਅੱਜ ਲੱਖ ਲੱਖ ਸ਼ੁਕਰ ਹੈ ਉਸ ਕਰਤਾਰ ਦਾ ਜਿਸ ਦੀ ਮਿਹਰ ਨਾਲ ਖਾਲਸੇ ਨੇ ਸੰਭਵ ਨੂੰ ਸੰਭਵ ਕਰ ਦੱਸਿਆ ਹੈ ਸਵਾਸਾਂ ਦਾ ਕੋਈ ਭਰੋਸਾ ਨਹੀਂ ਪਰ ਜੇ ਕਦੇ ਮੇਰੇ ਲਈ ਹੁਣ ਧੁਰੋਂ ਸਦੜਾ ਆ ਗਿਆ ਹੈ ਤਾਂ ਮੈਂ ਆਪ ਤੋ ਅਗਾਧ ਖੁਸ਼ੀ ਭਰੇ ਦਿਲ ਨਾਲ ਵਿਦਾ ਹੋਵਾਂਗਾ ਵਿਛੋੜੇ ਤੋਂ ਪਹਿਲਾਂ ਇੱਕ ਕੰਤਮ ਮੰਗ ਮੈਂ ਆਪ ਸਭ ਤੋਂ ਮੰਗਦਾ ਹਾਂ ਕਿ ਜਦ ਤੀਕ ਸਾਡੇ ਪੁਰਾਣਾ ਤੋਂ ਪਿਆਰੇ ਮਹਾਰਾਜਾ ਸਾਹਿਬ ਸਣੇ ਫੌਜ ਦੇ ਇੱਥੇ ਨਾ ਪਹੁੰਚ ਜਾਣ ਤੁਸੀਂ ਜੀਵਦੇ ਜੀ ਕਿਲਾ ਜਮਰੋਦ ਪਰ ਝੋਲ ਰਹੇ ਖਾਲਸਾਈ ਛੰਡੇ ਦੀ ਇੱਜ਼ਤ ਨੂੰ ਵੈਰੀਆਂ ਤੋਂ ਬਚਾਈ ਰੱਖਣਾ ਦੱਸਿਆ ਜਾਂਦਾ ਹੈ ਕਿ ਆਪ ਜੀ ਕੁਝ ਹੋਰ ਵੀ ਕਹਿਣਾ ਚਾਹੁੰਦੇ ਸਨ ਪਰ ਆਪ ਦੇ ਫੱਟਾਂ ਵਿੱਚ ਉਸ ਸਮੇਂ ਐਸਾ ਦਰਦ ਉੱਠਿਆ ਜਿਸ ਨਾਲ ਮੂੰਹ ਵਾਲੀ ਗੱਲ ਮੂੰਹ ਵਿੱਚ ਰਹੀ ਮੂੰਹ ਵਿੱਚ ਹੀ ਰਹਿ ਗਈ ਇਸ ਦੇ ਨਾਲ ਹੀ ਆਪ ਜੀ ਨੂੰ ਇੱਕ ਗੋਤਾ ਜਿਹਾ ਆ ਗਿਆ ਜਿਸ ਕਰਕੇ ਥੋੜੇ ਜਿਹੇ ਸਮੇਂ ਲਈ ਆਪ ਬਿਹਾਲ ਹੋ ਗਏ ਕੁਝ ਥੇਰ ਦੇ ਬਾਅਦ ਇੱਕ ਵਾਰ ਮੁੜ ਆਪ ਜੀ ਦੀਆਂ ਅੱਖਾਂ ਖੁੱਲੀਆਂ ਇਸ ਸਮੇਂ ਸਰਦਾਰ ਲਾਣਾ ਸਿੰਘ ਕਰ ਜਾਖੀਏ ਆਪ ਦੇ ਸਾਹਮਣੇ ਆਇਆ ਤੇ ਸਰਦਾਰ ਹਰੀ ਸਿੰਘ ਨਲੂਏ ਨੂੰ ਬੜੇ ਬੈਰਾਗ ਭਰੇ ਅੰਦਾਜ਼ ਨਾਲ ਆਖਿਆ ਬਾਪੂ ਜੀ ਇੰਨਾ ਕਾਲੇ ਪਹਾੜਾਂ ਵਿੱਚ ਆਪ ਸਾਰੇ ਪਰਿਵਾਰ ਨੂੰ ਕਿਸ ਦੇ ਹਵਾਲੇ ਕਰਕੇ ਚੱਲੇ ਹੋ ਦੱਸਿਆ ਜਾਂਦਾ ਹੈ ਕਿ ਆਪ ਜੀ ਨੇ ਬੜੇ ਠਹਿਰਾਵ ਨਾਲ ਆਖਿਆ ਕਿ ਮੈਂ ਆਪ ਸਾਰਿਆਂ ਦੀ ਬਾਹ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਹੱਥ ਫੜਾਉਂਦਾ ਹਾਂ ਜਿਹੜਾ ਸਬਦ ਦਾ ਰਾਖਾ ਤੇ ਪ੍ਰਤੀਪਾਲਕ ਹੈ ਹੁਣ ਆਪ ਨੂੰ ਮੁੜ ਦਰਦਾਂ ਦਾ ਦੌਰਾ ਆ ਪਿਆ ਤੇ ਇਸ ਦੇ ਨਾਲ ਹੀ ਉਹਨਾਂ ਦਾ ਹੰਸ ਸਦਾ ਵਾਸਤੇ ਇੱਕ ਲੰਮੀ ਉਡਾਰੀ ਲਾ ਗਿਆ। ਯਾਨੀ ਕਿ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ। ਬਸ ਹੁਣ ਕੀ ਸੀ ਕਰਤਾਰ ਦੀ ਸ਼ਾਨ ਹੁਣ ਉਹ ਮਹਾਬਲੀ ਯੋਧਾ ਜਿਹੜਾ ਆਪਣੇ ਤੋਂ ਕਈ ਗੁਣਾ ਵੱਧ ਵੈਰੀਆਂ ਦੀਆਂ ਸਫਾਂ ਵਿੱਚ ਇਸ ਤਰ੍ਹਾਂ ਬੁੱਕ ਕੇ ਟੁੱਟ ਪੈਂਦਾ ਸੀ ਜਿਸ ਤਰ੍ਹਾਂ ਸ਼ੇਰ ਮਿਰਗਾਂ ਦੇ ਵਗ ਪਰੀਆਂ ਸ਼ਹਿਬਾਜ਼ ਚਿੜੀਆਂ ਦੀ ਡਾਰ ਪਰ ਇਸ ਸਮੇਂ ਐਸਾ ਢਾਲ ਪਿਆ ਸੀ ਕਿ ਆਪਣੇ ਆਪ ਕਰਵਟ ਬਦਲਣੇ ਤੋਂ ਵੀ ਅਸਮਰਤ ਸੀ ਹਾਂ ਉਹ ਸੂਰਮਾ ਜਿਸ ਦੇ ਨਾਮ ਦੀ ਤਾਕ ਸਾਰੇ ਸੰਸਾਰ ਵਿੱਚ ਮੰਨੀ ਜਾਂਦੀ ਸੀ ਅਤੇ ਜਿਸ ਦੇ ਨਾਮ ਦਾ ਡਰਾਵਾ ਦੇ ਕੇ ਅਫਗਾਨ ਆਪਣੀਆਂ ਮਾਵਾਂ ਆਪਣੀ ਅਫਗਾਨ ਮਾਵਾਂ ਆਪਣੇ ਜ਼ਿੱਦੀ ਤੇ ਸ਼ਰੀਰ ਰੋਂਦੇ ਬੱਚਿਆਂ ਨੂੰ ਚੁੱਪ ਕਰਾਉਂਦੀਆਂ ਸਨ ਅੱਜ ਉਹ ਸੰਸਾਰ ਤੋਂ ਕੂਚ ਕਰ ਗਿਆ ਸੀ ਸੈਦ ਮੁਹੰਮਦ ਹਿਸਤਰੀ ਅਤੇ ਸੈਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਪੰਜਾਬ ਦੇ ਸਫਾ 483 ਤੇ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਦੇ ਦਬਦਬੇ ਦਾ ਐਸਾ ਸਿੱਕਾ ਅਫਗਾਨਾਂ ਦੇ ਦਿਲ ਤੇ ਬੈਠ ਗਿਆ ਸੀ ਕਿ ਅੱਜ ਤੱਕ ਹਰੀਆ ਸਰਦਾਰ ਹਰੀ ਸਿੰਘ ਆ ਕੇ ਉਸ ਦਾ ਨਾਮ ਦੁਹਰਾਉਂਦੇ ਸਨ ਤੇ ਪਸ਼ਾਵਰ ਦੇ ਲਾਗੇ ਇਲਾਕੇ ਵਿੱਚ ਮਾਵਾਂ ਆਪਣੇ ਪੁੱਤਰਾਂ ਨੂੰ ਡਰਾਵਾ ਦੇਣ ਲਈ ਉਸ ਦਾ ਨਾਮ ਲੈਂਦੀਆਂ ਸਨ ਸੱਚ ਆਵਾਜ਼ ਦਾ ਡਰੀਡ ਇਨ ਵਿੱਚ ਦਾ ਅਫਗਾਨਜ਼ ਹੈਲਡ ਹਿਮ ਥੈਟ ਟੂ ਦਿਸ ਡੇ ਦਾ ਨੇਮ ਹਰੀਆਜ਼ ਸੋ ਆ ਦੋਸਤੋ ਇੰਗਲਿਸ਼ ਦੇ ਵਿੱਚ ਇਹਦਾ ਤਤਕਰਾ اسے طرح مولانا امیر انینجا پر دا ہے پشاور میں تو اس قدر اس کا روب تھا کہ ماں اپنے شریر بچوں کو کہا کرتی تھی کہ اگر تم نیک نہ بنو گے تو ہری سنگھ تم کو پکڑ کر لے جائے گا اور چھوٹے چھوٹے بچے تو ਹਰੀ ਸਿੰਘ ਕੋ ਇੱਕ ਹਵਵਾ ਖਿਆਲ kiya ਕਰਤੇ تھے શરીર ਦੋਸਤੋ ਜਿਹੜੀ ਅਫਗਾਨੀ ਬੋਲੀ ਉਹਨੂੰ ਸ਼ਰਾਰਤੀ ਬੱਚਿਆਂ ਨੂੰ ਸ਼ਰੀਰ ਕਹਿੰਦੇ ਹਨ ਸਰ ਲੈਪਲ ਗ੍ਰਿਫਨ ਲਿਖਦਾ ਹੈ ਹਰੀ ਸਿੰਘ ਵਾਸ ਸਟਕ ਬਾਈ ਟੂ ਬਾਲਸ ਵਨ ਇਨ ਦਾ ਸਾਈਡ ਐਂਡ ਦਾ ਅਦਰ ਇਨ ਦਾ ਸਟਮੈਕ ਹੀ ਨੋ ਹੀ ਵਾਸ ਮੋਰਟਲੀ ਵੌਂਡੈਂਟ ਬਟ ਫੇਰਿੰਗ ਟੂ ਡਿਸਕਰੇਜ ਹਿਸ men ਸੋ ਐਸਾਰੀ ਇੰਗਲਿਸ਼ ਦੇ ਵਿੱਚ ਦਿੱਤੀ ਹੋਈ ਉਹਨਾਂ ਭਾਵ ਉਹਦਾ ਜਿਹੜਾ ਹੈਗਾ ਉਹ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗਾ ਸਰਦਾਰ ਹਰੀ ਸਿੰਘ ਨਲੂ ਨੇ ਉਸ ਸਮੇਂ ਦੋ ਗੋਲੀਆਂ ਇੱਕ ਪੇਟ ਵਿੱਚ ਅਤੇ ਦੂਜੀ ਵੱਖੀ ਵਿੱਚ ਲੱਗੀਆਂ ਸਨ ਉਹ ਸਮੇਂ ਗਿਆ ਸੀ ਕਿ ਮੇਰੇ ਫਟ ਐਸੇ ਗਹਿਰੇ ਹਨ ਕਿ ਹੁਣ ਮੇਰਾ ਜੀਵਨ ਅਸੰਭਵ ਹੈ ਪਰ ਇਸ ਗੱਲ ਨੂੰ ਮੁੱਖ ਰੱਖ ਕੇ ਕਿਤੇ ਫੌਜ ਵਿੱਚ ਬੇਦਿਲੀ ਨਾ ਖਿੱਲਰ ਜਾਵੇ ਉਹ ਬੜੇ ਹੌਸਲੇ ਨਾਲ ਘੋੜੇ ਪਰ ਆਪਣੇ ਡੇਰੇ ਤੱਕ ਪਹੁੰਚ ਗਿਆ ਉੱਥੇ ਉਸ ਨੂੰ ਘੋੜੇ ਤੋਂ ਉਤਾਰਿਆ ਗਿਆ ਇਸ ਦੇ ਅੱਧੇ ਘੰਟੇ ਬਾਅਦ ਖਾਲਸੇ ਦਾ ਸਭ ਤੋਂ ਬਹਾਦਰ ਜਰਨੈਲ ਅਤੇ ਉਸ ਦੀ ਜਿਸ ਦਾ ਦਵਦਬਾ afghan ਮਾਵਾਂ ਲਈ ਇੰਨਾ ਡਰਾਉਣਾ ਸੀ ਕਿ ਉਹ ਆਪਣੇ شریف ਬੱਚਿਆਂ ਨੂੰ ਉਸ ਦਾ ਨਾਮ ਲੈ ਕੇ ਡਰਾਉਂਦੀਆਂ ਸਨ ਅੱਜ ਉਹ ਇਸ ਜਹਾਨ ਤੋਂ ਇਸ ਸੰਸਾਰ ਤੋਂ ਕੂਚ ਕਰ ਗਿਆ ਸੀ ਹੁਣ ਸਰਦਾਰ ਮਹਾਸੰਗ ਨੇ ਸਣੇ ਆਪਣੇ ਕੋਈ ਨਾਮੀ ਸਰਦਾਰਾਂ ਦੇ ਇੱਕ ਸੁਧਾਰਨ ਇਕੱਠ ਕੀਤਾ ਤੇ ਇਸ ਗੱਲ ਦੇ ਫੈਸਲੇ ਲਈ ਵਿਚਾਰ ਕੀਤੀ ਗਈ ਕਿ ਸਰਦਾਰ ਹਰੀ ਸਿੰਘ ਜੀ ਦੀ ਮ੍ਰਿਤਿਉ ਦੇ ਦੇ ਸੰਸਕਾਰ ਬਾਰੇ ਕੀ ਕੀਤਾ ਜਾਏ ਕਈ ਗੱਲਾਂ ਨੂੰ ਮੁੱਖ ਰੱਖ ਕੇ ਫੈਸਲਾ ਕੀਤਾ ਗਿਆ ਕਿ ਉਸੇ ਹੀ ਰਾਤ ਨੂੰ ਜਦ ਕਾਫੀ ਰਾਤ ਬੀਤ ਜਾਏ ਤਾਂ ਚੁੱਪਚਾਪ ਬਿਨਾਂ ਕਿਸੇ ਦਿਖਲਾਵੇ ਦੇ ਆਪ ਜੀ ਦਾ ਅੰਤਮ ਸੰਸਕਾਰ ਕਿਲੇ ਦੇ ਅੰਦਰ ਹੀ ਕਰ ਦਿੱਤਾ ਜਾਏ ਸੋ ਇਸ ਫੈਸਲੇ ਅਨੁਸਾਰ ਸਰਦਾਰ ਮਹਾ ਸਿੰਘ ਨੇ ਸਾਰਾ ਲੜੀਂਦਾ ਪ੍ਰਬੰਧ ਆਪਣੇ ਭਰੋਸੇਯੋਗ ਸਾਥੀਆਂ ਦੀ ਸਹਾਇਤਾ ਨਾਲ ਕਰ ਲਿਆ ਜਦ ਅੱਧੀ ਰਾਤ ਬੀਤ ਗਈ ਤਾਂ ਹਰ ਪਾਸੇ ਹਨੇਰਾ ਹੀ ਹਨੇਰਾ ਫਸਰ ਗਿਆ ਤਾਂ ਕਿਲੇ ਦੀ ਚੜ੍ਹਦੀ ਨੁੱਕਰ ਵੱਲ ਕਨਾਤਾਂ ਲਗਾ ਕੇ ਕਨਾਤਾ ਦੇ ਅੰਦਰ ਰਾਜੇ ਮਹਾਰਾਜਿਆਂ ਤੋਂ ਉੱਚੀ ਸ਼ਾਨ ਤੇ ਸ਼ੌਕਤ ਵਾਲੇ ਬਹਾਦਰ ਸਰਦਾਰ ਹਰੀ ਸਿੰਘ ਨਰੂਏ ਦਾ ਅੰਤਿਮ ਸੰਸਕਾਰ ਬੜੇ ਤਰੀਕੇ ਨਾਲ ਕੀਤਾ ਗਿਆ ਅਤੇ ਜਦ ਤੱਕ ਲਾਹੌਰ ਤੋਂ ਮਦਦ ਇੱਥੇ ਨਾ ਸੀ ਪਹੁੰਚ ਗਈ ਉਸ ਵਕਤ ਤੀਕ ਸਰਦਾਰ ਮਹਾ ਸਿੰਘ ਨੇ ਇਹ ਕਨਾਤਾਂ ਪਰ ਪਹਿਰਾ ਲਗਾਈ ਰੱਖਿਆ ਉਸ ਦੇ ਕੁਝ ਦਿਨਾਂ ਬਾਅਦ ਆਪ ਦੀ ਵਿਪੂਤੀ ਤੇ ਕੁਝ ਕੁ ਫੁੱਲ ਸਰਦਾਰ ਜੀ ਦੇ ਪਰਿਵਾਰ ਦੇ ਮੰਗਣ ਤੇ ਉਹਨਾਂ ਨੂੰ ਦਿੱਤੇ ਗਏ 22 ਦੇ ਅੰਗੀਠੇ ਪਰ ਇੱਕ ਸਮਾਧ ਤਿਆਰ ਕੀਤੀ ਗਈ ਜੋ ਅਜੇ ਤੀਕ ਕਿਲਾ ਜਮਰੋਦ ਵਿੱਚ ਮੌਜੂਦ ਹੈ ਇਹ ਸਮਾਦ ਨੂੰ ਸਾਲ 1902 ਈਸਵੀ ਵਿੱਚ ਬਾਬਾ ਗੱਜੂ ਮੱਲ ਜੀ ਕਪੂਰ ਠੇਕੇਦਾਰ ਪਸ਼ਾਵਰ ਨੇ ਮੌਜੂਦਾ ਸ਼ਕਲ ਪਰ ਕਿਲੇ ਦੇ ਬਾਹਰਲੇ ਪਾਸੇ ਵੱਲ ਉੱਚਾ ਬਣਵਾਇਆ ਸੀ ਜਿਸ ਪਰ ਸ਼ਿਲਾਲੇਖ ਅੰਗਰੇਜ਼ੀ ਗੁਰਮੁਖੀ ਅਤੇ ਉਰਦੂ ਵਿੱਚ ਲਿਖਵਾ ਕੇ ਲਵਾ ਦਿੱਤਾ ਜਿਸ ਦੀ ਲਿਖਤ ਇਸ ਤਰ੍ਹਾਂ ਹੈ ਟੰਬ ਆਫ ਦਾ ਸਿੱਖ ਜਰਨਲ ਹਰੀ ਸਿੰਘ ਨਲਵਾ ਕਰੀਮੇਟਿਡ 30th ਅਪ੍ਰੈਲ 8037 ਬਾਬਾ ਗੱਜਨ ਮਲ ਕਪੂਰਾ ਪੇਸ਼ਾਵਰ ਸਪਟੰਬਰ 19 02 ਸਮਾਦ ਹਰੀ ਸਿੰਘ ਨਲੂਆ ਇਸ ਦੇ ਬਾਅਦ ਮਹਾਰਾਜਾ ਸਾਹਿਬ ਦੀ ਇੱਛਾ ਅਨੁਸਾਰ ਕਿਲੇ ਦੇ ਅੰਦਰ ਸਮਾਦ ਦੇ ਲਾਗੇ ਗੁਰਦੁਆਰਾ ਸਾਹਿਬ ਬਣਵਾਇਆ ਗਿਆ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਦਿੱਤਾ ਗਿਆ ਅਤੇ ਇੱਕ ਗ੍ਰੰਥੀ ਸੇਵਾ ਲਈ ਨਿਯਤ ਕੀਤਾ ਗਿਆ ਜਿਸ ਦੇ ਨਿਰਭਾਅ ਲਈ ਸਰਕਾਰ ਵੱਲੋਂ ਤਲਬ ਮੁਕਰਰ ਕੀਤੀ ਗਈ ਕਹਿੰਦੇ ਆ ਸਨ 1800 49 ਇਸਵੀ ਵਿੱਚ ਜਦ ਕਿਲਾ ਜਮਰੌਦ ਪਰ ਬ੍ਰਿਟਿਸ਼ ਗਵਰਨਮੈਂਟ ਦਾ ਕਬਜ਼ਾ ਹੋਇਆ ਤਦ ਤੋਂ ਸਰਦਾਰ ਜੀ ਦੀ ਸਮਾਦ ਦੇ ਗਰੰਟੀ ਦੀ ਤਲਬ ਅੰਗਰੇਜ਼ੀ ਸਰਕਾਰ ਤੋਂ ਮਿਲ ਰਹੀ ਹੈ ਅੱਗੇ ਆਪਾਂ ਇਹਦਾ ਵਰਣਨ ਕਰਾਂਗੇ ਲੜਾਈ ਕਿੰਨੇ ਜਿੱਤੀ ਤੇ ਜਦੋਂ ਐ ਖਬਰ ਸਰਦਾਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਤਾਂ ਉਹਨਾਂ ਦੇ ਸੁਭਾਅ ਦੇ ਵਿੱਚ ਕੀ ਦੇਖਣ ਨੂੰ ਮਿਲਿਆ ਦੂਜੀ ਸਮਾਦ ਸਰਦਾਰਨੀ ਦੇਸਾ ਜੀ ਨੇ ਉਸ ਦੀ ਉਸ ਵਿਭੂਤੀ ਪਰ ਗੁਜਰਾਵਾਲੇ ਪਰ ਸਰਦਾਰ ਜੀ ਦੇ ਪਿਆਰੇ ਬਾਗ ਵਿੱਚ ਬਾਰਾਂ ਦਰੀ ਦੇ ਉਸ ਕਮਰੇ ਦੇ ਸਾਹਮਣੇ ਬਣਵਾਈ ਜਿਸ ਵਿੱਚ ਸਰਦਾਰਨੀ ਜੀ ਆਪ ਰਹਿੰਦੇ ਸਨ ਤਾਂ ਕਿ ਉੱਠਦਿਆਂ ਬੈਠਦਿਆਂ ਆਪਣੇ ਪ੍ਰਾਨਪ੍ਰੀਏ ਪਤੀ ਜੀ ਦੀ ਯਾਦਗਾਰ ਦੇ ਦਰਸ਼ਨ ਹਰ ਵਕਤ ਕਰਦੀ ਰਹੇ ਸਰਦਾਰ ਮਹਾ ਸਿੰਘ ਦੇ ਕੁਝ ਹੋਰ ਜ਼ਿੰਮੇਵਾਰ ਸਰਦਾਰਾਂ ਨੇ ਸਮੇਂ ਅਨੁਸਾਰ ਇਹ ਯੋਗ ਸਮਝਿਆ ਕਿ ਸਰਦਾਰ ਹਰੀ ਸਿੰਘ ਜੀ ਦੇ ਚਲਾਣੇ ਦੀ ਖਬਰ ਬਾਹਰ ਆਮ ਨਾ ਫੈਲਾਈ ਜਾਏ ਸੋ ਇਸੇ ਤਰ੍ਹਾਂ ਕੀਤਾ ਗਿਆ ਜਦ ਤੀਕ ਲਾਹੌਰ ਤੋਂ ਸਹਾਇਤਾ ਇੱਥੇ ਨਾ ਅਸੀਂ ਪਹੁੰਚ ਗਈ ਕੇਲੇ ਤੋਂ ਬਾਹਰ ਆਮ ਜਨਤਾ ਨੂੰ ਇਸ ਗੱਲ ਦਾ ਪਤਾ ਨਾ ਸੀ ਲੱਗਾ ਕਿ ਸਰਦਾਰ ਨਲੂਆ ਸਦਾ ਲਈ ਵਿਛੋੜਾ ਦੇ ਗਿਆ ਹੈ ਹੁਣ ਇਥੇ ਆ ਲੇਖਕ ਲਿਖਦਾ ਕਿ ਲੜਾਈ ਜਿੱਤੀ ਕਿਸ ਨੇ ਜਮਰੋਦ ਦੀ ਇਸ ਫਤਿਹ ਬਾਰੇ ਕਈ ਕੋ ਲੇਖਕਾਂ ਨੇ ਆਪਣੀਆਂ ਜਾਤੀ ਗਰਜਾਂ ਨੂੰ ਮੁੱਖ ਰੱਖ ਕੇ ਇਸ ਗੱਲ ਨੂੰ ਗੁੰਝਲਦਾਰ ਕਰ ਦਿੱਤਾ ਹੈ ਕਿ ਖਾਲਸੇ ਦੀ ਸੰਪੂਰਨ ਸਫਲਤਾ ਨੂੰ ਅਪੂਰਨ ਦਰਸਾਉਣ ਦਾ ਯਤਨ ਕੀਤਾ ਹੈ ਪਰ ਜੇ ਇਹਨਾਂ వాక్యਾਂਤਾਂ ਨੂੰ ਪਰਚੋਲ ਦੀ ਕਸਵੱਟੀ ਪਰ ਪਰਖਿਆ ਜਾਏ ਤਾਂ ਸੌਖਾ ਹੀ ਇਹ ਸੌਖਾ ਹੀ ਸਾਬਤ ਹੋ ਜਾਂਦਾ ਹੈ ਕਿ ਅਫਗਾਨ ਇਸ ਜੰਗ ਵਿੱਚ ਬੁਰੀ ਤਰ੍ਹਾਂ ناکਾਮਯਾਬ ਰਹੇ ਆਓ ਅਸੀਂ ਇਸ ਇਤਿਹਾਸਕ ਨੁਕਤਾ ਨਿਗਾਹ ਨਾਲ ਵਿਚਾਰ ਕਰੀਏ ਅਮੀਰ ਦੋਸਤ ਮੁਹੰਮਦ ਖਾਨ ਵਾਲੀ ਅਫਗਾਨਿਸਤਾਨ ਨੇ ਇਹ ਲੜਾਈ ਹੀਟ ਲਿਖੀਆਂ ਗੱਲਾਂ ਦੀ ਪ੍ਰਾਪਤੀ ਲਈ ਰੰਭੀ ਸੀ ਕਿਲਾ ਜਮਰੋਦ ਖਾਲਸੇ ਦੇ ਕਬਜ਼ੇ ਵਿੱਚ ਖੋ ਕੇ ਉੱਥੇ ਆਪਣੀ ਫੌਜ ਰੱਖਣੀ ਦੂਜੀ ਕਿਲਾ ਮਿਚਣੀ ਅਤੇ ਕਿਲਾ ਸ਼ੰਕਰਗੜ ਦੇ ਬਣਨ ਨਾਲ ਅਫਗਾਨਿਸਤਾਨ ਦੇ ਪ੍ਰਸਿੱਧ ਰਸਤੇ ਖਾਲਸੇ ਦੇ ਹੱਥ ਚਲੇ ਗਏ ਸਨ ਉਹਨਾਂ ਰਸਤਿਆਂ ਨੂੰ ਖਾਲਸੇ ਦੇ ਹੱਥੋਂ ਛਡਾਉਣਾ ਤੀਜੀ ਪਿਸ਼ਾਵਰ ਵਿੱਚ ਮੁੜ ਅਫਗਾਨੀ ਰਾਜ ਕਾਇਮ ਕਰਨਾ ਚੌਥੀ ਇਲਾਕਾ ਯੂਸਫ ਜਈ ਬਿਜਾਵੜਾ ਤੇ ਸਵਾਦ ਦੇ ਰਾਇਸਾਂ ਤੇ ਖਾਨਾਂ ਨੂੰ ਆਪਣੇ ਨਾਲ ਸਦਾ ਲਈ ਮਿਲਾ ਕੇ ਖਾਲਸੇ ਦੇ ਵਿਰੋਧ ਐਸੀ ਲੰਮੀ ਸੋਰਛ ਖੜੀ ਕਰਨੀ ਕਿ ਜਿਸ ਤੋਂ ਅੱਗੇ ਖਾਲਸਾ ਆਪਣੇ ਆਪ ਢਕ ਤੋਂ ਪਾਰ ਚਲਾ ਜਾਏ ਪੰਜਵੀਂ ਅਫਗਾਨੀ ਫੌਜ ਦੇ ਮੁਖੀਆਂ ਨੂੰ ਮੀਰ ਦੋਸਤ ਮੁਹੰਮਦ ਖਾਨ ਦਾ ਹਾਕਮ ਖਾਸ ਹੁਕਮ ਸੀ ਕਿ ਇਸ ਲੜਾਈ ਵਿੱਚ ਖਾਲਸੇ ਦੇ ਜੰਗੀ ਸਮਾਨ ਪਰ ਕਬਜ਼ਾ ਕਰਕੇ ਖਾਲਸੇ ਨੂੰ ਕਮਜ਼ੋਰ ਕਰਨਾ ਇਹ ਲੜਾਈ ਉੱਪਰ ਲਿਖੇ ਪੰਜਾਂ ਨੁਕਤਿਆਂ ਦੀ ਪ੍ਰਾਪਤੀ ਲਈ ਕੀਤੀ ਗਈ ਸੀ ਉਹਨਾਂ ਵਿਚਾਰ ਵਾਲੀ ਗੱਲ ਤਾਂ ਇਹ ਹੈ ਕਿ ਜੇ ਕਦੇ ਉੱਪਰ ਲਿਖੇ ਪੰਜਾਂ ਨੁਕਤਿਆਂ ਵਿੱਚੋਂ ਅਫਗਾਨਾਂ ਨੂੰ ਕਿਸੇ ਇੱਕ ਵਿੱਚ ਵੀ ਸਫਲਤਾ ਹੋਈ ਤਾਂ ਨਿਰਸੰਦੇਹ ਮੰਨਣਾ ਪਏਗਾ ਕਿ ਠੀਕ ਅਫਗਾਨਾਂ ਨੂੰ ਉਪਰੋਕਤ ਲੜਾਈ ਵਿੱਚ ਜਿੱਤ ਹੋਈ ਪਰ ਜੇ ਕਦੇ ਇਸ ਦੇ ਉਲਟ ਨਿਕਲਿਆ ਤਾਂ ਉਸ ਦੀ ਹਾਰ ਮੰਨਣ ਲਈ ਬਧੇਰੀਆਂ ਦਲੀਲਾਂ ਦੀ ਲੋੜ ਹੀ ਨਹੀਂ ਪੈਂਦੀ ਸੋ ਉਹਨਾਂ ਨੇ ਛੇਕੜਾ ਉਹਨਾਂ ਨੇ ਦੱਸਿਆ ਕਿ ਕੀ ਕਿਲਾ ਜਮਰੋਦ ਵਿੱਚ ਅਫਗਾਨਾਂ ਨੇ ਖਾਲਸਾ ਝੰਡੇ ਨੂੰ ਕੱਢ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ ਇਹਦਾ ਜਵਾਬ ਲੇਖਕ ਨੇ ਲਿਖਿਆ ਨਹੀਂ ਕੀ ਕਿਲਾ ਸ਼ੰਕਰਗਾੜਾ ਤੇ ਮਿਚਨੀ ਨੂੰ ਅਫਗਾਨ ਤਬਾਹ ਕਰ ਸਕੇ ਤੇ ਕਾਬਲ ਦੇ ਰਸਤੇ ਉਹਨਾਂ ਦੇ ਹੱਥ ਆ ਗਏ ਉੱਤਰ ਨਹੀਂ ਕੀ ਇਸ ਲੜਾਈ ਦੇ ਪ੍ਰੰਤ ਪਸ਼ਾਵਰ ਵਿੱਚ ਮੋੜ ਅਫਗਾਨੀ ਰਾਜ ਕਾਇਮ ਹੋ ਗਿਆ ਉੱਤਰ ਨਹੀਂ ਉਲਟਾ ਪਸ਼ਾਵਰ ਵਿੱਚ ਖਾਲਸਾ ਰਾਜ ਨੂੰ ਵਧੇਰਾ ਮਜ਼ਬੂਤ ਕਰ ਦਿੱਤਾ ਗਿਆ ਸੀ ਕੀ ਇਲਾਕਾ ਯੂਸਫ ਜਈ ਆਦੇ ਖਾਨਾ ਤੇ ਰੈਿਸਾਨੂ ਅਫਗਾਨ ਆਪਣੇ ਨਾਲ ਮਿਲਾ ਕੇ ਰੱਖ ਸਕੇ ਉੱਤਰ ਨਹੀਂ ਇਸ ਦੀ ਤਾਇਦ ਵਿੱਚ ਹਾਜੀ ਖਾਨ ਦੀ ਰਿਪੋਰਟ ਜੋ ਇਸੇ ਪੁਸਤਕ ਵਿੱਚ ਪਿੱਛੇ ਦਿੱਤੀ ਗਈ ਹੈ ਪੜੋ ਜਿਸ ਵਿੱਚ ਸਾਫ਼ ਲਿਖਿਆ ਹੈ ਕਿ ਇਲਾਕੇ ਦੇ ਖਾਨ ਅਫਗਾਨਾਂ ਤੋਂ ਅੜਰੇ ਹੋ ਕੇ ਖਾਲਸੇ ਨਾਲ ਮਿਲ ਗਏ ਸਨ ਖਾਲਸੇ ਦੇ ਜੰਗੀ ਸਮਾਨ ਪਰ ਕਰਜ਼ਾ ਕਬਜ਼ਾ ਕਰਨ ਦੀ ਥਾਂ ਉਲਟਾ ਅਫਗਾਨਾਂ ਦੀਆਂ ਕਈ ਤੋਪਾਂ 500 ਬੰਦੂਕਾਂ 3000 ਦਾ ਟਿਕਾਣਾ ਤਲਵਾਰਾਂ ਅਤੇ ਕਈ ਹਜ਼ਾਰ ਤੰਬੂ ਅਤੇ ਲੱਖਾਂ ਰੁਪਏ ਦਾ ਸਮਾਨੇ ਜੰਗ ਖਾਲਸੇ ਨੇ ਅਫਗਾਨਾਂ ਤੋਂ ਖੋ ਕੇ ਉਸ ਪਰ ਆਪਣਾ ਕਬਜ਼ਾ ਕਰ ਲਿਆ ਸੀ ਉੱਪਰ ਲਿਖੀਆਂ ਪੰਜਾਂ ਗਰਜਾਂ ਵਿੱਚੋਂ ਇੱਕ ਵੀ ਅਫਗਾਨਾਂ ਨੂੰ ਕਾਮਯਾਬੀ ਨਹੀਂ ਸੀ ਹੋਈ ਸਾਗੋਂ ਹਰ ਇੱਕ ਵਿੱਚ ਬੁਰੀ ਤਰ੍ਹਾਂ ਨਾਕਾਮਯਾਬ ਰਹੇ ਸਨ ਇਹਨਾਂ ਵਾਕਿਆਤਾਂ ਦੇ ਹੁੰਦਿਆਂ ਇਸ ਗੱਲ ਦਾ ਫੈਸਲਾ ਕਰਨਾ ਮੁਸ਼ਕਲ ਨਹੀਂ ਰਹ ਜਾਂਦਾ ਕਿ ਇਸ ਲੜਾਈ ਵਿੱਚ ਅਫਗਾਨਾਂ ਦੀ ਜਿੱਤ ਹੋਈ ਕਿ ਖਾਲਸਾ ਫਤਿਹ ਯਾਬ ਰਿਆ ਇਹ ਨਿਰਸਿੰਦੇ ਮੰਨਣਾ ਪੈਂਦਾ ਹੈ ਕਿ ਜਿੱਤ ਖਾਲਸੇ ਦੀ ਹੀ ਹੋਈ ਸਰਦਾਰ ਹਰੀ ਸਿੰਘ ਦੇ ਵਿਛੋੜੇ ਦਾ ਮਹਾਰਾਜਾ ਰਣਜੀਤ ਸਿੰਘ ਉੱਪਰ ਅਸਰ ਸੋ ਦੋਸਤੋ ਆ ਜਿਹੜੀ ਗੱਲ ਆ ਬਹੁਤ ਮਹੱਤਵਪੂਰਨ ਆ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹੀਦੀ ਦੀ ਖਬਰ ਸਿੱਧੀ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਪਰ ਮਹਾ ਸਰਦਾਰ ਮਹਾ ਸਿੰਘ ਨੇ ਭੇਜੀ ਸੀ ਇਹ ਹਲਕਾਰਾ ਰਸਤੇ ਵਿੱਚ ਥੱਕੀਆਂ ਸਾਂਢਣੀਆਂ ਬਦਲ ਕੇ ਸੱਜਰ ਸਾਹ ਲੈਂਦਾ ਰਿਆ ਤੇ ਇਸ ਤਰ੍ਹਾਂ ਰਾਤ ਦਿਨ ਕੂਚ ਕਰਦਾ ਹੋਇਆ ਤੀਜੇ ਦਿਨ ਸਵੇਰੇ ਹੀ ਲਾਹੌਰ ਪਹੁੰਚ ਗਿਆ ਤੇ ਖਲੀਤਾ ਹਜ਼ੂਰੀ ਪੇਸ਼ ਕਰ ਤੇ ਹੱਥ ਜਾ ਦਿੱਤਾ ਪੇਸ਼ਕਾਰ ਨੇ ਜਾਦਾ ਹਿਰਦੇ ਵੇਦ ਖਬਰ ਮਹਾਰਾਜਾ ਨੂੰ ਪੜ੍ਹ ਕੇ ਸੁਣਾਈ ਤਾਂ ਆਪ ਜੀ ਨੇ ਬੇਅਖਤਿਆਰ ਆਹ ਦਾ ਨਾਰਾ ਮਾਰਿਆ ਇਸ ਸਮੇ ਮਹਾਰਾਜਾ ਨੇ ਆਪਣੇ ਸੁਭਾਅ ਦੇ ਉਲਟ ਇੰਨਾ ਕਲੇਸ਼ ਮਹਿਸੂਸ ਕੀਤਾ ਕਿ ਇਸ ਤੋਂ ਪਹਿਲਾਂ ਕਦੇ ਵੀ ਆਪ ਨੇ ਐਸਾ ਦੁੱਖ ਜ਼ਾਹਰ ਨਹੀਂ ਸੀ ਕੀਤਾ ਆਵਾਜ਼ ਨਹੀਂ ਸੀ ਨਿਕਲ ਰਹੀ ਛੇਰੇ ਪੰਜਾਬ ਦੀ ਆਪਣੇ ਪਰ ਪਿਆਰੇ ਦੇ ਵਿਛੋੜੇ ਦਾ ਦਰਦ ਜਲਤਾ ਰਾ ਤੇ ਰੂਪ ਵਿੱਚ ਅੱਖਾਂ ਦੇ ਰਸਤੇ ਸ਼ਮ ਸ਼ਮ ਬਾਹਰ ਆ ਰਿਹਾ ਸੀ ਇਸ ਸਮੇਂ ਜਿੰਨੇ ਦਰਬਾਰੀ ਆਪ ਦੀ ਹਜੂਰੀ ਵਿੱਚ ਹਾਜ਼ਰ ਸਨ ਸਾਰੇ ਵਿਰਾਗ ਰੂਪ ਹੋ ਗਏ ਤੇ ਸਭ ਪਰ ਚੁੱਪ ਚਾਹ ਸ਼ਾ ਗਈ ਛੇਕੜ ਆਪ ਜੀ ਦਾ ਮੁਖੜਾ ਖੁੱਲਿਆ ਤੇ ਆਪ ਨੇ ਆਖਿਆ ਅੱਜ ਖਾਲਸਾ ਰਾਜ ਦੇ ਕਿਲੇ ਦਾ ਭਾਰੀ ਬੁਰਜ ਟਹਿ ਗਿਆ ਹੈ ਮੇਰੇ ਬਹਾਦਰ ਅਤੇ ਸੁਗੜ ਸਿਆਣੇ ਸਰਦਾਰ ਹਰੀ ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ ਕਿਹਾ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਸਾਰੀ ਉਮਰ ਵਿੱਚ ਛੇਰੇ ਪੰਜਾਬ ਨੂੰ ਕਦੀ ਕਿਸੇ ਇੰਨਾ ਮਹਿਸੂਸ ਨਹੀਂ ਸੀ ਦੇਖਿਆ ਆਪ ਸਦਾ ਚੜ੍ਹਦੀਆਂ ਕਲਾਂ ਵਿੱਚ ਵਿਚਰਨ ਵਾਲੇ ਸੂਰਮੇ ਸਨ ਪਰ ਸਰਦਾਰ ਜਰਨੈਲ ਹਰੀ ਸਿੰਘ ਨਲੂਏ ਦੇ ਵਿਛੋੜੇ ਤੇ ਸੱਲ ਨੇ ਆਪ ਨੂੰ ਡਾਢਾ ਫੱਟੜ ਕਰ ਦਿੱਤਾ ਸੀ ਮਹਾਰਾਜਾ ਸਾਹਿਬ ਨੇ ਰਾਜਾ ਧਿਆਨ ਸਿੰਘ ਤੋਂ ਅੱਜ ਤੋਂ ਪਹਿਲੇ ਦੇ ਪਸ਼ਾਵਰ ਦੇ ਹਾਲ ਬਾਬਤ ਪੁੱਛਿਆ ਤਾਂ ਇਸ ਨੇ ਦੱਸਿਆ ਕਿ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਦੋ ਖਾਤੇ ਇਸ ਤੋਂ ਪਹਿਲਾਂ امیر ਦੋਸਤ ਮੁਹੰਮਦ ਖਾਨ ਦੇ ਰੋਲੇ ਗੋਲੇ ਬਾਰੇ ਪਰਸੋਂ ਪੁੱਜੇ ਸਨ ਜੇਸ ਪਰ ਉਸੇ ਵਕਤ ਫੌਜ ਨੂੰ ਤਿਆਰੀ ਦਾ ਹੁਕਮ ਦੇ ਦਿੱਤਾ ਗਿਆ ਸੀ ਤੇ ਫੌਜ ਕੂਚ ਲਈ ਤਿਆਰ ਹੈ ਸਰਕਾਰ ਨੂੰ ਇਸ ਦੀ ਖੇਚਲ ਨਹੀਂ ਸੀ ਦਿੱਤੀ ਗਈ ਕਿ ਸ਼੍ਰੀ ਹਜੂਰ ਨੂੰ ਕੁਵਰ ਸਾਹਿਬ ਦੇ ਵਿਆਹ ਦੇ ਥਕੇਵੇਂ ਅਤੇ ਮਹਿਮਾਨਾਂ ਦੀ ਵਿਦਾਗੀ ਦੇ ਕੰਮ ਵਿੱਚ ਬਹੁਤ ਰਜੇਵੇਂ ਦੇਖ ਕੇ ਰਿਪੋਰਟ ਹਾਜ਼ਰ ਕਰਨੇ ਦਾ ਦਾਸ ਨੂੰ ਹੌਸਲਾ ਨਹੀਂ ਸੀ ਕਰ ਸਕਿਆ ਤੇ ਇਹ ਦੇਰੀ ਯੋਗ ਸਮੇਂ ਵਿੱਚ ਯੋਗ ਸਮੇਂ ਦੀ ਢੀਕ ਵਿੱਚ ਹੋਈ ਕਹਿੰਦੇ ਹਨ ਕਿ ਇਸ ਗੱਲ ਦੇ ਸੁਣਨ ਅਸਾਰ ਹੀ ਮਹਾਰਾਜਾ ਜੀ ਨੇ ਧਿਆਨ ਸਿੰਘ ਪਰ ਬੜੀ ਨਾਰਾਜ਼ਗੀ ਪ੍ਰਗਟ ਕੀਤੀ ਤੇ ਆਖਿਆ ਕਿ ਬਾਕੀ ਦੇ ਸਭ ਕੰਮਾਂ ਨਾਲੋਂ ਮੇਰੇ ਲਈ ਪਸ਼ਾਵਰ ਦੀ ਰਿਪੋਰਟ ਸਭ ਤੋਂ ਪਹਿਲਾਂ ਆਤ ਜ਼ਰੂਰੀ ਸੀ ਤੁਹਾਡੇ ਇਸ ਤਰ੍ਹਾਂ ਖਬਰ ਦੇ ਰੋਕੀ ਰੱਖਣ ਪਰ ਸਾਨੂੰ ਦਿਲ ਹੀ ਰੰਜ ਹੈ ਇੱਕ ਲੇਖਕ ਨੇ ਇਸ ਮੌਕੇ ਪਰ ਲਿਖਿਆ ਹੈ ਕਿ ਮਹਾਰਾਜਾ ਸਾਹਿਬ ਨੇ ਰਾਜਾ ਧਿਆਨ ਸਿੰਘ ਦੇ ਸਿਰ ਵਿੱਚ ਗੜਵਾ ਦੇ ਮਾਰਿਆ ਇਸ ਗੱਲ ਦੀ ਭਰੋਸੇਯੋਗ ਤੈ ਹੀ ਨਹੀਂ ਮਿਲ ਸਕੀ ਦੂਜਾ ਇਹ ਕੰਮ ਕੋਈ ਮਕੂਲ ਤੇ ਮਹਾਰਾਜਾ ਸਾਹਿਬ ਦੀ ਉੱਚੀ ਸਭਿਅਤਾ ਦੇ ਅਨੁਕੂਲ ਵੀ ਨਹੀਂ ਦਿੱਸਦਾ ਇਸ ਲਈ ਅਸਾਂ ਇਸ ਗੱਲ ਨੂੰ ਇੱਥੇ ਨਹੀਂ ਲਿਖਿਆ ਇਸ ਸਮੇਂ ਮਹਾਰਾਜਾ ਸਾਹਿਬ ਬੜੇ ਜੋਸ਼ ਵਿੱਚ ਉੱਠੇ ਤੇ ਫੌਜੀ ਜੁम्मेवारਾਂ ਨੂੰ ਹੁਕਮ ਦਿੱਤਾ ਕਿ ਆ ਜੀ ਪਸ਼ਾਵਰ ਵਾਲੇ ਕੂਚ ਕਰ ਦੇਵੋ ਅਸੀਂ ਆਪ ਵੀ ਪਸ਼ਾਵਰ ਵਾਲੇ ਜਾਂਦੇ ਹਾਂ ਇਸ ਤਰ੍ਹਾਂ ਗੁਜਰਾਵਾਲਾ ਵਜੀਰਾਬਾਦ ਰਾਮਨਗਰ ਜੇਲਮਾ ਸਭ ਛੋਣੀਆਂ ਦੇ ਅਫਸਰਾਂ ਨੇ ਦੇ ਨਾਮ ਫਰਮਾਨ ਜਾਰੀ ਹੋ ਗਏ ਹੁਣ ਹਰ ਇੱਕ ਸਰਦਾਰ ਇਹ ਚਾਹੁੰਦਾ ਸੀ ਕਿ ਮੇਰੀ ਫੌਜ ਸਭ ਤੋਂ ਪਹਿਲਾਂ ਪਸ਼ਾਵਰ ਪੁੱਜੇ ਇਸ ਲਈ ਇੱਕ ਮੰਜ਼ਲ ਦੀ ਥਾਂ ਦੋ ਦੋ ਦੀ ਜਗ੍ਹਾ ਚਾਰ ਮੰਜ਼ਲਾਂ ਕੂਚ ਕਰਦੇ ਹੋਏ ਵਾਹੋ ਦਾਹੀ ਵੀਹਰਾ ਪਾ ਕੇ ਫੌਜਾਂ ਪਸ਼ਾਵਰ ਵੱਲ ਤੁਰ ਪਈਆਂ ਇਸ ਸਮੇਂ ਸਭ ਤੋਂ ਪਹਿਲੀ ਫੌਜ ਜਿਹੜੀ ਪਸ਼ਾਵਰ ਪਹੁੰਚੀ ਉਹ ਰਾਮਨਗਰ ਦੀ ਸ਼ਾਵਣੀ ਦਾ ਡੇਰਾ ਸੀ ਇਹ 220 ਮੀਲ ਦਾ ਫਾਸਲਾ 6 ਦਿਨਾਂ ਵਿੱਚ ਤੈਅ ਕਰਕੇ ਪਸ਼ਾਵਰ ਪਹੁੰਚ ਗਏ ਮਹਾਰਾਜਾ ਸਾਹਿਬ ਉਸੇ ਦਿਨ ਲਾਹੌਰ ਤੋਂ ਕੂਚ ਕਰਕੇ ਅਗਲੇ ਦਿਨ ਰੋਹਤਾਸ ਪਹੁੰਚ ਗਏ ਅਤੇ ਇੱਥੋਂ ਪਸ਼ਾਵਰ ਦੀਆਂ ਫੌਜਾਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਮਹਾਰਾਜਾ ਸਾਹਿਬ ਉਸੇ ਦਿਨ ਲਾਹੌਰ ਤੋਂ ਕੂਚ ਕਰਕੇ ਅਗਲੇ ਦਿਨ ਰੋਹਤਾਸ ਪਹੁੰਚ ਗਏ ਤੇ ਇਥੋਂ ਪਸ਼ਾਵਰ ਦੀਆਂ ਫੌਜਾਂ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਲਿਆ। ਵਦੇਰੀ ਖਾਲਸਾ ਫੌਜ ਤੇ ਰਾਹ ਵਿੱਚ ਹੀ ਸੀ ਕਿ ਖਬਰਾਂ ਪਹੁੰਚੀਆਂ ਕਿ afghan ਤਾਂ ਕਾਦੇ ਮੈਦਾਨ ਖਾਲਸੇ ਦੇ ਹੱਥ ਛੱਡ ਕੇ ਕਾਬਲ ਪਹੁੰਚ ਗਏ ਹਨ। ਸਰਦੀ ਸੂਬੇ ਨੂੰ ਖਾਲਸੇ ਰਾਜ ਨਾਲ ਮਲਾਉਣ ਪਰ ਵਿਚਾਰਾਂ ਤੇ ਵਿਚਾਰ। ਲੇਖਕ ਦਾ ਨਿੱਕਤੇ ਨਿਗਾਹ ਵਾ ਦੋਸਤੋ ਹੈ। ਤੇ ਇਹ ਜਰਨਲ ਹਰੀ ਸਿੰਘ ਨਲੂਆ ਜੀ ਦੇ ਜੀਵਨ ਪਰ ਇੱਕ ਨਜ਼ਰ ਜਰਨੈਲ ਹਰੀ ਸਿੰਘ ਨਦੂ ਨਲੂਆ ਜੀ ਦਾ ਕਦ ਕਾਠ ਆਓ ਆਪਾਂ ਇਹਦੇ ਬਾਰੇ ਵੀ ਜਾਣਦੇ ਹਾਂ ਸਰਦਾਰ ਹਰੀ ਸਿੰਘ ਦਾ ਕਦ ਖਾਸਾ ਉੱਚਾ ਸੀ ਸਰੀਰ ਵਿੱਚਲੇ ਮੇਲ ਦਾ ਨਾ ਬਹੁਤਾ ਭਾਰੀ ਸੀ ਤੇ ਨਾ ਹੀ ਦਿਸਣ ਵਿੱਚ ਪਤਲਾ ਸੀ ਪਰ ਸੁਡੌਲ ਅਤੇ ਫਰਤੀਲਾ ਸੀ ਚਿਹਰਾ ਸੁਰਖੀ ਭਿੰਨਾ ਬੜੇ ਜਲਾਲ ਅਤੇ ਤੇਜ ਵਾਲਾ ਦੇਖਣ ਵਾਲੇ ਪਰ ਆਪ ਦੇ ਤੇਜਸਵੀ ਚਿਹਰੇ ਦਾ ਐਸਾ ਪ੍ਰਭਾਵ ਛਾ ਜਾਂਦਾ ਸੀ ਕਿ ਮੰਨੋ ਇਹ ਜਾਦੂ ਦੇ ਅਸਰ ਤੋਂ ਕਿਸੇ ਤਰ੍ਹਾਂ ਵੀ ਘਟਣਾ ਸੀ ਹੁੰਦਾ ਕਈ ਵਾਰ ਬੜੇ ਬੜੇ ਨਾਮੀ ਮੁਦੱਬਰ ਅਤੇ ਪ੍ਰਸਿੱਧ ਯੋਧੇ ਕਿਸੇ ਮਸਲੇ ਦਾ ਪੱਕਾ ਫੈਸਲਾ ਮਨ ਵਿੱਚ ਕਰਕੇ ਆਪ ਜੀ ਦੇ ਸਾਹਮਣੇ ਆਉਂਦੇ ਪਰ ਸਰਦਾਰ ਜੀ ਦੇ ਦਗਦਗ ਕਰਦੇ ਚਿਹਰੇ ਦੀ ਪਹਿਲੀ ਝਲਕ ਨਾਲ ਹੀ ਉਹਨਾਂ ਦਾ ਕਹਿੰਦੇ ਇਰਾਦਾ ਬਦਲ ਜਾਂਦਾ ਸੀ ਅਤੇ ਇੱਥੇ ਉਹ ਜੋ ਕੁਝ ਕਿਹਾ ਜਾਂਦਾ ਉਹਨੂੰ ਪ੍ਰਮਾਨ ਕਰਦੇ ਜਿਹੜੀ ਕਿ ਸਰਦਾਰ ਹਰੀ ਸਿੰਘ ਨਲੂਏ ਦੀ ਇੱਛਾ ਹੁੰਦੀ ਸੀ ਅੱਖਾਂ ਵਿੱਚ ਹਰੀ ਸਿੰਘ ਨਲੂਏ ਦੇ ਕਹਿੰਦੇ ਕਿ ਐਸੀ ਕشش ਸੀ ਕਈ ਵਾਰੀ ਵੱਡੇ ਵੱਡੇ ਸੂਰਮੇ ਆਪ ਦੀਆਂ ਅੱਖਾਂ ਦੀ ਚਮਕ ਦੇਖਣਸਾਰ ਹਿਆ ਹਾਰ ਬੈਂਦੇ afghanistan ਦਾ ਦੁਤੀ ਬਹਾਦਰ ਜੋਦਾ ਮੁਹੰਮਦ ਅਜੀਜ਼ ਖਾਨ ਸਨ 1823ਵੀਂ ਵਿੱਚ ਖੇਸ਼ਗੀ ਦੇ ਮੈਦਾਨ ਵਿੱਚ ਜਦ ਆਪ ਨਾਲ ਦੋ ਚਾਰ ਹੱਥ ਹੋਇਆ ਤਾਂ ਅੱਖਾਂ ਮਲਾਉਣ ਦੀ ਧੀਰ ਸੀ ਕਿ ਬਾਗਜ਼ਈ ਖਾਨ ਪਰ ਸਰਦਾਰ ਜੀ ਦਾ ਐਸਾ ਰੋਬ ਚਾਇਆ ਕਿ ਉਹ ਮੈਦਾਨ ਵਿੱਚ ਇੱਕ ਪਲ ਲਈ ਵੀ ਹੋਰ ਨਾ ਠਹਿਰ ਸਕਿਆ ਜਿੱਥੇ ਆਪ ਜੀ ਦੇ ਦਬਦਬੇ ਦਾ ਹੈ ਹਾਲ ਸੀ ਉੱਥੇ ਉਸ ਦੇ ਨਾਲ ਸਿਆਣਪ ਤੇ ਸੰਜੀਦਗੀ ਵੀ ਇੰਨੀ ਵਧੀ ਹੋਈ ਸੀ ਕਿ ਉਸ ਦਾ ਨਮੂਨਾ ਖੁਦ ਆਪ ਹੀ ਸਨ ਨਲੂਏ ਸਰਦਾਰ ਦੇ ਫੌਜੀ ਗੁਣ ਆਪ ਬੰਦੂਕ ਦਾ ਨਿਸ਼ਾਨਾ ਲਾਉਣ ਲਈ ਆਪਣੇ ਸਮੇਂ ਦਾ ਦੁੱਤੀ ਨਿਸ਼ਾਨਚੀ ਸਨ ਪਰ ਆਪ ਦਾ ਮਨ ਭਾਵ ਦਾ ਹਥਿਆਰ ਖਮਦਾਰ ਤਲਵਾਰ ਸੀ ਇਸ ਨੂੰ ਆਪ ਅਤਿਅੰਤ ਤੇਜ਼ੀ ਨਾਲ ਚਲਾਉਂਦੇ ਹੁੰਦੇ ਸਨ ਅਤੇ ਘੰਟਿਆਂ ਬੰਦੀ ਚਲਾਉਂਦੇ ਨਾ ਸਨ ਥੱਕਦੇ ਆਪ ਘੋੜਿਆਂ ਦੇ ਬੜੇ ਮੰਨੇ ਹੋਏ 파ਰਖੂ ਤੇ ਸ਼ਕੀਨ ਸਨ ਇਹ ਗੁਣ ਸ਼ਾਇਦ ਆਪ ਨੇ ਆਪਣੇ ਪਿਆਰੇ ਮਹਾਰਾਜਾ ਸਾਹਿਬ ਤੋਂ ਪ੍ਰਾਪਤ ਕੀਤੇ ਸਨ ਆਪ ਘੋੜੇ ਦੇ ਇਹਨੇ ਜ਼ਬਰਦਸਤ ਚਾਬਕ ਸਵਾਰ ਸਨ ਕਿ ਆਪ ਦੇ ਇਸ ਕਮਾਲ ਨੂੰ ਦੇਖਣ ਵਾਲੇ ਅਚੰਭਾ ਹੋ ਜਾਂਦੇ ਸਨ ਸਨ 1831 ਈਸਵੀ ਵਿੱਚ ਰੋਪੜ ਦੇ ਦਰਬਾਰ ਸਮੇਂ ਆਪ ਨੇ ਆਪਣੀ ਸ਼ਾਹੀ ਸਵਾਰੀ ਤੇ ਸ਼ਮਸ਼ੀਰ ਜਣੀ ਦਿਓ ਕਮਾਲ ਦੱਸੇ ਸਨ ਕਿ ਕਮਾਂਡਰ ਨੇ ਚੀਫ ਅਤੇ ਗਵਰਨਰ ਜਨਰਲ ਸਣੇ ਹੋਰ ਫੌਜੀ ਅਫਸਰ ਵੀ ਹੈਰਾਨ ਰਹਿ ਗਏ ਸਨ ਇਹਦਾ ਜਿਹੜਾ ਇਤਿਹਾਸਿਕ ਤਤਕਰਾਵ ਸੈਇਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਪੰਜਾਬ ਸਫਾ 454 ਸੁਭਾਅ ਵਿੱਚ ਇੰਨੀ ਸੈਨ ਸ਼ਕਤੀ ਸੀ ਕਿ ਲੋੜ ਸਮੇਂ ਆਪ ਦੋ ਦੋ ਦਿਨ ਲਗਾਤਾਰ ਘੋੜੇ ਦੀ ਪਿੱਠ ਤੇ ਰਹਿ ਸਕਦੇ ਸਨ ਹਾਂਜੀ ਦੋਸਤੋ ਅੱਗੇ ਆਪ ਜੀ ਦੀ ਕਾਮਯਾਬੀ ਦੇ ਰਾਜ ਉਹਦੇ ਤੋਂ ਬਾਅਦ ਕੀ ਉਹ ਮੁਸਲਮਾਨਾਂ ਦਾ ਵੈਰੀ ਸੀ ਕੀ ਹਰੂ ਸਿੰਘ ਨਲੂਆ ਜਰਨੈਲ ਹਰੀ ਸਿੰਘ ਨਲੂਆ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਕੀ ਮੁਸਲਮਾਨਾਂ ਦਾ ਵੈਰੀ ਸੀ ਬਾਜੇ ਆ ਜਾਣ ਲੇਖਕਾਂ ਦਾ ਖਿਆਲ ਸੀ ਕਿ ਸਰਦਾਰ ਹਰੀ ਸਿੰਘ ਮੁਸਲਮਾਨਾਂ ਦਾ ਵੈਰੀ ਸੀ ਜਿਸ ਗੱਲ ਦੀ ਨੁਕਤੇ ਇਤਿਹਾਸਕ ਨੁਕਤੇ ਨਿਗਾਹ ਤੋਂ ਪਰਚੋਲ ਕਰੀਏ ਤਾਂ ਖਿਆਲ ਉੱਕਾ ਨਿਰਮੂਲ ਸਾਬਤ ਹੁੰਦਾ ਹੈ ਉਹ ਫੋਕੇ ਹੰਕਾਰੀਆਂ ਤੇ ਜ਼ਾਲਮਾਂ ਦਾ ਵੈਰੀ ਸੀ ਚਾਹੇ ਉਹ ਕਿਸੇ ਮਤ ਦੇ ਹੁੰਦੇ ਉਹ ਜਿਹੜੇ-ਜਿਹੜੇ ਮੁਸਲਮਾਨਾਂ ਨੂੰ ਇਨਸਾਫ ਪਸੰਦ ਤੇ ਲਾਇਕ ਸਮਝਦਾ ਸੀ ਉਸ ਦੀ ਵੱਧ ਤੋਂ ਵੱਧ ਕਦਰ ਕਰਦਾ ਹੁੰਦਾ ਸੀ ਮਿਸਾਲ ਦੇ ਤੌਰ ਤੇ ਅਰਬਾਬ ਮੁਹੰਮਦ ਖਾਨ ਤਹਿਕਾਲ ਬਾਲਾ ਦੀ ਵਫਾਦਾਰੀ ਤੇ ਆਪਣੇ ਤਪੇ ਦੇ ਆਮ ਲੋਕਾਂ ਨਾਲ ਉਸ ਦਾ ਚੰਗਾ ਵਰਤਾਰਾ ਦੇਖ ਕੇ ਉਸ ਦੀ ਇੰਨੀ ਇੱਜ਼ਤ ਵਧਾਈ ਕਿ ਉਸ ਨੂੰ ਮਹਾਰਾਜਾ ਸਾਹਿਬ ਤੋਂ ਨਵਾਬੀ ਦਾ ਖਿਤਾਬ ਦੇ ਕੇ 60000 ਰੁਪਇਆ ਸਲਾਨਾ ਦੀ ਜ਼ਗੀਰ ਦਵਾਈ ਇਸੇ ਤਰ੍ਹਾਂ ਇਸਮਾਇਲ ਦੀ ਖਾਨ ਨੂੰ ਆਕੋ ਖੇਲ ਤਪੇ ਦਾ ਹਾਕਮ ਥਾਪ ਕੇ 2500 ਰੁਪਇਆ ਸਲਾਨਾ ਮੁਆਜਬ ਦਿੱਤਾ ਇਸੇ ਤਰ੍ਹਾਂ ਹਜਾਰੇ ਦਾ ਪੈਂਦਾ ਖਾਨ ਵਾਲੀਏ ਅੰਬਦਰ ਬੰਦ ਜਿਸ ਨੂੰ ਆਪ ਨੇ ਅਇਨੇ ਖੁੱਲੇ ਦਿਲ ਨਾਲ ਜਗੀਰ ਬਖਸ਼ੀ ਸੀ ਜਿਸ ਨਾਲ ਇੱਕ ਪੂਰੀ ਨਵਾਬੀ ਕਾਇਮ ਹੋ ਗਈ ਗਖੜਾ ਤੇ ਕਰਾਲਾ ਨੇ ਜਦ ਸਰਕਸ਼ੀ ਕੀਤੀ ਤਾਂ ਖਾਨਪੁਰ ਦਾ ਇਲਾਕਾ ਉਹਨਾਂ ਤੋਂ ਜਬਤ ਕਰ ਲਿਆ ਪਰ ਜਦ 6 ਸਾਲ ਦੇ ਬਾਅਦ ਉਹਨਾਂ ਤੰਗ ਹੋ ਕੇ ਸਰਦਾਰ ਜੀ ਤੋਂ ਆਪਣੀ ਭੁੱਲ ਬਖਸ਼ਾਈ ਤੇ ਅੱਗੇ ਨੂੰ ਅਮਨ ਮਾਨ ਨਾ ਰਹਿਣ ਦਾ ਵਾਅਦਾ ਕੀਤਾ ਤਾਂ ਉਹਨਾਂ ਨੂੰ ਮੁੜ ਸਾਰਾ ਇਲਾਕਾ ਬਖਸ਼ ਦਿੱਤਾ ਗਿਆ ਸਭ ਤੋਂ ਵੱਧ ਸਰਦਾਰ ਹਰੀ ਸਿੰਘ ਦੇ ਦਿਲ ਦਾ ਮੁਸਲਮਾਨਾਂ ਦੇ ਵੈਰ ਤੋਂ ਸਾਫ਼ ਹੋਣ ਦਾ ਸੰਕੇਤ ਹੈ ਮਿਲਦਾ ਹੈ ਕਿ ਉਸ ਨੇ ਆਪਣੀ ਜਾਇਦਾਦ ਜੋ 8 ਲੱਖ 52000 ਨਹੀਂ ਦੋਸਤੋ 85 ਲੱਖ 87000 ਰੁਪਏ ਸਾਲਾਨਾ ਆਮਦਨੀ ਸੀ ਉਸ ਦਾ ਪ੍ਰਬੰਧਕ ਫਤੇਹ ਖਾਨ ਟਵਾਣਾ ਖੁਦਾ ਯਾਰ ਖਾਨ ਦੇ ਪੁੱਤਰ ਨੂੰ ਮੁਕਰਰ ਕੀਤਾ ਸੀ ਇਹ ਸਰਦਾਰ ਜੀ ਦੇ ਖੀਰਲੇ ਸਵਾਸ ਤੱਕ ਇਸ ਵੱਡੇ ਭਰੋਸੇ ਵਾਲੇ ਕੰਮ ਕਰ ਰਿਹਾ ਇਸੇ ਤਰ੍ਹਾਂ ਕਾਜੀ ਹੁਸੈਨ ਬਖਸ਼ ਜਿਹੜਾ ਸਰਦਾਰ ਜੀ ਦੀ ਦਿਲ ਵਿੱਚ ਬੜੀ ਇੱਜ਼ਤ ਸੀ ਜਿਹਦੇ ਦੀ ਅਤੇ ਸ਼ੇਖ ਨੂਰ ਅਹਿਮਦ ਨਲੂਏ ਸਰਦਾਰ ਦਾ ਇੱਕ ਮੀਰ ਮੁੰਚੀ ਤੇ ਦੂਜਾ ਪੇਸ਼ਕਾਰ ਸੀ ਇਸ ਤੋਂ ਵੱਧ ਇਸ ਤੋਂ ਵੀ ਵੱਧ ਆਪ ਦੇ ਬੇਤਅਸਬ ਹੋਣ ਦਾ ਸਬੂਤ ਇਹ ਹੈ ਕਿ ਆਪ ਜਿੱਥੇ ਸਿੱਖਾਂ ਲਈ ਗੁਰਦੁਆਰੇ ਬਣਾਉਂਦੇ ਸਨ ਉੱਥੇ ਮੁਸਲਮਾਨ ਭਾਈਆਂ ਲਈ ਆਪਣੇ ਖਰਚ ਪਰ ਮਸਜਿਦਾਂ ਬਣਵਾ ਦਿੰਦੇ ਸਨ ਹਿੰਦੂਆਂ ਲਈ ਮੰਦਰ ਕਿਹਾ ਜਿਹਾਂ ਕਿ ਹਰੀਪੁਰ ਦੇ ਤੇਲੀਆਂ ਦੇ ਮਹੱਲੇ ਦੀ ਮਸਜਿਦ ਅਤੇ ਗੁਜਰਾਂ ਵਾਲੇ ਬਾਗ ਦੀ ਮਸਜਿਦ ਹਰੀਪੁਰ ਵਾਲੀ ਮਸਜਿਦ ਅਜੇ ਤੀਕ ਮੌਜੂਦ ਹੈ ਜੇ ਇਸ ਦੇ ਦੇਲ ਵਿੱਚ ਕਿਸੇ ਮਜਬ ਲਈ ਵੈਰ ਵਿਰੋਧ ਹੋਵੇ ਤਾਂ ਹਰਗੱਜ ਕਿਸੇ ਮਜਬ ਦੇ ਉਹਨਾਂ ਆਦਮੀਆਂ ਨੂੰ ਇੰਨੀਆਂ ਜ਼ਿੰਮੇਵਾਰੀਆਂ ਦੇ ਕੰਮ ਨਹੀਂ ਸੌਂਪ ਸਕਦਾ ਅਤੇ ਨਾ ਹੀ ਉਹਨਾਂ ਲਈ ਆਪਣੇ ਖਰਚੇ ਪਰ ਮਸੀਤਾਂ ਬਣਵਾਉਂਦਾ ਜਾਂ ਮੰਦਰ ਬਣਵਾਉਂਦਾ ਇਸ ਤੋਂ ਸਾਬਤ ਹੋ ਜਾਂਦਾ ਹੈ ਕਿ ਆਪ ਦਾ ਕਿਸੇ ਮਜਬ ਨਾਲ ਕੋਈ ਵੈਰ ਨਹੀਂ ਸੀ ਸਗੋਂ ਸਮੇਂ ਦੀਆਂ ਲੋੜਾਂ ਅਨੁਸਾਰ ਉਹਨਾਂ ਨਾਲ ਵਰਤਾਰਾ ਕਰਨਾ ਪੈਂਦਾ ਸੀ ਸੋ ਦੋਸਤੋ ਵਿਦਿਆ ਤੇ ਮਾਲੂਮਾਤ ਆਪ ਦਾ ਧਾਰਮਿਕ ਜੀਵਨ ਇਮਾਰਤਾਂ ਦਾ ਸ਼ੌਂਕ ਤੇ ਇੰਜੀਨੀਰੀ ਦਾ ਕਮਾਲ ਇਹ ਸਾਰਾ ਲਿਖਤਾ ਇਹਦੇ ਵਿੱਚ ਦਿੱਤੀਆਂ ਆਪਣੀਆਂ ਫੌਜਾਂ ਦਾ ਪਿਆਰ ਨਲੂਆ ਨਾਮ ਦਾ ਵੇਰਵਾ ਤੇ ਜਾਤੀ ਆਚਰਣ ਜਾਤੀ ਆਚਰਣ ਬਾਰੇ ਪੜਦੇ ਹਾਂ ਜੀ ਸਰਦਾਰ ਹਰੀ ਸਿੰਘ ਦਾ ਜਾਤੀ ਆਚਰਣ ਉੱਚਤਾ ਦਾਇਕ ਉੱਤਮ ਨਮੂਨਾ ਸੀ ਕਈ ਵਾਰੀ ਵੱਡੀਆਂ ਜ਼ਿੰਮੇਵਾਰੀਆਂ ਦੇ ਉੱਤੇ ਪਰ ਪਹੁੰਚੇ ਹੋਏ ਲੋਕਾਂ ਦੇ ਜੀਵਨ ਇਤਿਹਾਸ ਪੜੀਏ ਤਾਂ ਲੱਗਦਾ ਹੈ ਕਿ ਉਹਨਾਂ ਵਿੱਚ اخਲਾਕੀ ਤੌਰ ਤੇ ਬੜੀਆਂ ਭਿਆਨਕ ਕਮਜ਼ੋਰੀਆਂ ਆ ਜਾਂਦੀਆਂ ਹਨ ਪਰ ਇਸ ਪਹਿਲੂ ਤੋਂ ਸਰਦਾਰ ਹਰੀ ਸਿੰਘ ਦਾ ਆਚਰਣ ਇਨਾ ਬੇਦਾਗ ਸੀ ਕਿ ਆਪ ਦੇ ਵਿਰੋਧੀ ਵੀ ਸਦਾ ਆਪ ਦੇ ਸਦਾਚਾਰ ਦੇ ਗੁਣ ਗਾਉਂਦੇ ਦੇਖੇ ਜਾਂਦੇ ਸਨ ਜਿੱਥੇ ਆਪ ਬੋਲ ਤੋਲ ਵਿੱਚ ਸਤਵਾਦੀ ਸਨ ਉੱਥੇ ਆਪ ਜੱਤ ਸੱਤ ਵਿੱਚ ਅਦੁੱਤੀ ਸਨ ਸਭ ਕੁਝ ਪ੍ਰਾਪਤ ਹੋ ਕੇ ਮੁੜ ਸੋਚ ਸੰਜਮੀ ਹੋਣਾ ਮਹਾਨ ਸੂਰਮਤਾਈ ਹੈ ਇਹੋ ਹੀ ਕਾਰਨ ਸੀ ਕਿ ਆਪ ਦੀਆਂ ਅੱਖਾਂ ਵਿੱਚ ਤੇਜ ਸੀ ਰਸਾਨ ਵਿੱਚ ਸ਼ਕਤੀ ਸੀ ਚਿਹਰੇ ਪਰ ਜਲਾਲ ਸੀ ਤੇ ਜਲਾਲ ਵੀ ਐਸਾ ਕਿ ਵੱਡੇ ਵੱਡੇ ਸਰਕਸ਼ ਤੇ ਖੁਦ ਸਰਸੂਰ ਮੇ ਆਪਦੇ ਤੇਜ ਦੀ ਝਾਲ ਨਾਲ ਸਾਂ ਚੱਲ ਸਕਦੇ ਇਰਾਦੇ ਦੇ ਇੰਨੇ ਪੱਕੇ ਸਨ ਕਿ ਜੋ ਗੱਲ ਇੱਕ ਵਾਰ ਕਹਿ ਦਿੰਦੇ ਸਨ ਦੁਨੀਆ ਉਲਟਦੀ ਤਾਂ ਉਲਟ ਜਾਏ ਪਰ ਉਹ ਗੱਲ ਨੂੰ ਪੂਰੇ ਕੀਤੇ ਬਿਨਾ ਨਹੀਂ ਸਨ ਛੱਡਦੇ ਜਿਸ ਨਾਲ ਇੱਕ ਵੇਰਵਾ ਇੱਕ ਵੇਰਾ ਮਿੱਤਰਤਾ ਪਾਈ ਉਹ ਅੰਤ ਤੱਕ ਨਾਲ ਨਭਾਈ ਹੁਣ ਅੱਗੇ ਪੜਦੇ ਆ ਜੀ ਨਲੂਆ ਨਾਮ ਦਾ ਵੇਰਵਾ ਕਿ ਨਲੂਆ ਨਾਮ ਕਿਵੇਂ ਪਿਆ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨੂਆ ਨਲੂਆ ਉਹ ਪਨਾਮ ਦਾ ਵੇਰਵਾ ਲੱਭਣ ਲਈ ਸਾਨੂੰ ਉਸ ਸਮੇਂ ਦੀਆਂ ਲਿਖਤਾਂ ਲਿਖੀਆਂ ਗਈਆਂ ਲਿਖਤਾਂ ਇਤਿਹਾਸਿਕ ਪੁਸਤਕਾਂ ਦੀ ਪਰਚੋਲ ਤੇ ਆਮ ਖੋਜ ਤੋਂ ਜੋ ਪਤਾ ਲੱਗਾ ਉਹ ਇਸ ਤਰ੍ਹਾਂ ਹੈ ਰਾਜਾ ਨਾਲ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਯੋਧਾ ਸੀ ਉਹ ਸ਼ੇਰ ਦੇ ਸਾਹਮਣੇ ਖਲੋ ਕੇ ਉਸ ਨੂੰ ਮਾਰਨ ਲਈ ਬੜੀ ਪ੍ਰਸਿੱਧਤਾ ਰੱਖਦਾ ਸੀ ਕਿਉਂਕਿ ਸਰਦਾਰ ਹਰੀ ਸਿੰਘ ਉੱਪਰ ਲਿਖਿਆ ਸਾਰੇ ਉਹ ਗੁਣ ਸੰਮਿਲਿਤ ਪਾਏ ਜਾਂਦੇ ਸਨ ਇਸ ਲਈ ਆਪ ਦਾ ਨਾਮ ਵੀ ਰਾਜਾ ਰਾਜਾ ਨਾਲ ਸਾਨੀ ਪੈ ਗਿਆ ਸਰਦਾਰ ਜੀ ਦੇ ਨਾਮ ਨਾਲੇ ਨਾਮ ਆ ਵਰਤੋਂ ਵਿੱਚ ਆਉਣ ਦੇ ਕਾਰਨ ਇਸ ਵਿੱਚ ਥੋੜੀ ਜਿਹੀ ਬਦਲੀ ਹੋ ਗਈ ਤੇ ਕਹਿੰਦੇ ਨਾਲ ਤੋਂ ਨਲੂਆ ਪ੍ਰਸਿੱਧ ਹੋ ਗਿਆ ਇਸ ਬਾਰੇ ਹੇਠ ਲਿਖੇ ਸਬੂਤ ਇਸ ਦੀ ਪੁਸ਼ਟੀ ਕਰਦੇ ਹਨ ਨੰਬਰ 1 ਬੈਰਨੂ ਗਲ ਆਪਣੇ ਸਫਰਨਾਮੇ ਵਿੱਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਨੂੰ ਮੈਂ ਗੁਜਰਾں ਵਾਲੇ ਵਿੱਚ ਮਿਲਿਆ ਤੇ ਜਦ ਮੈਂ ਸਰਦਾਰ ਨੂੰ ਇਹ ਦੱਸਿਆ ਕਿ ਉਸ ਨੇ ਆਪਣੇ ਬਾਹੂਬਲ ਨਾਲ ਇੱਕ ਸ਼ੇਰ ਦੀ ਗਰਦਨ ਮਰੋੜ ਛੁੱਟੀ ਸੀ ਜਿਸ ਤੋਂ ਉਸ ਦਾ ਨਾਮ ਨਲੂਆ ਪੈ ਗਿਆ تاؤ سردار ہری سنگھ نلوا میری اس صحیح واقفیت نو سن کے حیران رہ گیا مولانا احمد دین اپنی پست کے مکمل تاریخ کشمیر ہے کہ نلوا کی وجہ تسمیہ کے مشہور ہے کہ راجہ نل جمانہ قدیم میں ایک بہادر اور شجاع راجہ تھا لوگوں نے اس ہری سنگھ نلوا کو نل سے نلوا بنا دیا نلوا سے مریض شیر کو مارنے والا شیر افغان ہے چونکہ ہری سنگھ نے بھی شیر مارے تھے اس لیے ਉਸ ਦਾ ਨਾਮ ਨਲੂਆ ਮਸ਼ਹੂਰ ਹੋਆ ਇਸੇ ਤਰ੍ਹਾਂ ਮਿਸਟਰ ਐਨ ਕੇ ਸਿਨਹਾ ਆਪਣੀ ਲਿਖਤ ਵਿੱਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਨਾ ਨਲੂਆ ਦੇ ਨਾਮ ਨਾਲ ਨਲੂਆ ਉਪਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿਉਂਕਿ ਉਸ ਨੇ ਸ਼ੇਰ ਦਾ ਸਿਰ ਹੱਥ ਨਾਲ ਮਰੋੜ ਕੇ ਉਸ ਨੂੰ ਮਾਰ ਸੁੱਟਿਆ ਸੀ ਇਸ ਦੀ ਅਸਲ ਲਿਖਤ ਇਸ ਤਰ੍ਹਾਂ ਹੈ ਹੀ ਹੈਡ ਅਰਨ ਦਾ ਟਾਈਟਲ ਨਲਵਾ ਫॉर ਹੈਵਿੰਗ ਕਲੌਨ ਦਾ ਹੈਡ ਆਫ ਦਾ ਟਾਈਗਰ ਥੈਟ ਹੈਜ਼ ਸੀਜ਼ਡ ਹਿਮ ਆਪਣੀਆਂ ਫੌਜਾਂ ਦਾ ਪਿਆਰ ਦਾ ਅੱਗੇ ਵੇਰਵਾ ਦਿੱਤਾ ਦੋਸਤੋ ਇਕਰ ਲੇਖਕ ਦੀ ਨਿੱਕ ਤੇ ਨਗਾਹ ਨਾਲ ਉਹਨਾਂ ਦੱਸਿਆ ਵਾ ਬਾਕੀ ਇਹ ਪੁਸਤਕ ਦੀ ਸਮਾਪਤੀ ਇੱਥੇ ਹੁੰਦੀ ਆ ਸਾਰੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਨਿੰਦਰ ਸਿੰਘ ਗੁਰਪੀਰ ਸਿੰਘ ਸੰਧੂ ਸੁਨੀਲ ਸ਼ਰਮਾ ਜਸਬੀਰ ਸਿੰਘ ਸੰਧੂ ਗੁਰਬੀਰ ਕੰਗਸ ਜਸਦੀਪ ਸ਼ੌਕਰ ਨਿਸ਼ਾਨ ਢਿੱਲੋ ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਕਰਤਾਰ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਤੁਸੀਂ ਵੀ ਹਿਸਟਰੀ ਬੜੇ ਚਾਹ ਨਾਲ ਸੁਣਦੇ ਜੀ ਸੁਖਵਿੰਦਰ ਸਿੰਘ ਨਿਰਮਨ ਜੀ ਬਾਈ ਜੀ ਸਤਿ ਸ੍ਰੀ ਅਕਾਲ ਸੋ ਅੱਜ ਆ ਜਿਹੜੀ ਆਪਣੀ ਹਿਸਟਰੀ ਦੀ ਜਿਹੜੀ ਕਿਤਾਬ ਆ ਇਹ ਮੁਕੰਮਲ ਖਤਮ ਹੋ ਗਈ ਆ ਜੀ ਅੱਗੇ ਜੇ ਪ੍ਰਮਾਤਮਾ ਨੇ ਚਾਇਆ ਜੇ ਪ੍ਰਮਾਤਮਾ ਨੇ ਚਾਇਆ ਅੱਗੇ ਦੋਸਤੋ ਤੇ ਫੇਰ ਆਪਾਂ ਅਕਾਲੀ ਫੂਲਾ ਸਿੰਘ ਜੀ ਦੀ ਹਿਸਟਰੀ ਲੈ ਕੇ ਆਵਾਂਗੇ ਖਾਲਸਾ ਰਾਜ ਦੇ ਵਿਦੇਸ਼ੀ ਕਰਨ ਦੇ ਵੀ ਆਪਣੇ ਕੋ ਪਈ ਆ ਉਹਦੇ ਤੋਂ ਬਾਅਦ ਆਪਣੇ ਕੋ ਪਈ ਅਕਾਲੀ ਫੂਲਾ ਸਿੰਘ ਨਵਾਬ ਕਪੂਰ ਸਿੰਘ ਇਹ ਸਾਰੀਆਂ ਆਪਣੇ ਕੋ ਪੁਸਤਕਾਂ ਪਈਆਂ ਨੇ ਸਭ ਤੋਂ ਪਹਿਲਾਂ ਜੇ ਆਪਾਂ ਸ਼ੁਰੂ ਕਰਨੀ ਹੋਈ ਤੁਹਾਡੇ ਸਾਰੇ ਦੋਸਤਾਂ ਦੀ ਮੰਗ ਦੇ ਉੱਤੇ ਤਾਂ ਇਹਨੂੰ ਸ਼ੁਰੂ ਕਰਾਂਗੇ ਅਕਾਲੀ ਫੂਲਾ ਸਿੰਘ ਉਹਨਾਂ ਦੀ ਜਿਹੜੀ ਕਿਤਾਬ ਆ ਆਪਾਂ ਉਹਨੂੰ ਪੜਨ ਦਾ ਯਤਨ ਕਰਾਂਗੇ ਜਿਸ ਤਰ੍ਹਾਂ ਹਿਸਟਰੀ ਆ ਉਸੇ ਤਰ੍ਹਾਂ ਉਹਨੂੰ ਵਿਖਿਆਤ ਕਰਨ ਦਾ ਯਤਨ ਕਰਾਂਗੇ ਤਾਂ ਕਿ ਵੱਧ ਤੋਂ ਵੱਧ ਜਿਹੜੇ ਇਤਿਹਾਸ ਨੂੰ ਸੁਣਨ ਦੇ ਚਾਹਵਾਨ ਨੇ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਕਿ ਉਹ ਪੁਸਤਕਾ ਨਹੀਂ ਪੜ ਸਕਦੇ ਉਹਨਾਂ ਨਾਲ ਆਪਾਂ ਮਿਲਣ ਦਾ ਰਾਬਤਾ ਕਾਇਮ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਇੱਕ ਇੱਕ ਆਪਣਾ ਇਹੋ ਜਿਹਾ ਪੇਜ ਬਣਾਇਆ ਜਾਵੇ ਜਿਹਦੇ ਵਿੱਚ ਇਹ ਇਤਿਹਾਸਕ ਕਿਤਾਬਾਂ ਦਰਜਾ ਬਦਰਜਾ ਬੋਲ ਕੇ ਉਸੇ ਤਰ੍ਹਾਂ ਲਿਖਤ ਕੇ ਯਾਨੀ ਕਿ ਬੋਲ ਕੇ ਲਿਖਤ ਨੂੰ ਸੁਣਾਇਆ ਜਾਵੇ ਔਰ ਉਸੇ ਤਰ੍ਹਾਂ ਰੱਖਿਆ ਜਾਵੇ ਤਾਂ ਕਿ ਜਿਹੜਾ ਸੁਣਨ ਵਾਲਾ ਹੋ ਇਤਿਹਾਸ ਨੂੰ ਜਿਹੜਾ ਪੜ ਨਹੀਂ ਸਕਦਾ ਸੁਣ ਸਕਦਾ ਉਹ ਸੁਣ ਕੇ ਤੇ ਇਹਦੇ ਤੋਂ ਆਪਣਾ ਲਾਹਾ ਪ੍ਰਾਪਤ ਕਰ ਸਕੇ ਉਸ ਲੋ ਵਿਪਸਾ ਜੀ ਬਹੁਤ ਬਹੁਤ ਧੰਨਵਾਦੀ ਸਾਰੇ ਮੇਰੇ ਵੀਰਾਂ ਭੈਣਾਂ ਬਜ਼ੁਰਗਾਂ ਬੱਚਿਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਵੀਡੀਓਜ਼ ਨੂੰ ਸ਼ੇਅਰ ਕੀਤਾ ਜਿਨ੍ਹਾਂ ਨੇ ਇਸ ਗਰੀਬ ਨੂੰ ਇੱਥੋਂ ਤੱਕ ਪਹੁੰਚਾਇਆ ਕਿ ਉਹ ਇਨਾ ਕਾਬਲ ਹੋ ਸਕੇ ਕਿ ਇਤਿਹਾਸ ਪੜ ਸਕੇ ਇਤਿਹਾਸ ਸੁਣਾਉਂਦਿਆਂ ਮੈਂ ਵੀ ਬਹੁਤ ਗਲਤੀਆਂ ਕੀਤੀਆਂ ਹੋਣਗੀਆਂ ਉਹਨਾਂ ਸਾਰਿਆਂ ਵਾਸਤੇ ਮੈਂ ਖਿਮਾ ਚਾਹੁੰਨਾ ਕਿਉਂਕਿ ਦੋਸਤੋ ਹਰ ਬੰਦਾ ਕਿਸੇ ਵੀ ਕੰਮ ਦੇ ਵਿੱਚ ਪਰਪੱਕ ਨਹੀਂ ਹੁੰਦਾ ਔਰ ਮੈਂ ਵੀ ਨਹੀਂ ਹੈਗਾ ਮਾਈ ਭਾਗੋ ਜੀ ਦੀ ਵੀ ਲੱਭੋ ਠੀਕ ਹੈ ਜੀ ਮੈਂ ਮਾਤਾ ਭਾਗੋ ਜੀ ਦੀ ਵੀ ਕਿਤਾਬ ਲੱਭਦਾ ਜੀ ਤੇ ਇਹ ਹੁਣ ਜਰਨਲ ਜਿਹੜਾ ਅਕਾਲੀ ਫੂਲਾ ਸਿੰਘ ਇਹਨਾਂ ਬਾਰੇ ਆਪਾਂ ਕੋਸ਼ਿਸ਼ ਕਰਾਂਗੇ ਪੜਨ ਦੀ ਇਹਨਾਂ ਦੀ ਕਿਤਾਬ ਜਿਹੜੀ ਆ ਬਹੁਤ ਛੋਟੀ ਦੀ ਆ ਸ਼ਾਇਦ 2 ਜਾਂ 3 ਦਿਨਾਂ ਦੇ ਵਿੱਚ ਇਹਨਾਂ ਦੀ ਹਿਸਟਰੀ ਜਾਂ 4 ਦਿਨਾਂ 'ਚ ਕੰਪਲੀਟ ਹੋ ਜਾਈ ਅਖਰ ਬਰੀਕ ਨੇ ਸ਼ਾਇਦ 5 ਦਿਨ ਲੱਗ ਜਾਣ ਇਹਨਾਂ ਬਾਰੇ ਵੀ ਜਿਹੜਾ ਹੈਗਾ ਵਾ ਜਿਹੜਾ ਵੀ ਕਿਸੇ ਨੇ ਪੜਿਆ ਵਾ ਉਹ ਜਾਣਦਾ ਹੋਵੇਗਾ ਕਿ ਅਕਾਲੀ ਫੂਲਾ ਸਿੰਘ ਨਿਸ਼ਚੇ ਤੇ ਕਿੱਡੇ ਪੱਕੇ ਸਨ ਜਿਹੜੀ ਗੱਲ ਉਹਨਾਂ ਨੇ ਇੱਕ ਵਾਰੀ ਆਪਣੇ ਦਿਲ ਦੇ ਵਿੱਚ ਧਾਰ ਲਈ ਜੀਐਸਸੀ ਦਾ ਅਦਾਸਾ ਸੋਧ ਦਿੱਤਾ ਉਹਨੂੰ ਪੂਰਾ ਕਰਕੇ ਹਟਦੇ ਸਨ ਸੋ ਟਾਈਮ ਵੀ 7 ਵਜ ਗਿਆ ਦੋਸਤੋ ਤੇ ਲਾਈਵ ਵੀ ਆਪਣੀ 1 ਘੰਟਾ ਤੇ 4 ਮਿੰਟ ਦੀ ਹੋ ਗਈ ਆ ਸੋ ਸਾਰੇ ਜਿਹੜੇ ਮੇਰੇ ਮਿੱਤਰ ਯਾਰ ਦੋਸਤ ਜਿਨ੍ਹਾਂ ਨੇ ਇਹਨਾਂ ਸਾਥ ਦਿੱਤਾ ਇਹਨਾਂ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਬਾਕੀ ਜੇ ਕਿਤੇ ਤੁਹਾਡੇ ਕਿਸੇ ਕੰਮ ਆ ਸਕਾਂ ਤਾਂ ਦੋਸਤ 9023715322 ਮੇਰਾ ਨੰਬਰ ਹੈ ਜ਼ਰੂਰ ਯਾਦ ਕਰ ਲਿਓ ਜੇ ਜਿੰਨੇ ਜੋਗੇ ਹੋਵਾਂਗੇ ਜ਼ਰੂਰ ਪਹੁੰਚਾਂਗੇ ਸੋ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਰਾਮ ਰਾਮ ਅਸਲਾਮੁਅਲੈਕੁਮ ਗੁੱਡ ਈਵਨਿੰਗ ਗੁੱਡ ਨਾਈਟ گڈ بائے جان لگیا چھوٹی جی گل ہنستے رہو وستے رہو خوش رہو آباد رہو چھوٹی جی زندگی دتی ہے پرماتما نے سونے ہوں. دل تو جیو زندہ آباد رہو واہ گرو جی کا خالصہ گرو جی کی فتح